ਚਲੋ ਵਧੀਆ ਕਰਿਆ ਭਾਅ ਜੀ ਤੁਸੀਂ ਆ ਗਏ, ਤੁਹਾਡੇ ਬਹਾਨੇ ਨਾਲ ਮੈਂ ਵੀ ਲਾ ਲੂੰ ਅੱਜ ਤੁਹਾਡਾ, ਮੈਂ ਕਰਦਾ ਕੋਈ ਇੰਤਜ਼ਾਮ। ਉਹ ਨਾ ਨਾ ਬਾਈ, ਪੈਗ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ, ਮੈਨੂੰ ਕੋਈ ਜ਼ਰੂਰੀ ਕੰਮ ਆ, ਮੈਨੂੰ ਜਾਣਾ ਪੈਣਾ। ਨਹੀਂ ਵੀਰੇ, ਇਹਨਾਂ ਦਾ ਜਾਣਾ ਤਾਂ ਫਿਰ ਜ਼ਰੂਰੀ ਹੈ, ਇਹਨਾਂ ਨੇ ਨਾ ਸਕੂਲ ਦੇ ਵਿੱਚ ਮੇਰੀ ਪੋਸਟਿੰਗ ਬਾਰੇ ਗੱਲ ਕਰਨੀ। ਨਾ ਪੁੱਤੋ, ਇੱਕ ਰਾਤ ਦਾ ਲਾ ਕੇ ਜਾਈ। ਚਲੋ ਤੁਸੀਂ ਰਹਿ ਜਾਂਦੇ ਅੱਜ ਭਾਅ। ਕੋਈ ਗੱਲ ਨਹੀਂ ਬਾਈ, ਹੁਣ ਤਾਂ ਆਉਣਾ ਜਾਣਾ ਲੱਗਿਆ ਹੀ ਰਹਿਣਾ, ਫਿਰ ਤਾਂ ਤੁਸੀਂ ਵੀ ਕਿਹਾ ਕਰੋਗੇ ਵੀ ਪ੍ਰਾਹੁਣਾ ਤੀਜੇ ਕੁ ਦਿਨ ਆ ਜਾਂਦਾ ਮੂੰਹ ਚੱਕ ਕੇ। ਨਾ ਪੁੱਤ, ਸੁਪਨਾ ਤੇਰਾ ਘਰ ਹੈ, ਜਦੋਂ ਮਰਜ਼ੀ ਆ। ਇਹ ਕੀ ਗੱਲ ਕੀਤੀ? ਚਲੋ ਠੀਕ ਆ ਮਾਤਾ ਜੀ, ਹੁਣ ਮੈਂ ਚੱਲਦਾ। ਤੁਸੀਂ ਰੋਟੀ ਖਾ ਕੇ ਵਗ ਜਿਓ। ਨਹੀਂ ਨਹੀਂ, ਰੋਟੀ ਤਾਂ ਮੈਂ ਆਪੇ ਖਾ ਲੂੰਗਾ, ਤੁਸੀਂ ਆਪਣਾ ਧਿਆਨ ਰੱਖਿਓ। ਛੱਲਾ ਮੈਂਡਾ ਜੀਵੇ ਢੋਲਾ, ਛੱਲਾ ਮੈਂਡਾ ਜੀਵੇ ਢੋਲਾ, ਉਦੋਂ ਆਸ਼ਕਾਂ ਦੀ ਈਦ ਹੁੰਦੀ, ਜਦੋਂ ਸਾਰੇ ਜੱਗ ਦੇ ਵਿੱਚੋਂ ਸੋਹਣੇ ਸੱਜਣਾ ਦੀ ਦੀਦ ਹੁੰਦੀ, ਜਦੋਂ ਸਾਰੇ ਜੱਗ ਦੇ ਵਿੱਚੋਂ ਸੋਹਣੇ ਸੱਜਣਾ ਦੀ ਦੀਦ ਹੁੰਦੀ। ਛੱਲਾ ਮੈਂਡਾ ਜੀਵੇ ਢੋਲਾ, ਛੱਲਾ ਮੈਂਡਾ ਜੀਵੇ ਢੋਲਾ, ਖੂਹਾਂ ਦਾ ਪਾਣੀ ਸੱਜਣਾ ਤੋਂ ਵਾਰ ਦੇ, ਜਿੰਦ ਐਵੇਂ ਮਿਤ ਜਾਣੀ, ਸੱਜਣਾ ਤੋਂ ਵਾਰ ਦੇ, ਜਿੰਦ ਐਵੇਂ ਮਿਤ ਜਾਣੀ। ਛੱਲਾ ਮੈਂਡਾ ਜੀ, ਛੋਟੇ ਗੱਲ ਸੁਣੀ। ਹਾਂਜੀ ਬਾਈ, ਕੀ ਗੱਲ ਹੋ ਗਈ? ਉਹ ਯਾਰ ਸਕੂਲ ਜਾ ਰਿਹਾ, ਜਾਂਦੇ ਜਾਂਦੇ ਬਿੱਲ ਭਰਦੀ, ਕਰਦੀ ਲਾਸਟ ਡੇਟ ਆ। ਉਹ ਤਾਂ ਕੋਈ ਚੱਕਰ ਨਹੀਂ ਬਾਈ, ਮੈਂ ਆਨਲਾਈਨ ਵੀ ਭਰ ਦਿੰਦੇ ਮੈਂ ਦਿਓ। ਜਿਵੇਂ ਮਰਜ਼ੀ ਭਰ ਦੀ, ਪਰ ਜਾਬ ਨਾਲ ਭਰ ਜੀ, ਕਿਤੇ ਭੁੱਲ ਗਈ। ਮੈਂ ਮੇਰੀ ਗੱਲ ਸੁਣ, ਆ ਹੁਣ ਟਾਈਮ ਨਾਲ ਘਰੇ ਵਰ ਜਾਏਗਾ, ਤੇਰਾ ਵਿਆਹ ਹੋ ਗਿਆ, ਖਰਚੇ ਖੁਰਚੇ ਵੀ ਘਟਾ ਲਾ ਸਾਰਾ, ਤਾਂ ਪਾਰਟੀਆਂ ਪੁਰਟੀਆਂ ਚੰਗੀਆਂ ਹੈਗੀਆਂ। ਹੁਣ ਤੇਰਾ ਵਿਆਹ ਹੋ ਗਿਆ, ਵਿਆਹ ਤੋਂ ਬਾਅਦ ਹੁੰਦੇ ਜਿੰਨੇ ਤੇਰੇ ਵੱਧਦੇ ਨੇ। ਠੀਕ ਆ ਬਾਈ, ਕੋਈ ਗੱਲ ਨਹੀਂ, ਮੈਂ ਕਰ ਦਿੰਦਾ। ਹਾਂ ਬਿਲਕੁਲ ਜੀ, ਠੀਕ ਆ ਬਾਈ, ਭਰ ਦੂੰਗਾ। ਲਵਪ੍ਰੀਤ ਪੁੱਤ, ਕੁੜੇ ਮੇਰੀ ਵੀ ਗੱਲ ਸੁਣ ਲੈ ਵੀਰ, ਦੋ ਦਿਨ ਹੋ ਗਏ ਆਈ ਨੂੰ, ਸਹੇਲੀਆਂ ਨਾਲ ਲੱਗੀ ਪਈਆਂ, ਭੋਂ ਦਾ ਨਹੀਂ ਖੜਾ ਛੱਡਦੀ ਇੱਕ ਤਾਂ ਤੂੰ। ਆ ਗਈ ਮੰਮੀ, ਆ ਗਈ, ਹੁਣ ਤਾਂ ਮੈਂ ਹਫ਼ਤਾ ਤੁਹਾਡੇ ਕੋਲ ਹੀ ਹਾਂ। ਕੁੜੇ ਪੁੱਤ, ਜਦੋਂ ਦੀ ਤੂੰ ਵਿਆਹ ਕੇ ਗਈ ਹੈ ਨਾ, ਬਸ ਜਣੀ ਘਰ ਦੀ ਰੌਣਕ ਤੂੰ ਨਾਲ ਹੀ ਰਹੀ। ਲੈ ਦੱਸ ਮੰਮੀ, ਆ ਹੁਣ ਵੀਰੇ ਦਾ ਵਿਆਹ ਕਰ ਦੋਗੇ, ਜਦੋਂ ਭਾਬੀ ਆ ਗਈ ਨਾ, ਦੁੱਗਣੀ ਰੌਣਕ ਆ ਜੂ। ਰੌਣਕ ਤਾਂ ਆ ਗਈ, ਤੇਰੀ ਗੱਲ ਠੀਕ ਹੈ ਪੁੱਤ, ਉਹ ਗੱਲ ਕਿੱਥੇ ਬਣਦੀ ਹੈ, ਬਗਾਨੀਆਂ ਧੀਆਂ ਨਹੀਂ ਧੀਆਂ ਬਣਦੀਆਂ। ਲੈ ਐਂ ਕਿਵੇਂ ਨਹੀਂ ਆਪਦੀਆਂ ਬਣੀਆਂ? ਜੇ ਤੁਸੀਂ ਅਗਲੀ ਨੂੰ ਧੀ ਬਣਾ ਕੇ ਰੱਖੋਗੇ, ਅਗਲੀ ਤਾਂ ਹੀ ਧੀ ਬਣ ਕੇ ਰਹੂਗੀ। ਜਿੰਨੀਆਂ ਮਰਜ਼ੀ ਬਣਾ ਲੈ ਪੁੱਤ, ਬਗਾਨੀਆਂ ਬਗਾਨੀਆਂ ਹੁੰਦੀਆਂ। ਮੈਂ ਤਾਂ ਤੈਨੂੰ ਐਂ ਪੁੱਛਦੀ ਹਾਂ, ਤੇਰਾ ਸਹੁਰਾ ਪਰਿਵਾਰ ਕਿਵੇਂ ਹੈ? ਸਹੁਰੇ ਤਾਂ ਮੇਰੇ ਬਹੁਤ ਵਧੀਆ ਰਹਿੰਦੇ ਨੇ ਮੇਰੇ ਨਾਲ। ਪਹਿਲਾਂ ਤਾਂ ਪੁੱਤ ਵਧੀਆ ਹੀ ਹੁੰਦੇ, ਅੱਜ ਹੀ ਪਤਾ ਲੱਗਦਾ। ਨਾਲੇ ਮੈਂ ਤੈਨੂੰ ਐਂ ਕਹਿੰਦੀ ਹਾਂ, ਦੇਖ ਤੇਰੇ ਤੋਂ ਮੈਂ ਕਦੇ ਕੰਮ ਨਹੀਂ ਕਰਾਇਆ, ਤੈਨੂੰ ਪੜ੍ਹਾਇਆ ਪੜ੍ਹਾ ਕੇ ਤਾਂ ਕਿਤੇ ਜਾ ਕੇ ਨੂੰ ਸਰਕਾਰੀ ਮਾਸਟਰ ਨਹੀਂ ਮਿਲੀ ਪੁੱਤ, ਓਨੀ ਤਨਖਾਹ ਤੇਰੀ ਆ, ਓਨੀ ਪਰਾਉਣੇ ਦੀ ਆ, ਤੁਹਾਡੇ ਕੋਲ ਤਾਂ ਇੰਨੇ ਨੋਟ ਆਉਂਦੇ ਨੇ ਚੜੇ ਮਹੀਨੇ, ਬੱਕਰੀ ਨੀ ਚੱਬਦੀ, ਉਹ ਕਰਦਾ ਖੇਤੀ ਵੱਡਾ ਤੁਹਾਡਾ, ਖੇਤੀ ਦਾ ਹੁਣ ਤੈਨੂੰ ਪਤਾ 6 ਮਹੀਨਿਆਂ 'ਚ ਫਸਲ ਆ ਗਈ ਤਾਂ ਆਪਦੀ ਹੈ, ਨਹੀਂ ਇਹ ਨਹੀਂ ਪਤਾ ਜੇ ਕੋਈ ਉਮਰੋਂ ਮਾਰ ਪਏ ਜੇ ਮੀਂਹ ਘਣੀ ਦੀ ਤਾਂ ਖੇਤ 'ਚ ਹੀ ਰੁਲ ਜਾਂਦੀ ਆ। ਮੰਮੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਿਣਾ ਇਹ ਚਾਹੁੰਦੀ ਹਾਂ ਪੁੱਤ, ਕੁਛ ਨਾ ਕੁਛ ਜੋੜ ਲਿਓ, ਖਰਚ ਹੀ ਨਾ ਖਰਚ ਕਰੀ ਜਾਇਓ,
ਮੰਮੀ ਗੱਲ ਤਾਂ ਤੁਹਾਡੀ ਸਹੀ ਆ, ਉਹਨਾਂ ਨੇ ਤਾਂ ਫਸਲ ਦੀ ਕਮਾਈ 6 ਮਹੀਨੇ ਵਾਧਾ ਹੁੰਦੀ ਹੈ ਤੇ ਸਾਡੀ ਦੋਹੇ ਜੀਆਂ ਦੀ ਤਨਖਾਹ 4 ਮਹੀਨੇ ਆ ਜਾਂਦੀ ਹੈ। ਇਸ ਹਿਸਾਬ ਨਾਲ ਤਾਂ ਅਸੀਂ ਰੁਪਈਆ ਵੀ ਨਹੀਂ ਜੋੜ ਸਕਦੇ। ਉਹੀ ਤਾਂ ਤੈਨੂੰ ਮੈਂ ਕਹਿੰਦੀ ਆ, ਨਾਲੇ ਜੇ ਦਾ ਨਾ ਕੂੜਾ ਕਰ ਲਈ, ਬਥੇਰੇ ਰੁਪਈਏ ਨੇ ਤੁਹਾਡੇ ਕੋਲ, ਨੌਕਰ ਰਾਣੀ ਰੱਖ ਲਾ, ਐਵੇਂ ਨਾ ਧੰਦਿਆਂ ਚ ਬੜੀ ਰਿਹਾ ਕਰ। ਲੈ ਦੱਸ, 4 ਤਾਂ ਸਾਡੇ ਕੰਮ ਨੇ, ਮੈਂ ਤਾਂ ਆਪੇ ਕਰ ਲਿਆ ਕਰੂੰਗੀ। ਉੱਥੇ ਤਾਂ ਤੂੰ ਕਰ ਲਿਆ ਕਰੇਗੀ, ਇੱਥੇ ਕਿ ਤੈਨੂੰ ਪਟਮੇਲੀ ਪੈਂਦੀ ਸੀ, ਪਾਣੀ ਦਾ ਗਲਾਸ ਨੀ ਕਦੇ ਚੱਕ ਕੇ ਪੀਤਾ, ਉਹਦੀ ਹਾਕ ਮਾਰ ਦਿੰਦੀ ਮੰਮੀ ਪਾਣੀ, ਉਹ ਵੀ ਮੰਜੇ ਤੇ। ਚੱਲ ਕੋਈ ਨਾ, ਵੇਖਦੇ ਆ ਮੰਮੀ। ਦੇਖਦੀ ਕੀ ਹੈ, ਅੱਡ ਹੋ ਜੀ ਜਾਂਦੀ ਹੋਈ, ਦੇਖੇਗੀ ਕੀ ਉਸ ਬਣ ਜੂਗਾ ਤੁਹਾਡਾ, ਨਹੀਂ ਤਾਂ ਘਰ ਚ ਹੀ ਚੱਲੀ ਜਾਣਗੇ ਸਾਰੇ ਰੁਪਈਏ। ਮਾਗਰੋਂ ਖੜੇ ਝਾਕੋਂਗੇ ਦੋਨੇ ਜੀ ਜਦੋਂ ਅੱਡ ਕਰਤੇ, ਨਾਲੇ ਗੱਲ ਹੋਰ ਸੋਹਣਾ, ਇਹ ਨੀ ਪਤਾ ਸਾਰੀ ਜ਼ਮੀਨ ਆਪਦੇ ਨਾਂ ਕਰਾ ਜੇ। ਵੱਡਾ ਹੁਸ਼ਿਆਰ ਬਹੁਤ ਆ ਨਾ, ਤੇਰੀ ਜਠਾਣੀ ਏਡੀ ਚਲਾਕ ਹੈ, ਮੈਂ ਤਾਂ ਦੇਖ ਲਈ ਸੀ ਉਦੋਂ ਮਿਲਣੀ ਵੇਲੇ ਕਿਵੇਂ ਗੱਲਾਂ ਕਰਦੀ ਸੀ ਉਹ, ਉੱਤੋਂ ਹੀ ਪੁੱਛਦੀ ਆ ਗੱਲ ਨੂੰ ਉਹ। ਹਾਂ ਮਾੜੀ ਚੁਸਤ ਬਣ ਕੇ ਰਿਹਾ ਘਰ, ਹੁਣ ਤਾਂ ਤੁਸੀਂ ਵੇਖਦੇ ਜਾਇਓ ਮੰਮੀ ਕਿ ਮੈਂ ਜਾ ਕੇ ਕੀ ਕੁਛ ਕਰਦੀ ਹਾਂ। ਕੀ ਹਾਲ ਆ ਬਾਈ? ਵਧੀਆ, ਵਿਆਹ ਕਰਵਾ ਕੇ ਯਾਰ ਗਾਇਬ ਹੀ ਹੋ ਗਿਆ ਤੂੰ। ਉਹ ਨਾ ਨਾ ਬਾਈ, ਤੁਹਾਨੂੰ ਪਤਾ ਤਾਂ ਹੈ ਯਾਰ, ਬਸ ਘਰ ਦੀਆਂ ਕਬੀਲਦਾਰੀਆਂ ਚੁੜਦੇ ਰਹਿਣਾ। ਉਹ 15 ਦਿਨ ਹੋਏ ਨੇ ਤੇਰੇ ਵਿਆਹ ਨੂੰ, ਹੁਣੀ ਉਲਝਣ ਲੱਗ ਗਿਆ ਤੂੰ। ਉਹ ਬਸ ਤੁਹਾਨੂੰ ਪਤਾ ਹੀ ਆ ਬਾਈ, ਮਾਸਟਰਾਂ ਤੇਰੀ ਤਾਂ ਲਾਟਰੀ ਲੱਗ ਗਈ ਯਾਰ, ਇੱਕ ਤਾਂ ਭਾਬੀ ਵਾਲੀ ਸੋਹਣੀ ਆ, ਉੱਪਰੋਂ ਸਰਕਾਰੀ ਜੌਬ ਤੇ ਤੇਰੇ ਵਾਂਗੂ, ਹੁਣ ਤਾਂ 2-2 ਤਨਖਾਹਾਂ ਆਉਂਦੀਆਂ ਨੇ, ਪੈਸਾ ਹੀ ਪੈਸਾ। ਉਹ ਨਾ ਨਾ ਬਾਈ, ਕਿਹੜਾ ਪੈਸਾ ਯਾਰ, ਤੁਹਾਨੂੰ ਪਤਾ ਤਾਂ ਹੈ ਬਾਪੂ ਦੇ ਜਾਣ ਤੋਂ ਬਾਅਦ ਸਾਰੀ ਕਬੀਲਦਾਰੀ ਬਾਈ ਦੇ ਹੱਥ 'ਚ ਆ। ਉਹ ਮਾਸਟਰਾ ਤੂੰ ਤਾਂ ਹੱਦ ਕਰਦਾ ਯਾਰ, ਤੇਰੀ ਸਰਕਾਰੀ ਜੌਬ, ਤੇਰਾ ਆਪਦਾ ਪੈਸਾ, ਤੂੰ ਜਿੱਥੇ ਮਰਜ਼ੀ ਖਰਚੇ। ਨਾਲੇ ਬਾਈ ਮੇਰੀ ਗੱਲ ਸੁਣ, ਤੂੰ ਆਪਣੇ ਭਰਾ ਦੇ ਥੱਲੇ ਲੱਗ ਕੇ ਕਿੰਨਾ ਕੁ ਟਾਈਮ ਰਹੇਗਾ? ਤੂੰ ਸਾਡੇ ਕ ਨਹੀਂ ਦੇਖ, ਅਸੀਂ ਆਪਦੀ ਜ਼ਿੰਦਗੀ 'ਚ ਨਜ਼ਾਰੇ ਲੈਂਦੇ ਹਾਂਗੇ, ਨਾਲੇ ਕੋਈ ਟੈਨਸ਼ਨ। ਸਹੀ ਗੱਲ ਆ ਬਾਈ ਤੁਹਾਡੀ। ਬਾਈ ਨਾਲੇ ਹੁਣ ਤੂੰ ਵਿਆਹ ਆ ਗਿਆ, ਜਵਾਕ ਥੋੜ੍ਹੀ ਆ, ਕਿੰਨਾ ਕੁ ਟਾਈਮ ਘੁੱਟ ਕੇ ਜੀਵੇਂਗਾ, ਆਜ਼ਾਦੀ ਮੰਗ ਆਜ਼ਾਦੀ। ਉਹ ਚੱਲ ਛੱਡ, ਤੂੰ ਹੋਰ ਦੱਸ ਭਰਜਾਈ ਦਾ ਸੁਭਾਅ ਕਿਵੇਂ? ਉਹ ਤਾਂ ਯਾਰ ਬੇਚਾਰੀ ਬਾਹਲੀ ਚੰਗੀ ਆ। ਮਾਸਟਰਾ ਤੇਰੇ ਨਾਲ ਅਸੀਂ ਨਾਰਾਜ਼ ਆ ਯਾਰ। ਕਿਉਂ ਬਾਈ ਅਮਰ, ਕਿਹੜੀ ਗੱਲ ਹੋਊਗੀ ਯਾਰ? ਇੱਕ ਪਾਰਟੀ ਬਣਦੀ ਆ ਬਾਈ ਤੇਰੇ ਕਹਿੰਦੇ ਚੰਗੀ ਜੀ। ਉਹ ਲੈ, ਇਹ 'ਚ ਕਿਹੜੀ ਗੱਲ ਆ ਯਾਰ, ਹੁਣ ਦੱਸੋ ਤੁਹਾਡੇ ਵਾਸਤੇ ਮੈਂ ਕੀ ਕਰ ਸਕਦਾ? ਤੂੰ ਐਂ ਕਰ ਯਾਰ, ਸਾਨੂੰ ਸਮਾਣੇ ਲੈ ਕੇ ਚੱਲ, ਇੱਕ ਵਧੀਆ ਜੀ ਪਾਰਟੀ ਕਰਕੇ ਲਿਆ। ਉਹ ਬਸ ਇੰਨੀ ਕੁ ਗੱਲ ਆ ਯਾਰ, ਪਾਰਟੀ ਵਾਲੀ ਕਿਹੜੀ ਗੱਲ ਕਰਤੀ, ਆ ਜਾਓ ਬੈਠੋ ਨਾਲ ਮੇਰੇ, ਖੁੱਲ ਕੇ ਖਾ ਲਿਓ ਜੋ ਖਾਣਾ ਹੋਇਆ, ਸਮਾਣੇ ਚੱਲਦੇ ਆ, ਡੇੜ ਲਓ ਜਿਹੜਾ ਮੁਰਗਾ ਡੇੜਨਾ ਹੋਇਆ ਤੁਸੀਂ। ਨਾਲੇ ਬਹਾਨੇ ਨਾਲ ਗੇੜਾ ਮਾਰ ਜਾਣਗੇ, ਨਾਲੇ ਛੱਡ ਜਾਣਗੇ, ਤੇ ਫਿਰ ਤੂੰ ਪਤਾ ਕਰ ਲਿਆ ਸੀ ਤੁਰਪੇ ਕਿ ਨਾ? ਜਦੋਂ ਮੇਰੀ ਫੋਨ ਤੇ ਗੱਲ ਹੋਈ ਸੀ ਉਦੋਂ ਤੁਰਪੇ ਸੀਗੇ, ਪਰ ਬਾਕੀ ਮੈਂ ਹੁਣ ਵੀ ਪੁੱਛ ਲੈਣਾ ਕਰਕੇ ਹੈ ਨਾ, ਨੇੜੇ ਹੀ ਹੋਣੇ ਹੁੰਦਾ। ਹੁਣ ਕੁੜੀ ਖੜਾ ਹੀ ਰੱਖੇਗਾ, ਅੰਦਰ ਵੀ ਲੈ ਕੇ ਜਾਣਗੇ ਇਹਨਾਂ ਨੂੰ? ਨਾ ਨਾ ਮਾਤਾ, ਇਹਨੂੰ ਇੱਥੇ ਬਿਠਾਉਂਦੇ ਆਪਾਂ। ਚਲੋ
ਵੱਡੀ ਨਾਲ ਫਿਰ ਤੈਨੂੰ ਪਤਾ ਕੰਮ ਧੰਦਾ ਜਾ ਕਰਾਉਣਾ ਪੈਂਦਾ ਹਨਾ, ਘਰ ਦੇ ਸੁੱਖ ਨਾਲ ਕੰਮ ਵੱਧ ਹੋ ਜਾਂਦੇ ਨੇ ਤਾਂ ਨੀ ਆਇਆ ਗਿਆ ਮੇਰੇ ਕੋਲ। ਇਹ ਵੀ ਤੇਰੀ ਗੱਲ ਠੀਕ ਹੈ ਭੈਣ, ਮੈਂ ਤਾਂ ਸੋਚਿਆ ਤੁਹਾਨੂੰ ਵੀ ਚਾਹੀਦਾ ਹੋਣਾ ਡੋਲੂ ਫੜਾ ਕੇ ਆਵਾਂ ਪਹਿਲਾਂ। ਭੈਣੇ ਬਹੂਆਂ ਨੀ ਦਿਖਦੀਆਂ? ਉਹ ਭੈਣੇ ਵੱਡੀ ਬਹੂ ਤਾਂ ਸਵਾਣੇ ਗਈ ਆ, ਕੰਮ ਸੀ ਥੋੜਾ ਜਿਹਾ, ਤੇ ਛੋਟੀ ਅੰਦਰ ਹੀ ਆ, ਮੈਂ ਮਾਰਦੀ ਆ ਬੋਲ। ਲਵਪ੍ਰੀਤ, ਲਵਪ੍ਰੀਤ ਪੁੱਤ ਤੇਰੀ ਤਾਈ ਆਈ ਹੈ ਬਾਹਰੇ ਆ। ਜਵਾਕ ਅੱਜ ਕੱਲ ਸਾਰੇ ਸੁਨੱਖੇ ਨੇਗੇ। ਹਾਂ ਹਾਂ, ਤੇਰੀ ਗੱਲ ਇਹ ਵੀ ਠੀਕ ਹੈ, ਚੱਲ ਜਿਉਂਦੇ ਵੱਸਦੇ ਰਹਿਣ, ਖੁਸ਼ ਰਹਿਣ ਜਵਾਕ। ਲੱਛਣ ਨਵਾਂ ਵਿਆਹ ਹੋਇਆ ਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ, ਹੁਕਮੀ ਉਤਮ ਨੀਚ ਚੱਲ ਵਧੀਆ ਭੈਣੇ, ਟਾਈਮ ਹੀ ਕੱਢਣਾ, ਦੋ ਰੋਟੀਆਂ ਖਾਣੀਆਂ ਨੇ, ਹੋਰ ਕੀ ਕਰਨਾ ਆਪਾਂ ਨੇ। ਆਪਾਂ ਗੱਲ ਠੀਕ ਹੈ ਭੈਣੇ, ਸੁੱਖ ਨਾਲ ਹੁਣ ਤੇਰੇ ਵੀ ਦੋ ਦੋ ਨੂੰਹਾਂ ਆ ਗਈਆਂ, ਤੇਰਾ ਖਿਆਲ ਵੀ ਰੱਖਦੀਆਂ ਨੇ, ਕਰਦੀਆਂ ਨੇ ਤੇਰੀ ਸੇਵਾ। ਹਾਂ ਭੈਣੇ, ਮੇਰੀਆਂ ਨੂੰਹਾਂ ਸੁੱਖ ਨਾਲ ਬਹੁਤ ਸਿਆਣੀਆਂ ਨੇ, ਬੜਾ ਖਿਆਲ ਰੱਖਦੀਆਂ ਨੇ ਮੇਰਾ। ਤੂੰ ਸੁਣਾ ਤੇਰੀਆਂ ਨੂੰਹਾਂ ਦਾ ਹਾਲ। ਨਹੀਂ ਭੈਣੇ ਮੈਂ ਕੀ ਦੱਸਾਂ, ਅੱਜ ਜਦੋਂ ਦੀ ਤਾਂ ਬੜੀ ਨੂੰਹ ਸੀ ਇਕੱਲੀ, ਯਾਰ ਤਾਂ ਵਧੀਆ ਲੰਘੀ ਗਿਆ ਟਾਈਮ। ਜਿੱਦਿਆਂ ਦੀ ਭੈਣੇ ਆ ਛੋਟੀ ਆਈ ਆ ਵਿਆਹ ਕੇ, ਦੇਖ ਲੈ ਲੜੋ ਲੜਾਈਆਂ, ਇੱਕ ਦੂਜੀ ਨੂੰ ਭੈਣੇ ਦੇਖ ਕੇ ਨਹੀਂ ਜਰਦੀਆਂ। ਕਿਉਂ, ਇਹੋ ਜਿਹਾ ਕੀ ਹੋ ਗਿਆ? ਭੈਣੇ ਪਹਿਲਾਂ ਤਾਂ ਵੱਡੀ ਨੂੰਹ ਸੀ ਇਕੱਲੀ ਸੀ, ਨਾਲੇ ਉਹ ਘੱਟ ਪੜ੍ਹੀ ਵੀ ਸੀਗੀ, ਆ ਛੋਟੀ ਜ਼ਿਆਦਾ ਪੜ੍ਹੀ ਲਿਖੀ ਹੈ। ਇਹ ਤਾਂ ਭੈਣੇ ਆਪਣੇ ਹਿਸਾਬ ਨਾਲ ਚੱਲਦੀ ਹੈ, ਕਿਸੇ ਦੀ ਸੁਣਦੀ ਉਹ ਨਹੀਂ ਹੈਗੀ, ਆਪਸ ਵਿੱਚ ਦੇਖ ਲੈ ਇੱਕ ਦੂਜੀ ਨੂੰ ਦੇਖ ਕੇ ਨਹੀਂ ਜਰਦੀਆਂ। ਭੈਣੇ ਸਾਰਾ ਦਿਨ ਲੜਾਈ ਕਰਦੀਆਂ ਨੇ, ਮੇਰਾ ਤਾਂ ਬਹੁਤ ਮਨ ਦੁਖੀ ਹੈ, ਪਤਾ ਨਹੀਂ ਕੀ ਬਣੂ ਕੀ ਨਾ ਮੇਰੇ ਘਰ ਦਾ। ਨਹੀਂ ਭੈਣੇ ਤੂੰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਿਆ ਕਰ, ਫਿਕਰ ਨਾ ਕਰ। ਨਹੀਂ ਭੈਣੇ ਮੈਂ ਤਾਂ ਬਥੇਰਾ ਸਮਝਾਉਣੀ ਹੈ, ਮੇਰੀ ਕਿੱਥੇ ਸੁਣਦੀਆਂ ਨੇ,
ਮੈਨੂੰ ਤਾਂ ਬੁੜੀ ਬੁੜੀ ਕਹਿ ਕੇ ਬੁਲਾਉਂਦੀਆਂ ਨੇ, ਬੁੜੀ ਤੋਂ ਬਿਨਾਂ ਨਹੀਂ ਬੋਲਦੀਆਂ ਭੈਣੇ ਦੋ ਜਣੀਆਂ, ਮੇਰੀ ਤਾਂ ਬਹੁਤ ਜੀਨ ਖਰਾਬ ਹੈ। ਅੱਛਾ ਚੱਲ ਕੋਈ ਨਾ ਭੈਣੇ, ਫਿਕਰ ਨਾ ਕਰ, ਵਾਹਿਗੁਰੂ ਭਲੀ ਕਰੂਗਾ। ਭੈਣੇ ਮੈਂ ਤਾਂ ਕਿਸੇ ਨੂੰ ਦੱਸ ਨਹੀਂ ਸਕਦੀ, ਮੈਂ ਤਾਂ ਬਹੁਤ ਦੁਖੀ ਹੋਈ ਪਈ ਹਾਂ, ਤੇਰੇ ਨਾਲ ਦੀਆਂ ਚਾਰ ਗੱਲਾਂ ਕਰ ਲਈਆਂ। ਚੱਲ ਚੰਗਾ ਭੈਣੇ, ਜਾਂਦੀ ਹਾਂ ਮੈਂ। ਚੰਗਾ ਆਪਦਾ ਖਿਆਲ ਰੱਖੀ ਭੈਣੇ। ਮਤਲਬ ਇਹ ਹੈ ਵੀ ਮੇਰੇ ਨਾਲ ਲੱਗ ਕੇ ਕੱਪੜੇ ਧਵਾ ਦੋ। ਸਾਰੇ ਘਰ ਦੇ ਕੰਮ ਮੈਨੂੰ ਬੰਨ ਕੇ ਦਿੱਤੇ ਹੋਏ, ਅੱਧ ਦੀ ਮਾਲਕਣਾ, ਅੱਧਾ ਕੰਮ ਵੰਡ ਕੇ ਕਰਿਆ ਕਰ। ਨਾਲ ਜੇ ਦਾ ਨਾ ਪੂਰਾ ਕਰ ਲਈ, ਬਥੇਰੇ ਰੁਪਈਏ ਨੇ ਤੁਹਾਡੇ ਕੋਲ, ਨੌਕਰ ਰਾਣੀ ਰੱਖ ਲਾ, ਇਵੇਂ ਨਾ ਧੰਦਿਆਂ ਚ ਬੜੀ ਰਿਹਾ ਕਰ। ਕੀ ਹੋਇਆ ਸਾਨੂੰ, ਕਿਉਂ ਰੌਲਾ ਪਾਇਆਗਾ? ਆ ਦੇਖ ਲਓ ਮੰਮੀ, ਇੰਨੇ ਕੱਪੜੇ ਸੁੱਟ ਕੇ ਕਹਿੰਦੀ ਤੂੰ ਕੱਪੜੇ ਧੋ ਦੇ। ਚੱਲ ਕੋਈ ਨਾ ਪੁੱਤ, ਮੈਂ ਲੱਗਦੀ ਹਾਂ ਤੇਰੇ ਨਾਲ, ਆਪਾਂ ਧੋ ਲੈਂਦੇ। ਮੈਂ ਕਿਵੇਂ ਲੱਗਦੀ ਹਾਂ ਮੰਮੀ, ਜੇ ਇਹਦਾ ਸਰਦਾ ਹੈ ਮੇਰਾ ਕਿਹੜਾ ਗੱਡਾ ਖੜਿਆ, ਧੋਂਦੀ ਮੈਂ ਵੀ ਨੀ ਆ ਪਏ ਨੇ। ਆ ਦੇਖ ਲੈ ਬੇਬੇ ਕਿਵੇਂ ਚਵਰ ਚਵਰ ਬੋਲਦੀ ਹੈ। ਚੱਲ ਕੋਈ ਨਾ ਪੁੱਤ, ਤੂੰ ਸਿਆਣੀ ਹੈ, ਫਿਰ ਕੀ ਹੁੰਦਾ, ਆਪਾਂ ਧੋ ਲੈਂਦੇ ਹਾਂ, ਐਂ ਨੀ ਕਰਿਆ ਕਰ। ਹਾਂ ਜਿਹੜਾ ਕੁਛ ਇਹ ਕਰਦੀ ਉਹ ਤਾਂ ਸਹੀ ਹੈ ਨਾ। ਨਾ ਮੈਂ ਕੀ ਕਰਤਾ ਨੀ, ਮੈਂ ਤਾਂ ਨਵੀਂ ਨਵੇਲੀ ਕਰਕੇ ਚੁੱਪ ਕਰ ਜਾਣੀ ਹੈ, ਤੂੰ ਤਾਂ ਮੇਰਾ ਸਿਰ ਚਗਲੀਆਂ ਕਰਨ ਲੱਗ ਗਈ। ਨਹੀਂ ਨਵੀਂ ਨਵੇਲੀ ਕਰਕੇ ਤਾਂ ਮੈਂ ਨੀ ਬੋਲਦੀ, ਚੁੱਪਾ ਮੈਂ, ਤੁਸੀਂ ਤਾਂ ਮੈਨੂੰ ਨੌਕਰਾਣੀ ਬਣਾ ਛੱਡਿਆ। ਜੇ ਇੰਨੇ ਹੀ ਹੈ ਨਾ, ਵੰਡ ਕੇ ਕੰਮ ਕਰ ਲਿਆ ਕਰ, ਆ ਸਾਡੇ ਕੱਪੜੇ ਅੱਡ ਕੱਢ ਦੇ, ਮੈਂ ਤਾਂ ਆਪਦੇ ਆਪ ਹੀ ਧੋ ਲੂੰ। ਧੋ ਲੈ ਧੋ ਲੈ, ਮੈਂ ਕਿਹੜਾ ਧੋਣ ਲੱਗੀ ਤੇਰੇ ਕੱਪੜੇ। ਤੁਸੀਂ ਕਿਉਂ ਰੌਲਾ ਪਾਇਆ, ਮੈਂ ਧੋ ਦਿੰਦੀ ਹਾਂ ਤੁਹਾਨੂੰ। ਬੜੀ ਨੂੰ ਤੀ ਕੱਲੀ ਯਾਰ, ਤਾਂ ਵਧੀਆ ਲੰਘੀ ਆ ਟਾਈਮ। ਜਿੱਦਾਂ ਦੀ ਭੈਣੇ ਛੋਟੀ ਆਈ ਆ ਵਿਆਹ ਕੇ, ਦੇਖ ਲੈ ਲੜੋ ਲੜਾਈਆਂ, ਇੱਕ ਦੂਜੀ ਨੂੰ ਭੈਣੇ ਦੇਖ ਕੇ ਨਹੀਂ ਜਰਦੀਆਂ। ਉਹ ਤੂੰ ਇੰਨਾ ਹੋਏਗਾ ਓਏ, ਸਾਰੀ ਦਿਹਾੜੀ ਗੇਮ ਖੇਡੀ ਨਾ, ਛੱਡ ਨਾ। ਉਹ ਰੋਟੀ ਲਿਆ ਦੋ, ਕਿੰਨਾ ਦੁਪਹਿਰ ਚੜ ਗਿਆ ਸੁੱਤੋ ਰੋਟੀ ਦਿਖਦੀ। ਰੋਟੀ ਤਾਂ ਬਣੀ ਪਈ ਹੈ ਜੀ, ਬਸ ਮੈਂ ਹੁਣੇ ਲੈ ਕੇ ਆਈ। ਫਿਰ ਤੈਨੂੰ ਦਿਖਦਾ ਨੀ, ਅੰਨਾ ਹੋਏਗਾ ਤੂੰ, ਹੋਰ ਤਾਂ ਕੋਈ ਤੈਨੂੰ ਰੋਕਦਾ ਨੀ। ਬੇ ਪੁੱਤ ਕੀ ਹੋ ਗਿਆ ਤੈਨੂੰ, ਇੰਨੇ ਗੁੱਸੇ ਚ ਕਾਹਤੋਂ ਬੋਲ ਰਿਹਾ ਤੂੰ? ਉਹ ਮਾਤਾ ਮੈਨੂੰ ਨਾ ਛੇੜ, ਤੂੰ ਚੁੱਪ ਕਰਕੇ ਬੈਠੀ ਰਹਿ। ਬੇ ਕੁਛ ਤਾਂ ਹੋਇਆ ਹੋਊ, ਦੱਸੇਗਾ ਵੀ? ਸਾਰੀ ਦਿਹਾੜੀ ਤਾਂ ਮੇਰੀ ਪਟਿਆਲੇ ਲੰਘ ਗਈ, ਉਸ ਤੋਂ ਬਾਅਦ ਆ ਕੇ ਲੱਗ ਗਿਆ ਮੈਂ ਖੇਤ, ਹਜੇ ਤਾਂ ਕਹਿੰਦੇ ਰੋਟੀ ਦਿਖਦੀ। ਆ ਲਓ ਜੀ ਰੋਟੀ। ਮੈਨੂੰ ਲੱਗਦਾ ਸਵੇਰ ਵਾਲੀ ਮੱਥੇ ਮਰੀਆਂ, ਠੰਡੀਆਂ ਰੋਟੀਆਂ, ਮਰ ਲਓ ਇਹ ਖੇਤ ਸਾਰੀ ਦਿਹਾੜੀ। ਓਏ ਸਬਜ਼ੀ ਆ ਕੋਈ, ਖਾ ਕੇ ਦੇਖੀ ਤੂੰ, ਹੋ ਕੀ ਗਿਆ ਤੈਨੂੰ? ਖਾਈ, ਇਹ ਝੱਗ ਲਾਰ ਕੇ ਮਨ ਪੱਕਾ ਲੂਣ। ਸਬਜ਼ੀ ਤਾਂ ਛੋਟੀ ਬਣਾਉਂਦੀ ਆ ਰੋਜ਼, ਫਿਰ ਉਹਨੂੰ ਇੰਨੀ ਅਕਲ ਨਹੀਂ ਕਿਵੇਂ ਬਣਾਉਣੀ ਆ, ਮੈਨੂੰ ਲੱਗਦਾ ਨੈੱਟ ਤੋਂ ਦੇਖ ਕੇ ਬਣਾਈ ਬਣਾਈ ਜਾਂਦੀ ਆ ਤਾਂ। ਉਹ ਤੂੰ ਪਾਣੀ ਲਿਆ ਦੇ ਖੜੀ ਆ, ਲਿਆਉਣੀ ਹੈ ਜੀ। ਐਂ ਨੀ ਬੋਲਿਆ ਕਰਦੇ, ਫਿਰ ਵੀ ਛੋਟੀ ਹੈ ਤੇ ਤੂੰ। ਉਹ ਮਾਤਾ ਫਿਰ ਉਹਨੂੰ ਵੀ ਸਮਝ ਸਹੀ ਆ, ਸਬਜ਼ੀ ਕਿਵੇਂ ਬਣਾਉਣੀ ਆ। ਇਹਨੂੰ ਮੈਂ ਚੱਕ ਕੇ ਭਗਾ ਕੇ ਮਾਰੂ ਥਾਲੀ ਜੀ, ਤੇ ਇੱਥੋਂ ਲੈ ਜਾ ਆਪਣਾ। ਆ ਲਓ ਜੀ ਪਾਣੀ।
ਖਵਾ ਤੇ ਪੁੜੇ ਤੁਸੀਂ। ਉਹ ਕੀ ਗੱਲ ਹੋ ਗਈ ਬਾਈ, ਕਿਉਂ ਤੱਤਾ ਹੋਇਆ ਫਿਰਦਾ? ਤੱਤਾ ਹੋਵਾਂ ਨਾ, ਆ ਜਿਹੜੀ ਮੈਡਮ ਨੂੰ ਵਿਆਹ ਕੇ ਲਿਆਇਆ ਨਾ, ਇਹਨੂੰ ਪੜਾਉਣਾ ਵੀ ਸਮਝਾ ਦੇ ਪੁੱਤ, ਮਨ ਪੱਕਾ ਲੂਣ ਅੱਗ ਲਾ ਰਿਹਾ ਸਬਜ਼ੀ ਚ। ਤਾਰੀਫ ਨੀ ਕੀਤੀ, ਇਹਦੀ ਬਣਾਈ ਹੋਈ ਸਬਜ਼ੀ ਉਹਨਾਂ ਨੂੰ ਬੜੀ ਸਵਾਦ ਲੱਗਦੀ ਹੈ। ਆਹੀ ਗੱਲ ਤੋਂ ਪਿਆਰ ਨਾਲ ਵੀ ਕਹਿ ਸਕਦਾ, ਪਿਆਰ ਨਾਲ ਕਹਿ ਸਕਦਾ, ਸਾਰੀ ਦਿਹਾੜੀ ਖੇਤਾਂ ਚ ਮੈਂ ਮਰਦਾ, ਤੜਕੀ ਲੱਗ ਜਾ ਨਵੇਂ ਕੱਪੜੇ ਪਾ ਕੇ, ਇੱਕ ਰੋਟੀ ਇਹ ਘਰ ਚ ਚੱਜ ਗੱਲ ਫਿਰਦੀ। ਉਹ ਯਾਰ ਪਰਾਂ ਹੋ ਤੂੰ, ਪਤਾ ਕੀ ਗੱਲ ਹੋ ਗਈ, ਇਹਨੂੰ ਕਿਉਂ ਭੱਗ ਰਿਹਾ ਹੈ? ਮੈਨੂੰ ਤਾਂ ਪਤਾ ਨਹੀਂ, ਖੇਤੋਂ ਤੋਂ ਗਿਆ ਬਖਰੇ ਆਇਆ, ਘਰੇ ਆ ਕੇ ਰੋਟੀ ਖਾਣ ਲੱਗਿਆ, ਆ ਸਬਜ਼ੀ ਜੀ ਨੂੰ ਨਾਲ ਬਾਹਰ ਪਾ ਰੱਖਿਆ, ਪਤਾ ਨਹੀਂ ਕਿਹੜੀ ਨੇ ਪਾਇਆ ਵਾਲ ਬਣਾਉਂਦੀ ਤਾਂ ਛੋਟੀ ਹੋਇਆ ਰੋਜ਼। ਮੈਨੂੰ ਨੀ ਪਤਾ ਦਾਲ ਕਿਵੇਂ ਖਾਰੀ ਹੋ ਗਈ, ਹਰ ਵਾਰ ਦੀ ਤਰ੍ਹਾਂ ਮੈਂ ਲੂਣ ਮਿਰਚ ਬਿਲਕੁਲ ਸਹੀ ਪਾਇਆ ਸੀ, ਨਾਲੇ ਤੁਸੀਂ ਨਾ ਸੁਣਦੇ ਰਹੋ ਆਪਦੇ ਭਰਾ ਦੀਆਂ ਝਟਕਾਂ, ਮੈਂ ਨੀ ਸੁਣਦੀ। ਚੱਲ ਛੱਡ, ਕਿਉਂ ਗੁੱਸਾ ਕਰਦੀ ਹੈ? ਮੈਨੂੰ ਇੱਕ ਗੱਲ ਦੱਸੋ, ਕਰਦਾ ਕਿਹੜਾ ਕੰਮ ਹੈ ਜਿਹੜਾ ਮੈਂ ਕਰਦੀ ਨੀ? ਵੱਡੀ ਨੇ ਨਾ ਮੈਨੂੰ ਨੌਕਰਾਣੀ ਬਣਾ ਛੱਡਿਆ। ਨਾਲੇ ਇੱਕ ਗੱਲ ਯਾਦ ਰੱਖਿਓ, ਤੁਹਾਡੇ ਬਰਾਬਰ ਤਨਖਾਹ ਹੁੰਦੀ ਆ ਮੇਰੀ, ਜੇ ਮੈਂ ਚਾਹਾਂ ਤਾਂ ਨੌਕਰਾਣੀ ਵੀ ਰੱਖ ਸਕਦੀ ਹਾਂ, ਮੈਂ ਫੇਰ ਵੀ ਸੋਚਦੀ ਹਾਂ ਵੀ ਚੱਲ ਕਿਉਂ ਰੱਖਣੀ ਹੈ। ਚੱਲ ਛੱਡ ਯਾਰ, ਕਿਉਂ ਗੁੱਸਾ ਕਰਦੀ ਆ? ਮੈਂ ਕਹਿ ਦੂੰਗਾ ਬਾਈ ਨੂੰ। ਯਾਰ ਉਹਨਾਂ ਦਾ ਕੀ ਹੱਕ ਬਣਦਾ ਮੈਨੂੰ ਕੁਛ ਕਹਿਣ ਦਾ? ਮੈਂ ਕੁਛ ਨੀ ਸੁਣ ਸਕਦੀ ਉਹਨਾਂ ਦੇ ਮੂੰਹੋਂ। ਉਹ ਯਾਰ ਤੇਰੇ ਸਾਹਮਣੇ ਮੈਂ ਹੁਣ ਬਾਈ ਨੂੰ ਕਹਿ ਤਾਂ ਦਿੱਤਾ ਸੀਗਾ। ਪਤਾ ਹੀ ਹੈ ਮੈਨੂੰ ਕਿੰਨੇ ਕੁ ਰੋਹ ਨਾਲ ਕਿਹਾ ਸੀ ਤੁਸੀਂ ਨੇ, ਤੁਹਾਡੀ ਤਾਂ ਆਵਾਜ਼ ਤੱਕ ਨੀ ਨਿਕਲਦੀ ਗਲੇ ਤੋਂ ਨੀਚੋਂ ਨਾ ਸਾਹਮਣੇ। ਤੁਸੀਂ ਉੱਚੀ ਵਾਚ ਗੱਲ ਕਰੋ, ਨੋ ਪ੍ਰੋਬਲਮ, ਪਰ ਮੈਂ ਉਹਨਾਂ ਦੀਆਂ ਗੱਲਾਂ ਨੀ ਸੁਣ ਸਕਦੀ। ਮਨ ਵੀ ਲਈ ਦੀ ਹੁੰਦੀ ਆ, ਜਾਏ ਕਰ ਜਲਦੀ ਜਾ, ਕੋਈ ਹੋਰ ਸਬਜ਼ੀ ਬਣਾ ਕੇ ਲੈ ਕੇ ਆ, ਮੈਨੂੰ ਬਹੁਤ ਭੁੱਖ ਲੱਗੀ ਵੀ ਆ। ਆਪਣੀ ਭਾਬੀ ਨੂੰ ਕਹਿ ਦੋ ਉਹ ਬਣਾ ਦੂਗੀ। ਚੱਲ ਕੋਈ ਨਾ ਫਿਰ, ਮੈਂ ਚਾਰ ਨਾਲ ਖਾ ਲੂੰਗਾ। ਖਾ ਲਓ। ਜੇ ਲੈ ਯਾਰ ਮੇਰੇ ਪੁੱਤ ਨੀ, ਤੁਸੀਂ ਆਓ ਯਾਰ ਇੱਥੋਂ। ਚੱਲ ਠੀਕ ਆ ਬਈ, ਜਾਣਾ ਹੀ ਪੈਣਾ, ਹੁਣ ਤਾਂ ਨੀ ਬਾਈ ਵਾਲਾ ਗੁੱਸਾ ਮੇਰੇ ਤੇ। ਝਾੜੂ ਪੋਚਾ ਲਾਉਂਦੀ ਤੇ ਢੂਹੀ ਦੁਖਣ ਲੱਗ ਜਾਂਦੀਆਂ, ਮਾਰਦੀਆਂ ਗੱਲਾਂ। ਫਿਰ ਮੈਂ ਕੀ ਕਰਾਂ ਜੇ ਢੂਹੀ ਦੁਖਣ ਲੱਗ ਜਾਂਦੀ ਹੈ ਤਾਂ? ਮੈਂ ਕਿਹੜੇ ਘਰ ਦੇ ਕੰਮ ਨੀ ਕਰਦੀ,
ਆਹੋ ਲਿਆਉਣੀ ਨਾ ਪਹਾੜੋਂ ਪੱਥਰ ਤੋੜ ਕੇ, ਆ ਘਰ ਦੇ ਕੰਮ ਤਾਂ ਕਰਨੇ ਪੈਣਗੇ। ਮੈਂ ਕਿਹੜਾ ਕਿਹਾ ਵੀ ਮੈਂ ਕੋਈ ਕੰਮ ਕਰਦੀ ਨੀ, ਤੁਹਾਡੇ ਤਾਂ ਬਰਾਬਰ ਹੀ ਕਰਦੀ ਆ। ਨੀ ਤੂੰ ਕੀ ਰੀਸਾਂ ਕਰੇਂਗੀ ਮੇਰੀਆਂ, ਆ ਤੇਰੇ ਆਉਣ ਤੋਂ ਪਹਿਲਾਂ ਮੈਂ ਕੱਲੀ ਕੋਈ ਸਾਰਾ ਕੰਮ ਕਰਦੀ ਸੀ। ਪਤਾ ਹੀ ਆ ਮੈਨੂੰ, ਕੱਲੀ ਕਰਦੀ ਸੀ ਤੇ ਮੰਮੀ ਤੋਂ ਕਰਾਉਂਦੀ ਸੀ। ਨੀ ਤੂੰ ਰਹਿਣ ਦੇ, ਮੈਂ ਕੋਈ ਹੋਰ ਨਾ ਸੁਣ ਲਈ। ਚੱਲ ਝਾੜੂ ਪੋਚਾ ਜੇ ਲਾਉਂਦੀ ਮੈਂ ਵੀ ਨੀ, ਹੁਣ ਕੰਮ ਵੰਡ ਕੇ ਹੋਣਗੇ, ਨਹੀਂ ਕੁਛ ਨੀ ਹੁੰਦਾ। ਲੈ ਇਹ ਤਾਂ ਵਧੀਆ ਗੱਲ ਹੈ, ਜੇ ਕੰਮ ਵੰਡ ਕੇ ਹੋਣਗੇ ਤਾਂ ਫੇਰ ਹੀ ਤਾਂ ਪਤਾ ਲੱਗੂਗਾ ਵੀ ਮਗਰੋਂ ਕਿਹੜੀ ਕੰਮ ਕਰਦੀ ਆ ਤੇ ਪਹਿਲਾਂ ਕਿਹੜੀ ਨਿਬੇੜਦੀ ਆ। ਨੀ ਤੂੰ ਰਹਿਣ ਦੇ, ਨੀ ਤੂੰ ਰਹਿਣ ਦੇ, ਜੇ ਅੱਡ ਹੋ ਗਏ ਨਾ ਤਾਂ ਇੱਥੋਂ ਕੁਛ ਨੀ ਹੋਣਾ। ਤੂੰ ਮੇਰੀ ਨਾ ਫਿਕਰ ਕਰ, ਵਾਧੂ ਪੈਸੇ ਨੇ, ਕੰਮ ਵਾਲੀ ਰੱਖ ਲੂ, ਤੂੰ ਆਪਦੀ ਪਰਵਾਹ ਕਰ। ਉਹ ਕੀ ਤੁਸੀਂ ਸਾਰੀ ਦਿਹਾੜੀ ਬੜਬੜ ਕਰਦੇ ਆ ਰਹੇ ਹੋ, ਤੁਹਾਡੀਆਂ ਸਾਰੀਆਂ ਚੀਕਾਂ ਨਾ ਬਿਜੀ ਚ ਜਾਂਦੀਆਂ ਨੇ, ਸਾਲਾ ਸਾਡਾ ਵੀ ਬਾਹਰ ਨਿਕਲਣਾ ਦੁੱਬਰ ਕਰਿਆ ਪਿਆ। ਆ ਮੈਂ ਤਾਂ ਪੋਚਾ ਲਾ ਕੇ ਹਟੀ ਸੀ, ਲੈ ਕੇ ਚੱਪਣਾ ਸਿੱਧੀ ਅੰਦਰ ਵੜ ਗਈ। ਨਾ ਇਹ ਕੋਈ ਨਿਆਣੀ ਆ, ਇਹਨੂੰ ਪਤਾ ਨਹੀਂ ਲੱਗਦਾ ਵੀ ਚੱਪਣ ਲਾ ਕੇ ਅੰਦਰ ਜਾਵੇ। ਮੇਰੀ ਗੱਲ ਸੁਣੋ, ਮੈਨੂੰ ਪਤਾ ਨਹੀਂ ਸੀ ਵੀ ਇਹ ਪੋਚਾ ਲਗਾ ਰਹੀ ਹੈ, ਨਾਰਮਲ ਵੀ ਗੱਲ ਕਹਿ ਸਕਦੀ ਸੀ। ਨਾਲੇ ਬਈ ਤੁਸੀਂ ਵੀ ਤਾਂ ਚੱਪਣਾ ਪਾ ਕੇ ਅੰਦਰ ਆਇਓ, ਇਹਨਾਂ ਨੂੰ ਤਾਂ ਟੋਕਿਆ ਨਹੀਂ। ਤੁਸੀਂ ਨਾ ਤਿੰਨ ਜਣੇ ਹੋ, ਸੋਤੋ ਤਿੰਨ ਜਣੇ ਤੋਂ ਨਾ ਘਰ ਦੇ ਕੰਮ ਨਹੀਂ ਨਿਬੜਦੇ, ਸਾਰੀ ਦਿਹਾੜੀ ਟੈ ਟੈ ਕਰਦੇ ਰਹਿੰਦੇ ਹੋ। ਬਾਈ ਤੂੰ ਤਾਂ ਪੜ੍ਹੀ ਲਿਖਿਆ, ਤੂੰ ਤਾਂ ਅੰਦਰ ਵਗ ਜਾ, ਜਾਏ ਤੂੰ ਪਾਣੀ ਲੈ ਕੇ ਲਿਆਉਣੀ ਹੈ ਜੀ। ਉਹ ਲਵਪ੍ਰੀਤ ਆ ਜਾ ਯਾਰ, ਹੁਣ ਕਿੱਥੇ ਰਹਿ ਗਈ, ਕਿੰਨਾ ਟਾਈਮ ਲਾਏਗੀ, ਪਹਿਲਾਂ ਹੀ ਬਹੁਤ ਲੇਟ ਹੋ ਗਏ। ਆ ਜਾ ਜਲਦੀ ਚੱਲ। ਕਿੱਧਰ ਚੱਲੇ ਹੋ ਤੁਸੀਂ? ਉਹ ਮੰਦਾ ਤੁਸੀਂ ਕਿਤੇ ਬਾਹਰ ਜਾਂਦੇ ਆ, ਤੇਰਾ ਵਿੱਚ ਮੁੰਡੇ ਨਾਲ ਜ਼ਰੂਰੀ ਹੁੰਦਾ? ਮੇਰਾ ਵਿਆਹ ਹੋ ਗਿਆ ਹੁਣ, ਹੋ ਗਿਆ, ਇਹ ਨਹੀਂ ਹੈਗਾ ਮੈਂ ਤੁਹਾਤੋਂ ਹਰ ਗੱਲ ਪੁੱਛ ਕੇ ਜਾਵਾਂ। ਉਹ ਤਾਂ ਮੈਂ ਤਾਂ ਉਹੀ ਪੁੱਛ ਲਿਆ, ਤੂੰ ਐਂ ਕਾਹ ਤੋਂ ਬੋਲਦਾ ਹੈਗਾ? ਬੇਬੇ ਮੈਨੂੰ ਸਾਰਾ ਪਤਾ, ਇਹ ਇਹਨੂੰ ਕਿੱਥੇ ਲੈ ਕੇ ਚੱਲੇ। ਭਾਬੀ ਮੇਰੀ ਗੱਲ ਸੁਣ, ਤੇਰਾ ਸਾਡੇ ਵਿੱਚ ਬੋਲਣ ਦਾ ਕੋਈ ਹੱਕ ਨਹੀਂ। ਆਹ ਦੇਖ ਲਓ ਜੀ, ਮੈਨੂੰ ਦੇਖ ਕੇ ਤਾਂ ਜਮੀ ਨਹੀਂ ਜਰਦੀ। ਤੀਜੇ ਦਿਨ ਉਹ ਕਹਿੰਦੇ ਸੈਰ ਸਪਾਟਿਆਂ ਨੂੰ, ਕਿਉਂ ਪੈਸੇ ਝਾੜਾ ਨਾ ਲੱਗਦੇ ਨੇ? ਜਾਊਂਗੀ, ਤੇਰਾ ਕਿਹੜਾ ਪਿਓ ਦੇ ਕੇ ਜਾਂਦਾ ਕਮਾਈ, ਆਪ ਕਮਾਉਂਦੇ ਆਪ ਉਡਾਉਂਦੇ ਆ, ਵੇਲੜ ਕਿਸੇ ਥਾਂ ਦੀ। ਵੱਡੀ ਕਮਾਉਣ ਵਾਲੀ, ਨਹੀਂ ਤੂੰ ਇੱਥੋਂ ਉਹਨਾਂ ਮੂੰਹ ਖਲਵਾ ਲਈ, ਮੈਂ ਤੈਨੂੰ ਦੱਸਾਂ। ਬਾਬਾ ਮੇਰੀ ਗੱਲ ਸੁਣ, ਤੂੰ ਇਹਨੂੰ ਅੰਦਰ ਲੈ ਜਾ, ਨਹੀਂ ਤਾਂ ਘਰ 'ਚ ਕਲੇਸ਼ ਹੋ ਜਾਊਗਾ, ਨਾਲੇ ਇਹਨੂੰ ਕਹਿ ਦੇ ਸਾਡੀਆਂ ਗੱਲਾਂ 'ਚ ਬੋਲਣ ਦੀ ਲੋੜ ਨਹੀਂ ਹੈਗੀ। ਨੀ ਚੱਲ ਤੂੰ ਅੰਦਰ ਵਗ ਜਾ, ਕਿਉਂ ਐਵੇਂ ਜਲੂਸ ਕੱਢਦੀ ਹੋ? ਆਹੋ ਮੈਂ ਮਾੜੀ ਆ, ਮੈਂ ਜਲੂਸ ਕੱਢਦੀ ਆ, ਇਹ ਵਾਲੀ ਚੰਗੀ ਆ, ਇਹ ਤੂੰ ਖਾਰਾ ਕਰੋ ਸਾਰਾ ਟੱਬਰ ਪਰੌਂਠੇ, ਦੇਖ ਕਿਵੇਂ ਪਿੱਟਦੀ ਆ, ਤੂੰ ਹੋ ਜਾ ਚੌੜੀ, ਮੈਂ ਤਾਂ ਜਾਂਦੀ ਨੀ। ਇੰਨੀ ਗੱਲ ਕਿਉਂ ਵੱਧਦੀ? ਤੁਸੀਂ ਨਾ ਸਾਰੇ ਟੱਬਰ ਨੇ ਮੇਰਾ ਜੀਣਾ ਹਰਾਮ ਕੀਤਾ ਹੋਇਆ, ਉਹ ਸਾਈਨ ਕਰਾ ਲਿਆ ਕਰੋ ਮੇਰੇ ਤੋਂ। ਜਦੋਂ ਕਦੋਂ ਘਰ ਤੋਂ ਬਾਹਰ ਜਾਂਦਾ ਮੈਂ, ਉਧਰ ਮੈਨੂੰ ਬਾਈ ਪੁੱਛੀ ਜਾਂਦਾ ਕੀ ਕਰਨਾ, ਕਿੱਥੇ ਜਾਣਾ, ਕਿੱਥੇ ਪੈਸਾ ਲਾਣਾ। ਉਹ ਬਈ ਮੈਂ ਵੀ ਕਮਾ ਕੇ ਸਾਰੀ ਸੈਲਰੀ ਤੁਹਾਡੇ ਹੱਥ ਤੇ ਰੱਖਦਾ ਮੈਂ। ਜੇ ਆ ਗੱਲ ਆ ਨਾ ਅੱਡ ਹੋ ਜਾ, ਸੈਲਰੀ ਦੇ ਕੇ ਕੋਈ ਆਸਾਨ ਨਹੀਂ ਕਰਦਾ, ਸੈਲਰੀ ਦੇਵੇਂ ਨਾ, ਸਾਰਾ ਟੱਬਰ ਖਾਣੇ ਵੀ ਹੋ। ਤੇ ਇੰਨੀ ਗੱਲ ਕਿਉਂ ਵਧਾਉਣੀ ਹੈ ਤੂੰ? ਉਹ ਮਾਤਾ ਗੱਲ ਤਾਂ ਹੁਣ ਵਧੂਗੀ। ਬੇ ਪੁੱਤਰ ਕਿਉਂ ਕਾਵਲਾ ਹੋਇਆ, ਇਹੋ ਜਿਹੇ ਖਿਆਲ ਦਿਲ ਦਿਮਾਗ ਚੋਂ ਕੱਢ ਦੇ ਮੇਰਾ ਪੁੱਤਰ, ਲੜਾਈਆਂ ਦੇ ਬਹੁਤ ਘਰ ਜਾੜਦੇ। ਇਹ ਸੱਚੇ ਪਾਤਸ਼ਾਹ ਮੇਰੇ ਪਰਿਵਾਰ ਤੇ ਮਿਹਰ ਕਰੀ। ਚੱਲ ਕੋਈ ਨੀ ਪੁੱਤ, ਫੇਰ ਦੇਖ ਲਿਓ ਟੀਵੀ।
ਉੱਤੇ ਹਿੰਡ ਨਹੀਂ ਕਰਦੇ ਹੁੰਦੇ, ਤੈਨੂੰ ਕਹਿਤਾ ਨਾ ਫੇਰ ਦੇਖ ਲੈ ਟੀਵੀ। ਚੱਲ ਆਇਆ ਜਾਂ ਚਾਚੀ ਵਾਲੇ ਕਮਰੇ ਚ ਜਾ ਕੇ ਦੇਖ ਲਾ। ਜਾ ਮੇਰਾ ਪੁੱਤ ਬਾਲਾ ਸਿਆਣਾ, ਜਾਂ ਚਾਚੀ ਵਾਲੇ ਕਮਰੇ ਚ ਦੇਖ ਲੈ ਟੀਵੀ ਚ ਨਾ। ਜਾਂ ਭਾਜਾ ਮੈਂ ਸਫਾਈ ਕਰਦਾ ਕਮਰੇ ਦੀ। ਮੈਂ ਗੱਲ ਕਰਦਾ ਨਾਲੇ, ਜਲਾ ਦੱਸ ਤੂੰ ਕੀ ਖਾਏਂਗੀ।
ਮੈਂ ਤੇਰੇ ਵਾਸਤੇ ਆਰਡਰ ਕਰ ਦਿੰਦਾ ਨਾਲੇ। ਹਾਂ ਸੱਚ, ਫੇਵਰੇਟ ਤੇਰਾ ਪੀਜ਼ਾ ਆਰਡਰ ਕਰਦਾ ਮੈਂ, ਠੀਕ ਆ? ਮੈਂ ਕੁਛ ਨਹੀਂ ਖਾਣਾ। ਮੈਨੂੰ ਪਤਾ ਤੇਰਾ ਫੇਵਰੇਟ ਪੀਜ਼ਾ ਨਾ, ਮੈਂ ਪੀਜ਼ਾ ਆਰਡਰ ਕਰਦਾ, ਆਪਾਂ ਦੋਵੇਂ ਇਕੱਠੇ ਬੈਠ ਕੇ ਖਾਵਾਂਗੇ। ਤੁਸੀਂ ਇਕੱਲੇ ਹੀ ਖਾ ਲਓ। ਆਪਣੇ ਮੁੰਡਿਆਂ ਦੇ ਸਾਹਮਣੇ ਸਾਨੂੰ ਨੀਚਾ ਦਿਖਾ ਸਕੇ ਤੂੰ? ਬੁੜੀ ਤਾਂ ਹੈਗੀ ਸਾਰੀ ਪਵਾੜੇ ਦੀ ਜੜ, ਤੂੰ ਤਾਂ ਹੈਗੀ ਆ ਲੜਾਈ ਦੀ ਕਾਤਾ ਧਾਤਾ, ਤੂੰ ਹੀ ਤਾਂ ਹੈਗੀ ਆ ਜਿਹੜੀ ਆਪਦੇ ਮੁੰਡਿਆਂ ਨੂੰ ਅੱਡ ਨੀ ਹੋਣ ਦਿੰਦੀ। ਨੀ ਜੇ ਤੂੰ ਨਾ ਹੁੰਦੀ ਅਸੀਂ ਤਾਂ ਕਦੋਂ ਦੇ ਅੱਡ ਵਿੱਡ ਹੋ ਜਾਂਦੇ। ਹੁਣ ਨੂੰ ਤੂੰ ਮਰਦੇ ਸਾਡਾ ਸੀਨੇ ਹੀ ਕਰਦੇ। ਮੇਰੇ ਜਿੰਦਾ ਜੀ, ਮੈਂ ਮੇਰੇ ਪੁੱਤਾਂ ਨੂੰ ਅੱਡ ਹੁੰਦੇ ਕਿਵੇਂ ਦੇਖ ਲਾਂ? ਮੇਰੇ ਮਰੀ ਤੋਂ ਬਾਅਦ ਬੇਸ਼ੱਕ ਅੱਡ ਹੋ ਜਾਣ। ਤੈਨੂੰ ਤਾਂ ਫੇਰ ਦੇਖੂ, ਛੱਡ ਵੀ ਜਾ, ਛੱਡ ਛੱਡ ਦੇ ਕੀ ਮਾਰ ਦੋ ਪਰ ਮਾਰ ਨਹੀਂ ਦੋ। ਓਏ ਜੀ, ਕਾਸਣ ਕੀ ਹੋ ਗਿਆ? ਅੰਨਾ ਹੋਇਆ ਤੂੰ ਮਾਰੀ ਜਿਹੜੀ ਲੱਜਾ ਪਾ ਤੀਂ ਦੇ ਥੱਲੇ ਫੜਾ ਕੱਲੀ ਘਰ ਵਾਲੀ ਦਿਖਦੇ ਤੈਨੂੰ ਤਾਂ। ਨੀ ਤੇਰੀ ਇੰਨੀ ਹਿੰਮਤ ਆ, ਤੂੰ ਮੇਰੀ ਮਨ ਧੱਕਾ ਮਾਰੇ। ਇਦੂ ਪਹਿਲਾਂ ਕਿ ਸਿਰ ਤੋਂ ਪਾਣੀ ਲੰਘ ਜੇ, ਚੁੱਪ ਕਰਕੇ ਅੱਡ ਹੋ ਜਾਓ। ਯਾਰ ਅੱਡ ਕਿਵੇਂ ਹੋ ਜਾਈਏ, ਇੰਨੇ ਸਾਲਾਂ ਤੋਂ ਇਕੱਠੇ ਰਹਿੰਦੇ ਆ ਰਹੇ ਹਾਂ ਅਸੀਂ। ਮੈਂ ਤੁਹਾਨੂੰ ਇੱਕ ਗੱਲ ਕਹਿਤੀ ਹੁਣ, ਜਾਂ ਤਾਂ ਤੁਸੀਂ ਅੱਡ ਹੋ ਜਾਓ ਜਾਂ ਫਿਰ ਮੈਂ ਪੇਕੇ ਚਲੀ ਜਾਂਦੀ ਹਾਂ। ਇੱਕ ਵਾਰੀ ਸੋਚ ਲਾ ਲਵ, ਇਹ ਤੇਰਾ ਆਖਰੀ ਫੈਸਲਾ? ਹਾਂ ਇਹ ਮੇਰਾ ਆਖਰੀ ਫੈਸਲਾ।
ਲੰਘੇ ਪਾਣੀ ਵਾਂਗੂ ਦੂਰ ਹੋ ਗਿਆ ਸੱਜਣਾ ਵੇ, ਲੰਘੇ ਪਾਣੀ ਵਾਂਗੂ ਦੂਰ ਹੋ ਗਿਆ ਸੱਜਣਾ ਵੇ, ਸੁੱਕ ਨਾ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ, ਤੂੰ ਖਿਲੀ ਬਹਾਰ ਜਿਹਾ ਹੋਏ ਕਰਾਰ ਜਿਹਾ, ਦੇ ਜਾ ਸਿੱਕਾ ਠਰੀ ਹੋਈ ਜਿੰਦ ਨੂੰ ਪੋ ਦੀ ਧੁੱਪ ਹੋ ਕੇ, ਲੰਘੇ ਪਾਣੀ ਵਾਂਗ ਦੂਰ ਹੋ ਗਿਆ ਸੱਜਣਾ, ਲੰਘੇ ਪਾਣੀ ਵਾਂਗੂ ਨਾਲ ਹਵਾਵਾਂ ਰੋਜ਼ ਦੁਆਵਾਂ ਚੱਲਦੀ ਰਹੀ, ਬਦਲੇ ਵਿੱਚ ਸਾੜੇ ਹਵਾ ਨਾ ਮੇਰੇ ਵੱਲਦੀ ਰਹੀ, ਵੇ ਮੈਂ ਨਾਲ ਹਵਾਵਾਂ ਰੋਜ਼ ਦੁਆਵਾਂ ਚੱਲਦੀ ਰਹੀ, ਬਦਲੇ ਵਿੱਚ ਸਾੜੇ ਹਵਾ ਨਾ ਮੇਰੇ ਵੱਲਦੀ ਰਹੀ, ਜਾਂ ਤਾਂ ਫਤਵਾ ਜਾਰੀ ਕਰਦੇ ਸਾਡੀ ਮੌਤ ਵਾਲਾ, ਜਾਂ ਫਿਰ ਲੱਗ ਜਾ ਰੂਨ ਲਾ ਇਲਾਜ ਕੋਈ ਦੁੱਖ ਹੋ ਕੇ, ਲੰਘੇ ਪਾਣੀ ਵਾਂਗ ਦੂਰ ਹੋ ਗਿਆ ਸੱਜਣਾ, ਸੁੱਕ ਨਾ ਜਾਵਾਂ ਕਿਧਰ ਹਿਜਰ ਤੇਰੇ ਵਿੱਚ ਰੁੱਖ ਹੋ ਕੇ, ਖਾਣਾ ਜਾਵੇ ਕਿਤੇ ਵਿਛੋੜਾ ਡਰਦੀਆਂ, ਕੋਈ ਆਉਣ ਮਿਲਾਵੇ ਨਿਤ ਮੈਂ ਰੋ ਰੋ ਮਰਦੀਆਂ, ਮੈਨੂੰ ਖਾਣਾ ਜਾਵੇ ਕਿਤੇ ਵਿਛੋੜਾ ਡਰਦੀਆਂ, ਕੋਈ ਆਉਣ ਮਿਲਾਵੇ ਨਿਤ ਮੈਂ ਰੋ ਰੋ ਮਰਦੀਆਂ, ਘੜੀਆਂ ਇੰਤਜ਼ਾਰ ਦੀਆਂ ਗਿਣਦੀ ਨਾ ਕਿਤੇ ਮੁੱਕ ਜਾਵਾਂ, ਇਹ ਤੋਂ ਪਹਿਲਾਂ ਮਿਲ ਜਾ ਜੰਨਤ ਵਾਲਾ ਸੁੱਖ ਹੋ ਕੇ, ਤੂੰ ਖਿਲੀ ਬਹਾਰ ਜਿਹਾ ਹੋਏ ਕਰਾਰ ਜਿਹਾ, ਦੇ ਜਾ ਸਿੱਕਾ ਖਰੀ ਹੋਈ ਜਿੰਦ ਨੂੰ ਪੋ ਦੀ ਧੁੱਪ ਹੋ ਕੇ, ਲੰਘੇ ਪਾਣੀ ਵਾਂਗੂ ਦੂਰ ਹੋ ਗਿਆ ਸੱਜਣਾ, ਮੁੱਕ ਨਾ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ, ਲੰਘੇ ਪਾਣੀ ਵਾਂਗੂ। ਹੈਲੋ, ਮੈਂ ਪ੍ਰੀਤ। ਯਾਰ ਮੈਂ ਮੰਨਦਾ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ, ਮੈਂ ਤੇਰੇ ਥੱਪੜ ਮਾਰਿਆ, ਹੁਣ ਤਾਂ ਤੂੰ ਘਰੇ ਆ ਜਾ ਯਾਰ। ਮੈਂ ਕਦੋਂ ਕਿਹਾ ਮੈਂ ਆਉਂਦੀ ਨਹੀਂ, ਆਉਂਗੀ ਪਰ ਜੇ ਅੱਡ ਹੋਊਂਗੀ। ਚੱਲ ਠੀਕ ਆ ਯਾਰ, ਮੈਂ ਕਰਦਾ ਪੰਚਾਇਤ ਇਕੱਠੀ।
ਦੀਪੇ ਬਾਈ, ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ। ਹਾਂ ਦੱਸ ਬਾਈ। ਮੈਂ ਚਾਹੁੰਦਾ ਕਿ ਘਰ ਦੇ ਵਿੱਚ ਰੋਜ਼ ਰੋਜ਼ ਕਲੇਸ਼ ਨਾ ਹੋਵੇ, ਤੂੰ ਸਾਨੂੰ ਅੱਡ ਕਰ ਦੇ। ਓਏ ਅੱਡ ਹੋਣ ਵਾਲੀ ਕੀ ਗੱਲ ਆ ਯਾਰ, ਇਹਦੇ ਵਿੱਚ ਐਡੀ ਛੇਤੀ ਗੱਲ ਦਿਲ 'ਤੇ ਲਾ ਗਿਆ। ਮੈਂ ਮੰਨਦਾ ਮੇਤੋਂ ਤੇਰੇ ਘਰ ਵਾਲੀ 'ਤੇ ਹੱਥ ਚੱਕਿਆ ਗਿਆ, ਪਰ ਇਹਦਾ ਮਤਲਬ ਇਹ ਥੋੜ੍ਹੀ ਆ ਵੀ ਆਪਾਂ ਅੱਡ ਹੋ ਜਾਵਾਂਗੇ। ਉਹ ਬਾਈ ਹੱਥ ਚੱਕਣ ਵਾਲੀ ਗੱਲ ਨਹੀਂ, ਹੁਣ ਤਾਂ ਪਾਣੀ ਸਿਰ ਤੋਂ ਲੰਘ ਗਿਆ, ਬਸ ਅੱਡ ਕਰ ਦੇ। ਓਏ ਐਂ ਤਾਂ ਯਾਰ ਤੇਰੇ ਘਰ ਵਾਲੀ ਨੇ ਮਾਂ ਨੂੰ ਧੱਕਾ ਮਾਰਿਆ, ਮੈਂ ਗੱਲ ਦਿਲ 'ਤੇ ਲਾਵਾਂ। ਉਹ ਬਾਈ ਧੱਕਾ ਕੋਈ ਨਹੀਂ ਮਾਰਿਆ, ਉਹ ਮਾਂ ਦੀ ਗਲਤੀ ਸੀ, ਮਾਂ ਆਪਣੀ ਗਲਤੀ ਨਾਲ ਡਿੱਗੀ ਆ। ਹੋ ਬਾਈ ਹੁਣ ਤੇਰੇ ਘਰ ਵਾਲੀ, ਉਹਦੀ ਤਾਂ ਤੂੰ ਸਫਾਈ ਦੇਵੇਂਗੀ, ਧੱਕਾ ਮੇਰੇ ਸਾਹਮਣੇ ਮਾਰਿਆ। ਚੱਲ ਠੀਕ ਆ ਬਾਈ ਉਹ ਗੱਲ ਲੱਗਾ, ਪਰ ਹੁਣ ਤਾਂ ਬਸ ਅੱਡ ਹੋਣਾ ਹੀ ਪੈਣਾ। ਹਰ ਘਰ 'ਚ ਨਾ ਛੋਟੀਆਂ ਮੋਟੀਆਂ ਲੜਾਈਆਂ ਹੁੰਦੀਆਂ ਰਹਿੰਦੀਆਂ ਨੇ, ਪਰ ਇਹਦਾ ਇਹ ਮਤਲਬ ਨਹੀਂ ਆਪਾਂ ਅੱਡ ਹੋ ਜਾਵਾਂਗੇ। ਬਾਈ ਮੈਨੂੰ ਨਹੀਂ ਪਤਾ ਮੈਂ ਗੁੱਸੇ 'ਚ ਲੈ ਰਿਹਾ ਕਿਵੇਂ, ਹੁਣ ਤਾਂ ਫੈਸਲਾ ਲੈਣਾ ਸੀ ਬਸ ਲੈ ਲਿਆ, ਸਾਨੂੰ ਅੱਡ ਕਰਨਾ ਤਾਂ ਬਸ ਅੱਡ ਕਰ ਦੇ। ਜੇ ਸੋਨੇ ਮਨ ਬਣਾਏ ਲਿਆ, ਪਰ ਮੇਰਾ ਵੀ ਕੋਈ ਸ਼ੌਂਕ ਨਹੀਂ ਤੁਹਾਡੇ ਨਾਲ ਰਹਿਣ ਦਾ, ਬੁਲਾ ਲੈਣੇ ਹੱਥਣੇ ਪੰਚਾਇਤ ਨੂੰ, ਹੋ ਜਾਂਦੇ ਅੱਡ। ਬਸ ਠੀਕ ਆ ਫਿਰ ਬਾਈ, ਕਰ ਲਓ ਸ਼ਾਮ ਨੂੰ ਇਕੱਠੇ। ਭਾਈ ਕਾਹਦੇ ਵਾਸਤੇ ਬੁਲਾਏ ਮੁੰਡੇ ਸਾਨੂੰ ਤੁਸੀਂ? ਸਾਡੇ ਘਰ 'ਚ ਚੱਲ ਰਿਹਾ ਜੀ ਕਈ ਦਿਨਾਂ ਦਾ ਕਲੇਸ਼, ਨਾ ਤਾਂ ਸਾਡੀਆਂ ਜਨਾਨੀਆਂ ਕੱਟਦੇ ਨੇ ਆਪ 'ਚ, ਨਾ ਹੁਣ ਇਹ ਕੱਟ ਰਿਹਾ ਮੇਰੇ ਨਾਲ, ਤੁਸੀਂ ਸਾਨੂੰ ਨਵੇੜੇ ਦਿਓ ਜੀ, ਸਾਡਾ ਅੱਡ ਕਰ ਦਿਓ। ਉਹ ਇਕੱਠੇ ਰਹਿ ਜਾਓ ਭਾਈ, ਇਕੱਠ ਵਰਗੀ ਤੁਹਾਡੀ ਰੀਸ ਨਹੀਂ ਹੈਗੀ। ਤੁਹਾਡੀ ਮਾਂ ਨੂੰ ਬੁਲਾ ਲਓ ਭਾਈ, ਉਹਦੀ ਵੀ ਰਾਏ ਲੈ ਲਓ। ਮਾਤਾ ਦੱਸ ਕਿਵੇਂ ਵੰਡਾਂਗੇ, ਕਿਵੇਂ ਵੰਡਾਂਗੇ ਤੈਨੂੰ ਮਾਂ, ਦੱਸ ਕਿਵੇਂ ਵੰਡਾਂਗੇ। ਇਹ ਅੱਡ ਹੋ ਰਹੇ ਨੇ ਭਾਈ ਮੁੰਡੇ, ਕੀ ਗੱਲ ਹੈ? ਮੈਂ ਤਾਂ ਜੀ ਥੱਕ ਗਈ ਇਹਨਾਂ ਨੂੰ ਸਮਝਾ ਕੇ, ਇਹ ਨਹੀਂ ਸਮਝਦੇ, ਇਹਨਾਂ ਦੀ ਨਹੀਂ ਹੁਣ ਨਿਭਦੀ, ਇਹਨਾਂ ਦਾ ਨਮੇੜ ਹੀ ਦਿਓ ਬਸ। ਮੈਂ ਤਾਂ ਜੀ ਵੱਡੇ ਨਾਲ ਹੀ ਰਹਿ ਲੂੰਗੀ, ਮੇਰਾ ਪੋਤਾ ਹੈ, ਇਹ ਤੋਂ ਬਿਨਾਂ ਨਹੀਂ ਮੈਂ ਰਹਿ ਸਕਦੀ। ਫਿਰ ਬੰਗਾਂ ਨੂੰ ਪੁੱਛ ਲਓ ਭਾਈ। ਸਰਪੰਚ ਸਾਹਿਬ ਅਸੀਂ ਅੱਡ ਹੋਣਾ, ਹੋ ਜਾਓ ਫਿਰ, ਰੋਕਿਆ ਕਿਸੇ ਨੇ, ਹੋਵਾਂਗੇ। ਬਸ ਭਾਈ ਤੁਸੀਂ ਨਾ ਬੋਲੋ, ਇਹਨਾਂ ਨੂੰ ਨਿਬੜਨ ਦੋ ਮੁੰਡਿਆਂ ਨੂੰ। ਦੇਖ ਲਿਆ ਜੀ ਤੁਹਾਡੇ ਹਾਲ, ਇਹ ਤਾਂ ਤੁਹਾਡੇ ਸਾਹਮਣੇ ਵੀ ਚੁੱਪ ਕਰਦੀਆਂ, ਇਹ ਤੁਹਾਨੂੰ ਕਰਨੀ ਆ ਭਾਈ ਚੁੱਪ। ਤੁਸੀਂ ਐਂ ਕਰੋ ਜੀ ਇੱਕ ਵਾਰੀ ਇਹਨੂੰ ਪੁੱਛ ਲਓ। ਨਾ ਨਾ ਜੀ ਮੈਂ ਨਹੀਂ ਹੁਣ ਇਕੱਠੇ ਰਹਿਣਾ ਹੈਗਾ, ਮੇਰੇ ਤਾਂ ਪੱਥਰ 'ਤੇ ਲਕੀਰ ਆ। ਖੀਰ ਕੱਢੇ ਨਹੀਂ ਸਰਦਾ ਹੁੰਦਾ, ਬੋਲਿਆ ਸਿਆਣੇ ਬਣਦੇ ਹੁੰਦੇ ਨੇ। ਨਾ ਨਾ ਜੀ ਬਸ ਹੁਣ ਤਾਂ ਪਾਣੀ ਸਿਰ ਤੋਂ ਟੱਪ ਗਿਆ। ਅੱਜ ਜਦੋਂ ਗੱਲ ਪਰਖੀ ਤਾਂ ਦਿਲ ਹੋਂਕੇ ਪਰ ਪਰ ਰੋਏ, ਕੀ ਸੋਚਿਆ ਸੀ ਕੀ ਹੋਇਆ ਹੁਣ ਕਿਸ ਨੂੰ ਦੋਸ਼ ਦਿਆਂ, ਦੱਸ ਕਿਵੇਂ ਵੰਡਾਂਗੇ, ਕਿਵੇਂ ਵੰਡਾਂਗੇ ਤੈਨੂੰ ਮਾਂ, ਦੱਸ ਕਿਵੇਂ ਵੰਡਾਂਗੇ, ਕਿਵੇਂ। ਜੇ ਭਾਈ ਤੁਸੀਂ ਇਕੱਠੇ ਨਹੀਂ ਰਹਿਣਾ ਤਾਂ ਤੁਹਾਡੀ ਜ਼ਮੀਨ ਵੰਡ ਦਿੰਦੇ ਹਾਂ, ਤੁਹਾਡਾ ਘਰ ਵੰਡ ਦਿੰਦੇ ਹਾਂ ਭਾਈ, ਅੱਡ ਬੋਲੋ ਹੋਰ ਕੀ ਬਣਦਾ। ਚਲੋ ਠੀਕ ਆ ਜੀ, ਜੇ ਇਹਨੇ ਇਸ ਘਰ 'ਚ ਨਹੀਂ ਰਹਿਣਾ, ਆਹ ਬਾੜੇ ਵਾਲੇ ਘਰ 'ਚ ਇਹ ਪਾਣੀ ਪਹੁੰਚ, ਮੈਂ ਇਹਨੂੰ ਖਰਚਾ ਦੇ ਦੇਣਾ ਹੈ। ਨਾ ਨਾ ਜੀ ਮੈਂ ਨਹੀਂ ਇਹਦੇ ਨਾਲ ਰਹਿਣਾ ਹੈਗਾ, ਮੈਂ ਤਾਂ ਆਪਣਾ ਕਿਰਾਏ 'ਤੇ ਰਹਿ ਲੂੰਗਾ। ਤੁਸੀਂ ਲਿਖਤ ਰਖਾਓ ਕਰ ਲਓ ਜੀ, ਸਾਨੂੰ ਵੀ ਕੋਈ ਪਤਾ ਨਹੀਂ ਕਰਨਾ ਸਰ, ਕਰ ਲਓ ਭਾਈ ਲਿਖਤ ਰਖਾਓ। ਲਿਆਓ ਭਾਈ ਕਾਕੇ।
ਵਿਛੜੇ ਨਾ ਮਰ ਜਾਈਏ, ਕਿਤੇ ਵਿਛੜੇ ਨਾ ਮਰ ਜਾਈਏ। ਜਾਂ ਦੁਨੀਆਂ ਤੇ ਮਮਤਾ ਜਿਉਂਦੀ ਜਾਂ ਫਿਰ ਰੱਬ ਦਾ ਨਾਂ। ਦੱਸ ਕਿਵੇਂ ਵੰਡਾਂਗੇ, ਕਿਵੇਂ ਵੰਡਾਂਗੇ ਤੈਨੂੰ ਮਾਂ, ਦੱਸ ਕਿਵੇਂ ਵੰਡਾਂ। ਵੱਖ ਵੱਖ ਸਾਡੇ ਰਾਹ ਹੋ ਗਏ, ਬੱਚਿਆਂ ਜੈ ਪਾਲੇ ਸੁਪਨੇ ਸਭ ਤਬਾਹ ਹੋ ਗਏ। ਕੀ ਹੋਇਆ ਜੇ ਅੱਡ ਪੱਡ ਸਾਡੇ ਰਾਹ ਹੋ ਗਏ, ਬੱਚਿਆਂ ਜੈ ਪਾਲੇ ਸੁਪਨੇ ਸਭ ਤਬਾਹ ਹੋ ਗਏ। ਨਾ ਮੈਂ ਲਿਖੀਆਂ ਨਾ ਤੂੰ ਲਿਖੀਆਂ ਪਾਗ ਦੀਆਂ, ਬਿਨ ਚਾਹੇ ਫਾਸਲੇ ਖਾਮ ਖਾ ਹੋ ਗਏ। ਰੂਹਾਂ ਦੂਰ ਨਹੀਂ ਹੁੰਦੀਆਂ ਪਿੰਡੇ ਲੱਖ ਹੋਵਣ, ਰੱਬ ਰੱਖੂਗਾ ਡਰਨਾ ਆਪਾਂ ਨਹੀਂ ਰੁਲਦੇ। ਕਿੱਦਾਂ ਕੋਈ ਪਾਬੰਦੀਆਂ ਲਾ ਲਊ ਪ੍ਰੀਤਾਂ ਤੇ, ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ, ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ। ਆਰੀਆਂ ਦੇ ਨਾਲ ਅੰਬਰ ਵੱਡਿਆ ਜਾਂਦਾ ਨਹੀਂ, ਪਾਣੀ ਚ ਘੁਲਿਆ ਪਾਣੀ ਕੱਢਿਆ ਜਾਂਦਾ ਨਹੀਂ।
ਆਰੀਆਂ ਦੇ ਨਾਲ ਅੰਬਰ ਵੱਡਿਆ ਜਾਂਦਾ ਨਹੀਂ। ਪਾਣੀ ਚੋਂ ਕੁਲਿਆ ਪਾਣੀ ਕੱਢਿਆ ਜਾਂਦਾ ਨਹੀਂ। ਜੀਵਨ ਦੇ ਇਸ ਕੱਚੇ ਕੂਲੇ ਧਾਗੇ ਨੂੰ ਪਿਆਰ ਦੇ ਗੁੰਝਲ ਪੈ ਜਾਣ ਛੇਤੀ ਨਹੀਂ ਖੁੱਲਦੇ। ਪਿਆਰ ਦੇ ਗੁੰਝਲ ਪੈ ਜਾਣ ਛੇਤੀ ਨਹੀਂ ਖੁੱਲਦੇ। ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ। ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ। ਕੁਛ ਨੀ ਮੰਮੀ, ਅੱਜ ਛੁੱਟੀ ਸੀਗੀ ਘਰੇ ਸੀ, ਮੈਂ ਸੋਚਿਆ ਚੱਲ ਮੰਮੀ ਨਾਲ ਗੱਲ ਕਰ ਲਈਏ। ਚੱਲ ਵਧੀਆ ਕੀਤਾ, ਚੱਲ ਇੱਕ ਗੱਲ ਹੋਣ ਦੀ ਵਧੀਆ ਹੋਈ। ਜੀਤੇ ਦੀ ਅੱਜ ਹੋਈ ਆ, ਤੇਰੀ ਜਾਨ ਸਖਾਰੀ ਹੋ ਗਈ। ਲੈ ਹੋਰ ਹੁਣ ਮੰਮੀ, ਆ ਵੱਡੀ ਤਾਂ ਨਾ ਸਾਰਾ ਹੀ ਕੰਮ ਮੇਰੇ ਮੱਥੇ ਮਾਰਦੀ ਸੀ, ਆਪ ਡੱਕਾ ਨਹੀਂ ਸੀ ਤੋੜਦੀ। ਹੁਣ ਪਤਾ ਲੱਗਦਾ ਹੋਊਗਾ ਉਹਨੂੰ ਜਦੋਂ ਕੱਲੀ ਨੂੰ ਕਰਨੇ ਪੈਂਦੇ ਹੋਣੇ। ਮੈਂ ਤਾਂ ਪੁੱਤ ਤੈਨੂੰ ਪਹਿਲਾਂ ਹੀ ਕਿਹਾ ਸੀ ਥੋੜੀ ਵੱਡੀ ਬਾਹਲੀ ਚਲਾਕ ਆ। ਚੱਲ ਜੋ ਹੋਇਆ ਵਧੀਆ ਹੋਇਆ ਪੁੱਤ। ਨਾਲ ਇੱਕ ਗੱਲ ਹੋਰ, ਜਿਹੜੀ ਤੇਰੀ ਸੱਸ ਉਧਰ ਵੱਗ ਗਈ ਨਾ, ਉਹ ਵਾਲਾ ਵਧੀਆ ਹੋਇਆ। ਜੇ ਤੇਰੇ ਕਣੀ ਹੁੰਦੀ ਤੈਨੂੰ ਟੋਕਾ ਟਾਕੀ ਕਰਿਆ ਕਰਦੀ ਪੁੱਤ। ਹੋਰ ਮੰਮੀ ਵਧੀਆ ਹੋਇਆ, ਬੁੜੀ ਜੀ ਤੋਂ ਖੈੜਾ ਛੁੱਟ ਗਿਆ ਸਾਡਾ। ਹੁਣ ਮਰਜ਼ੀ ਨਾਲ ਉੱਠਦੇ ਆ, ਮਰਜ਼ੀ ਨਾਲ ਸੌਂਦੇ ਆ, ਜਦੋਂ ਜੀ ਕਰਦਾ ਫਿਲਮਾਂ ਦੇਖਣ ਜਾਂਦੇ ਆ। ਸੱਚੀ ਮੰਮੀ ਪੂਰੀ ਐਸ਼ ਹੋ ਗਈ ਮੈਨੂੰ ਤਾਂ ਹੁਣ। ਮੇਰੀ ਗੱਲ ਸੁਣ ਪੁੱਤ, ਤੈਨੂੰ ਰੱਬ ਨੇ ਬਹੁਤ ਕੁਝ ਦਿੱਤਾ ਹੈ, ਵਧੀਆ ਵਧੀਆ ਮਹਿੰਗੇ ਮਹਿੰਗੇ ਤਾਂ ਪਾਇਆ ਕਰ ਸੂਟ। ਕਰ ਮਹਿੰਗੇ ਮਹਿੰਗੇ ਗਹਿਣੇ ਪਾਇਆ ਕਰ ਪੁੱਤ, ਪਤਾ ਲੱਗੇ ਆਖਰ ਧੀ ਕਿੰਨਾ ਨਹੀਂ ਆ। ਮੰਮੀ ਮੈਨੂੰ ਤਾਂ ਮੰਗਵਾਉਣ ਦੀ ਲੋੜ ਹੀ ਨਹੀਂ ਪੈਂਦੀ, ਇਹ ਸਾਰਾ ਕੁਛ ਆਪਣੇ ਆਪ ਹੀ ਲਿਆ ਕੇ ਦੇ ਦਿੰਦੇ ਨੇ ਮੈਨੂੰ। ਹਾਂ ਪੁੱਤ ਤੈਨੂੰ ਰੱਬ ਨੇ ਬਹੁਤ ਕੁਛ ਦਿੱਤਾ ਹੈ। ਪ੍ਰਾਹੁਣੇ ਨੂੰ ਉਂਗਲਾਂ ਤੇ ਨਚਾਇਆ ਕਰ, ਜਿੰਨਾ ਉਂਗਲਾਂ ਤੇ ਨਚਾਣਗੇ ਉਨੀ ਸੌਖੀ ਰਹੇਗੀ। ਆਪਦੇ ਜਾਲ ਚੋਂ ਨਿਕਲਣਾ ਨਹੀਂ ਹੁਣ। ਤੁਸੀਂ ਕਿਉਂ ਪਰਵਾਹ ਕਰਦੇ ਹੋ ਮੰਮੀ, ਉਹਨਾਂ ਦੀ ਡੋਰ ਤਾਂ ਮੇਰੇ ਹੱਥ 'ਚ ਹੀ ਹੈ, ਉਹਨਾਂ ਨੂੰ ਤਾਂ ਮੈਂ ਆਪਣੀਆਂ ਉਂਗਲਾਂ ਦੇ ਨਚਾਉਣੀ ਆ। ਐਂ ਤਾਂ ਮੈਨੂੰ ਪਤਾ ਹੈ ਮੇਰੀ ਧੀ ਬਹੁਤ ਸਿਆਣੀ ਹੈ। ਮੰਮੀ ਚੱਲ ਮੈਂ ਬਾਅਦ 'ਚ ਗੱਲ ਕਰਦੀ ਹਾਂ, ਮੈਨੂੰ ਲੱਗਦਾ ਉਹ ਘਰੇ ਆ ਗਏ। ਚੰਗਾ ਪੁੱਤ ਚੰਗਾ। ਕੀ ਕਰਦੀ ਆ ਲਵਪ੍ਰੀਤ? ਕੁਛ ਨਹੀਂ ਜੀ, ਆ ਗਏ ਤੁਸੀਂ? ਆ ਗਿਆ, ਜਾਂ ਗਰ ਪਾਣੀ ਲੈ ਗਿਆ। ਲਿਆ ਦਿੰਨੀ ਆ, ਬਣ ਗਿਆ ਸੀ ਆਪਣਾ ਕੰਮ? ਹਾਂ ਹਾਂ ਕੰਮ ਤਾਂ ਬਣ ਗਿਆ ਸੀਗਾ, ਪਲਾਟ ਮੈਂ ਦੇਖ ਲਿਆ ਤੇ ਬਸ ਥੋੜੇ ਦਿਨਾਂ 'ਚ ਬਿਆਨਾ ਕਰਾ ਦਿੰਦੇ ਹਾਂ। ਸ਼ੁਕਰ ਹੈ ਵਾਹਿਗੁਰੂ ਦਾ, ਹੁਣ ਆਪਾਂ ਵੀ ਦਿਖਾ ਦਾਂਗੇ ਉਹਨਾਂ ਨੂੰ। ਉਹਨਾਂ ਨੂੰ ਤਾਂ ਐਵੇਂ ਸੀਗਾ ਵੀ ਪਤਾ ਨਹੀਂ ਆਪਾਂ ਅੱਡ ਹੋ ਕੇ ਕੁਝ ਕਰ ਹੀ ਨਹੀਂ ਸਕਦੇ। ਕਰ ਕਿਉਂ ਸਕਦੇ, ਉਹ ਕਹਿੰਦੀ ਕਹਾਂਦੀ ਕੋਠੀ ਪਾਵਾਂਗੇ ਪੂਰੇ ਟੌਪ ਦੀ। ਸ਼ੁਕਰ ਹੈ, ਚਲ ਮੈਂ ਪਾਣੀ ਲੈ ਕੇ ਆਉਂਦੀ ਹਾਂ ਤੁਹਾਡੇ ਵਾਸਤੇ, ਕਿ ਹੋਰ ਵੀ ਕੁਝ ਬਣਾਵਾਂ ਖਾਣ ਨੂੰ? ਨਹੀਂ ਨਹੀਂ ਬਸ ਪਾਣੀ। Thank you.
ਉਹ ਮਾਤਾ ਕਿਹੜੀਆਂ ਸੋਚਾਂ 'ਚ ਡੁੱਬੀਆਂ, ਰੋਟੀ ਠੰਡੀ ਹੋ ਰਹੀ ਆ, ਰੋਟੀ ਖਾ ਲਾ। ਹਾਂ ਪੁੱਤ। ਉਹ ਕਿਉਂ ਸੁੱਖ ਸਾਂਦੀ ਰੋਈ ਜਾਂਦੇ ਆ, ਕੋਈ ਮਰ ਗਿਆ ਇੱਥੇ? ਬੇ ਪੁੱਤ ਐਂ ਕਿਉਂ ਬੋਲਦਾ, ਇਹ ਤਾਂ ਨਾ ਮੱਲੋ ਮੱਲੀ ਹੰਝੂ ਨਿਕਲੇ ਆਉਂਦੇ ਨੇ। ਪੁੱਤ ਤੁਹਾਨੂੰ ਦੋਵੇਂ ਭਰਾਵਾਂ ਨੂੰ ਇਕੱਠਿਆਂ ਰੋਟੀ ਖਾਂਦੇ ਦੇਖ ਕੇ ਨਾ ਮੇਰਾ ਢਿੱਡ ਭਰ ਜਾਂਦਾ ਸੀ। ਹੁਣ ਪਤਾ ਨਹੀਂ ਛੋਟੇ ਨੇ ਰੋਟੀ ਖਾਧੀ ਹੈ ਜਾਂ ਨਾ। ਕੋਈ ਫਾਇਦਾ ਨਹੀਂ ਇਹ ਗੱਲਾਂ ਦਾ, ਹੁਣ ਇੱਕ ਵਾਰ ਵੀ ਸੋਚਿਆ ਜਦ ਤਾਂ ਆਪਦੀ ਜਨਾਨੀ ਮਗਰ ਲੱਗ ਕੇ ਅੱਡ ਹੋ ਗਿਆ। ਪੁੱਤ ਉਹ ਤੇਰੀ ਬਹੁਤ ਇੱਜ਼ਤ ਕਰਦਾ ਸੀ, ਤੂੰ ਇੱਕ ਵਾਰੀ ਸਮਝਾ ਕੇ ਤਾਂ ਦੇਖ ਲੈਂਦਾ, ਖਬਰ ਨਾ ਹੀ ਅੱਡ ਹੁੰਦੇ। ਤੈਨੂੰ ਕੀ ਲੱਗਦਾ ਮੈਂ ਸਮਝਾਇਆ ਨਹੀਂ, ਬਥੇਰਾ ਸਮਝਾਇਆ, ਜਾਤਾ ਕਹਿੰਦਾ ਮੈਨੂੰ ਅੱਡ ਕਰ ਦਿਓ, ਨਾਲੇ ਤੂੰ ਤਾਂ ਹਮੇਸ਼ਾ ਮਾਤਾ ਮੈਨੂੰ ਹੀ ਕੋਸੇਂਗੀ, ਤਾਂ ਰੋਟੀ ਖਾਣੀਆਂ ਖਾਲਾ ਨਹੀਂ ਰਹਿਣ ਦੇ। ਤੁਸੀਂ ਖਾ ਲਓ ਜੀ ਰੋਟੀ, ਮੰਮੀ ਫੇਰ ਖਾ ਲੂਗੀ। ਬਸ ਮੇਰਾ ਤਾਂ ਭਰ ਗਿਆ ਢੱਡੇ ਦੀਆਂ ਗੱਲਾਂ ਸੁਣ ਕੇ। ਆ ਹੁਣ ਤਾਂ ਖੁਸ਼ ਹੋ ਗਈ ਹੋਵੇਂਗੀ, ਤੜਕੀ ਲੱਗ ਜੂਗੀ ਰੋਣਾ ਧੋਣਾ ਕਰਨ। ਆ ਖੇਤ ਗਿਆ ਭੁੱਖਾ ਤਾਂ ਆ, ਦੱਸ ਕਿਵੇਂ ਕੰਮ ਕਰੂਗਾ। ਗੁੜੇ ਪੁੱਤ ਇਹੋ ਜਿਹਾ ਮੈਂ ਕੀ ਕਹਤਾ ਜਿਹੜਾ ਰੋਟੀ ਛੱਡ ਕੇ ਵਗ ਗਿਆ। ਇਹਨਾਂ ਦੇ ਹੁੰਦੇ ਨਾ ਆਪਦੇ ਡਰਾਮੇ ਬੰਦ ਰੱਖਿਆ ਕਰ, ਅੱਖਾਂ ਨੂੰ ਥੁੱਕ ਲਾ ਕੇ ਲੱਗ ਜੂਗੀ ਹੂ ਹੂ ਕਰਨ। ਆਹੋ ਭਾਈ ਤੁਸੀਂ ਮੇਰਾ ਦਰਦ ਕੀ ਸਮਝੋਗੇ, ਵੀ ਮੇਰੇ ਤੇ ਕੀ ਬੀਤਦੀ ਹੈ। ਦੋ ਟੁਕੜੇ ਖਾਣੇ ਹੁੰਦੇ ਖਾ ਲਿਆ ਕਰ, ਤੇਰੇ ਵੀ ਵਿਹਲੀ ਤੇ ਹਾਜ਼ਮ ਨਹੀਂ ਆਉਂਦੀਆਂ, ਸਾਰੇ ਟੱਬਰ ਦਾ ਜਿਉਣਾ ਹੈਰਾਨ ਕਰ ਰੱਖਿਆ ਕੱਲੀ ਜਣੀ ਨੇ। ਹੋਰ ਬਾਈ ਜੀਰੀ ਦਾ ਕਿੰਨਾ ਕੁ ਰਹਿ ਗਿਆ ਕੰਮ ਕਾਰ? ਬਸ ਜੀਰੀ ਵੱਢ ਲਈ ਬਾਈ, ਕੁਛ ਤੇ ਕੀ ਦੇ ਰਹਿ ਗਏ ਬਸ ਵੱਢ ਲਾਂਗੇ। ਅੱਛਾ ਮੈਂ ਵੀ ਸਲਾਹ ਜੀ ਬਣਾਉਣਾ ਯਾਰ, ਗਾਹਾਂ ਨੂੰ ਠੇਕੇ ਤੇ ਲੈ ਲਾਂ। ਅੱਛਾ ਉਹ ਜੱਗੀ ਉਹ ਇਹ ਕਿੱਥੇ ਬੈਠਿਆ ਹੋਊਗਾ? ਕੀ ਹੋ ਗਿਆ ਬਾਈ? ਉਹ ਯਾਰ ਇੱਕ ਤਾਂ ਮੈਂ ਪਹਿਲਾਂ ਹੀ ਲੇਟ ਆ, ਮੇਰਾ ਮੋਟਰਸਾਈਕਲ ਪੈਂਚਰ ਹੋ ਗਿਆ, ਹੁਣ ਤੂੰ ਬੱਸ ਵੀ ਲੰਘਣ ਵਾਲੀ, ਛੇਤੀ ਦੱਸ ਬਾਈ ਕੀ ਗੱਲ? ਉਹ ਹੱਦ ਹੋ ਗਈ ਯਾਰ, ਭਾਈ ਨਾਲ ਗੱਲ ਕਰਨ ਦੇ ਦੋ ਮਿੰਟ ਵੀ ਨਹੀਂ ਹੈਗੇ। ਉਹ ਮੈਂ ਤਾਂ ਐਂ ਕਹਿੰਦਾ ਸੀ ਠੇਕੇ ਤੇ ਜ਼ਮੀਨ ਕਿਸੇ ਹੋਰ ਨੂੰ ਵੀ ਤਾਂ ਦੇਵੇਂਗਾ, ਬਗਾਨਾ ਬੰਦਾ ਪੈਰ ਪਾਓ, ਤੂੰ ਮੈਨੂੰ ਹੀ ਦੇ ਦੇ, ਮੈਂ ਤਾਂ ਠੇਕਾ ਹੀ ਦੇਣਾ ਤੈਨੂੰ। ਉਹ ਨਾ ਨਾ ਬਾਈ, ਐਤਕੀ ਖੇਤੀ ਮੈਂ ਆਪੇ ਕਰੂੰਗਾ। ਉਹ ਪਤੰਦਰਾ ਤੂੰ ਨੌਕਰੀ ਕਰੇਂਗਾ ਕਿ ਖੇਤੀ ਕਰੇਂਗਾ, ਦੋ ਕੰਮ ਕਿਵੇਂ ਕਰੇਂਗਾ? ਯਾਰ ਤੂੰ ਕੀ ਲੈਣਾ ਬਾਈ, ਉਹ ਮੇਰੀ ਟੈਨਸ਼ਨ ਆ, ਮੈਂ ਨੌਕਰੀ ਵੀ ਕਰੂੰਗਾ ਨਾਲੇ ਖੇਤੀ ਵੀ ਕਰੂੰਗਾ। ਚੱਲ ਠੀਕ ਹੈ, ਚੰਗਾ ਫਿਰ ਮੈਂ ਚੱਲਦਾ ਯਾਰ, ਬਸ ਲੰਘ ਜੂਗੀ। ਉਹ ਬਾਈ ਦੀਪੇ ਇਹ ਤਾਂ ਉਈ ਪਾਡੀਆਂ ਮਾਰੀ ਜਾਂਦਾ ਬਾਈ, ਇਹ ਕਿੱਥੇ ਕਰ ਲੂਗਾ ਦੋ ਦੋ ਕੰਮ ਨਾਲੇ ਖੇਤੀ ਨਾਲੇ ਨੌਕਰੀ, ਅਸਲ ਚ ਦੀ ਤੈਨੂੰ ਦੇਣ ਦੀ ਸਲਾਹ ਨਹੀਂ ਹੈਗੀ ਜ਼ਮੀਨ। ਗੱਲ ਤਾਂ ਪੱਕੀ ਆ ਲੱਡੀ ਬਾਈ, ਦੇਖਦਾ ਸੀ ਉਹਦੀ ਬੋਲ ਬਣੀ, ਉਹ ਦੇਖ ਲਾ ਕਿਵੇਂ ਬਦਲੀ ਪਈ ਆ। ਚੱਲ ਆਪਾਂ ਕੋਈ ਹੋਰ ਦੇਖਾਂਗੇ, ਢੇਰੀ ਲੈਣੀ ਤਾਂ ਹੈ ਹੀ ਆ, ਮੈਂ ਠੇਕੇ ਦੇ ਦਈਏ। ਹਾਂ ਦੱਸੀ। ਓਹੋ ਸਾਰਾ ਦਿਨ ਇੰਨੇ ਕੰਮ ਕਰਕੇ ਮੇਰੀ ਤਾਂ ਸੱਚੀ ਮੱਤ ਮਾਰੀ ਜਾਂਦੀ ਹੈਗੀ, ਹਰ ਰੋਜ਼ ਤਾਂ ਇੰਨਾ ਕੰਮ ਕਰਨਾ ਬਹੁਤ ਔਖਾ, ਕਹਿਣ ਨੂੰ ਤਾਂ ਕੀ ਕਹਿਣਾ, ਆ ਛੋਟੀ ਇੱਦੋਂ ਜ਼ਿਆਦਾ ਕੰਮ ਕਰਦੀ ਸੀ, ਅੱਡ ਹੋ ਕੇ ਕੀਤੀ ਤਾਂ ਗਲਤ ਵੀ ਹੈ, ਪਰ ਮੇਰੇ ਕੋਲ ਤਾਂ ਕੰਮ ਵਾਲੀ ਹੈਗੀ ਹੈ ਬੁੜੀ, ਇਹ ਕਦੋਂ ਕੰਮ ਆਊ? ਮੰਮੀ ਮੇਰੀ ਗੱਲ ਸੁਣਿਓ। ਮੰਮੀ ਜੀ। ਹਾਂ ਪੁੱਤ ਦੱਸ। ਮੰਮੀ ਮੈਂ ਤਾਂ ਐਂ ਕਹਿੰਦੀ ਸੀ, ਮੇਰਾ ਨਾ ਸਿਰ ਵਾਲਾ ਦਰਦ ਕਰੀ ਜਾਂਦਾ, ਝਾੜੂ ਮਾਰਦੇ ਵਿਹੜੇ ਚ ਮੈਥੋਂ ਵੱਜਿਆ ਨੀ ਅੱਜ। ਕੋਈ ਨਾ ਪੁੱਤ ਸਿਰ ਦੁਖਦਾ ਤੂੰ ਬੈਠ ਆਰਾਮ ਕਰ, ਮੈਂ ਲਾ ਦਿੰਦੀ ਹਾਂ ਝਾੜੂ, ਹੋਰ ਕੰਮ ਹੈ ਕੋਈ ਉਹ ਵੀ ਕਰ ਲੈਂਦੀ। ਮੰਮੀ ਆਰਾਮ ਕਰਨ ਦਾ ਟਾਈਮ ਕਿੱਥੇ ਆ, ਆਹ ਕੰਮ ਤਾਂ ਸਿਰ ਤੇ ਚੜੇ ਪਏ ਨੇ। ਲੈ ਮੈਂ ਤੈਨੂੰ ਕਹਿੰਦੀ ਵੀ ਮੈਂ ਆਪੇ ਕਰ ਲੂ ਕੰਮ, ਤੂੰ ਬਹਿ ਜਾ ਟੇਕੇ ਜੇ ਤੇਰਾ ਸਿਰ ਦੁਖਦਾ। ਚੱਲ ਦੇਖ ਲੈ ਮੰਮੀ, ਜੇ ਕਰ ਦੇਗੀ ਤਾਂ ਠੀਕ ਆ, ਨਹੀਂ ਫਿਰ ਮੈਂ ਆਪ ਕਰ ਲੈਣੀ ਆ। ਨਹੀਂ ਤੂੰ ਪੈ ਜਾ ਆਰਾਮ ਕਰ, ਤੇ ਮੈਂ ਲਾਉਣੀ ਆ ਝਾੜੂ, ਕੋਈ ਨਾ ਸੋਚ ਨਾ ਕਰ। ਆ ਗਏ ਜੀ ਤੁਸੀਂ, ਪਾਣੀ ਲੈ ਕੇ ਆਣਾ। ਓਹੋ ਮੰਮੀ ਜੀ ਤੁਸੀਂ ਕਿਉਂ ਕੰਮ ਕਰੀ ਜਾਂਦੇ ਹੋ, ਐਵੇਂ ਧੁੱਪੇ ਬਿਮਾਰ ਹੋ ਕੇ ਬਹਿ ਜਾਏਗੀ, ਟੇਕੇ ਆਰਾਮ ਕਰ ਲਿਆ ਕਰ। ਮੈਂ ਤੇਰੇ ਨੀ ਪਤਾ ਲੱਗਦਾ, ਕਦੇ ਕਹਿੰਦੇ ਆ ਕੰਮ ਕਰ ਲੈ, ਕਦੇ ਕਹਿੰਦੇ ਆ ਟੇਕੇ ਬਹਿ ਜਾ। ਉਹ ਕੀ ਕਹੀ ਜਾਂਦੇ ਮੰਮੀ ਨੂੰ ਤੂੰ?
ਮੈਂ ਤਾਂ ਐ ਕਹਿੰਦੀ ਆ ਜੀ ਮੰਮੀ ਐਵੇਂ ਧੁੱਪ ਚ ਕੰਮ ਕਰਨ ਲੱਗੀ ਪਈ ਆ ਬਿਮਾਰ ਹੋ ਕੇ ਬਹਿ ਜੂਗੀ ਟਿੱਕੇ ਨੀ ਬਹਿੰਦੀ ਮੈਂ ਤਾਂ ਸਾਰਾ ਦਿਨ ਮੱਥਾ ਮਾਰਦੀ ਹਾਂ ਤਾਂ ਤੇਰੀ ਮਾਂ ਮੇਰੀ ਸੁਣਦੀ ਕਿੱਥੇ ਆ ਫੇਰ ਕੀ ਹੁੰਦਾ ਸਮਾਂ ਦੇ ਮਾਣੇ ਮੋਟੇ ਗੋਡੇ ਚੱਲਦੇ ਰਹਿਣਗੇ ਜੇ ਕੰਮ ਕਰੂਗੀ ਅੱਛਾ ਜੀ ਫੇਰ ਤਾਂ ਠੀਕ ਹੈ ਤੂੰ ਐ ਕਰ ਮੇਰਾ ਸਿਰ ਬਹੁਤ ਦਰਦ ਹੋ ਰਿਹਾ ਤੂੰ ਗੋਲੀ ਲਿਆ ਚੱਲ ਤੂੰ ਗੋਲੀ ਤੋਂ ਰਹਿਣ ਦੇ ਯਾਰ ਤੂੰ ਕੋਈ ਨਾ ਗਾੜੀ ਜੀ ਚਾਹ ਬਣਾ ਕੇ ਲਿਆ ਚੱਲ ਠੀਕ ਹੈ ਜੀ ਮੈਂ ਚਾਹ ਬਣਾ ਕੇ ਲਿਆਉਣੀ ਆ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀ ਸ ਇੱਕ ਹੁਕਮੀ ਸਦਾ ਪਵਾਈ ਹੈ ਕਿਵੇਂ ਆ ਭੈਣੇ ਸਭ ਕੋ ਕੀ ਕਿਹਾ ਭੈਣੇ ਦੀਦੇ ਹੀ ਹੈ ਤੈਨੂੰ ਬਸ ਬਸ ਤੇਰਾ ਵੀ ਮੇਰੇ ਵਾਲਾ ਹੀ ਹਾਲ ਹੈ ਜੋ ਹਾਲ ਮੇਰੀਆਂ ਨੋਹਾਂ ਨੇ ਮੇਰਾ ਕਰਤਾ ਉਹੀ ਤੇਰਾ ਹੈ ਚਲੋ ਕੀ ਕਰ ਸਕਦੇ ਆ ਕੁਲਦੀਪ ਕਿਤੇ ਨਾ ਕਿਤੇ ਤਾਂ ਆਪਣੇ ਤੋਂ ਵੀ ਵੱਡੀ ਗਲਤੀ ਹੋਈ ਹੈ ਜੇ ਆਪਾਂ ਉਹਨਾਂ ਨੂੰ ਚੱਜ ਦੀਆਂ ਗੱਲਾਂ ਚੰਗੇ ਸੰਸਕਾਰ ਦਿੱਤੇ ਹੁੰਦੇ ਤਾਂ ਸ਼ਾਇਦ ਆਪਣੇ ਨਾਲ ਇਹ ਨਾ ਬਣਦੀ ਆ ਦੇਖ ਲੈ ਮੈਂ ਕਹਿੰਦੀ ਸੀ ਵੀ ਮੇਰੀਆਂ ਨੂੰਹਾਂ ਬਹੁਤ ਚੰਗੀਆਂ ਨੇ ਬਹੁਤ ਸਿਆਣੀਆਂ ਨੇ ਆ ਕੇ ਮੇਰੇ ਘਰ ਨੂੰ ਦੋ ਹਿੱਸਿਆਂ 'ਚ ਵੰਡਤਾ ਤੇਰੇ ਘਰ ਨੂੰ ਵੰਡਿਆ ਮੇਰਾ ਘਰ ਤਾਂ ਤੇਰੇ ਨਾਲੋਂ ਵੀ ਪਹਿਲਾਂ ਵੰਡਿਆ ਗਿਆ ਇਹੋ ਜਿਹੀਆਂ ਆ ਗਈਆਂ ਮੇਰੀ ਵੱਡੀ ਨੂੰਹ ਤਾਂ ਹਾਲੇ ਵੀ ਮੇਰੇ ਤੋਂ ਕੰਮ ਕਰਵਾਉਂਦੀ ਹੈ ਗੋਡਿਆਂ ਤੋਂ ਤੁਰਿਆ ਨਹੀਂ ਜਾਂਦਾ ਜੇ ਬਹਿ ਜਾਂਦੀ ਹਾਂ ਤਾਂ ਖੜਿਆ ਨਹੀਂ ਜਾਂਦਾ ਜੇ ਖੜ ਜਾਂਦੀ ਹਾਂ ਤਾਂ ਬੈਠਿਆ ਨਹੀਂ ਜਾਂਦਾ ਪਰ ਫਿਰ ਵੀ ਘਰ ਦਾ ਸਾਰਾ ਕੰਮ ਕਰਦੀ ਹਾਂ ਕਿਹਨੂੰ ਦੱਸਾਂ ਆਪਾਂ ਤਾਂ ਕਿਸੇ ਨੂੰ ਸੁਣਾਉਣ ਜੋਗੀ ਨਹੀਂ ਆਪਦਾ ਦੁੱਖ ਜੇ ਰੱਬ ਨਾ ਇੱਕ ਇੱਕ ਧੀ ਹੋਵੇ ਨਾ ਆਪਦਾ ਢਿੱਡ ਉਹਦੇ ਕੋਲ ਹੌਲਾ ਕਰ ਲਿਆ ਕਰਦੀ ਦੁੱਖ ਸੁੱਖ ਸਾਂਝਾ ਕਰ ਲਿਆ ਕਰਦੀ ਸਾਡੀ ਵਾਰ ਤਾਂ ਰੱਬ ਵੀ ਅੱਖਾਂ ਮੀਟ ਗਿਆ ਕਦੇ ਕਦੇ ਤਾਂ ਕੁਲਦੀਪ ਜੀ ਕਰਦਾ ਵੀ ਕੁਛ ਖਾ ਕੇ ਮਰ ਜਾ ਲੈ ਫਿਰ ਨਾ ਪੁੱਤਾਂ ਪੋਤਿਆਂ ਦਾ ਮੂੰਹ ਮਾਰ ਲੈਂਦਾ ਭੈਣੇ ਕੋਈ ਗੱਲ ਨੀ ਕਹਿੰਦੇ ਨੀ ਹੁੰਦੇ ਸਿਆਣੇ ਜੇ ਮੂਲ ਨਾਲ ਉਹ ਵਿਆਜ ਪਿਆਰਾ ਆ ਪੋਤੇ ਪੋਤੀਆਂ ਦਾ ਮੂੰਹ ਮਾਰਦਾ ਕਰਕੇ ਤਾਂ ਤੁਰੀਆਂ ਫਿਰਦੀਆਂ ਜਿੱਦਾਂ ਦੀ ਸਾਡੀ ਜੂਨ ਹੈ ਸਾਡੇ ਤਾਂ ਕਦੋਂ ਦੇ ਗੰਗਾ ਪਏ ਹੁੰਦੇ ਅਸਤ ਬਸ ਜ਼ਿੰਦਗੀ ਤਾਂ ਕੋਈ ਨਿਕਲਦੀ ਤੂੰ ਇੱਕ ਤੁਰੇ ਫਿਰਦੇ ਆ ਆ ਮੇਰੀ ਵੱਡੀ ਨੂੰ ਜਦੋਂ ਤਾਂ ਮੇਰਾ ਮੁੰਡਾ ਘਰੇ ਹੁੰਦਾ ਵੱਡਾ ਉਦੋਂ ਤਾਂ ਮਾਂ ਜੀ ਕਰਦੀ ਹੈ ਜਦੋਂ ਉਹ ਬਾਗਚੇ ਨੂੰ ਸਾਰਾ ਕੰਮ ਕਰਾਉਂਦੀ ਹੈ ਪਰ ਹੁਣ ਹੁੰਦਾ ਨਹੀਂ ਧੱਕਾ ਹੀ ਹੈ ਸਰੀਰ ਨਾਲ ਬਸ ਭੈਣੇ ਕੰਮ ਕਰਦੀਆਂ ਨੂੰ ਤਾਂ ਆਹਦਾ ਨਾ ਗਿਆ ਕਿੰਨਾ ਇਸ ਘਰ ਨੂੰ ਆਪਾਂ ਕੰਮ ਕੀਤਾ ਤੇ ਆਹ ਨੋਹਾਂ ਨੇ ਆ ਕੇ ਸਾਡੀ ਜੂਨ ਖਰਾਬ ਕਰ ਦਿੱਤੀ ਕੀ ਦੱਸੀਏ ਕਿਹਨੂੰ ਦੱਸੀਏ ਕਿੱਦਾਂ ਦੱਸੀਏ ਸਮਝ ਨਹੀਂ ਆਉਂਦੀ ਬਸ ਆ ਗੁਰੂ ਘਰ ਜਾ ਕੇ ਮਨ ਹੌਲਾ ਕਰ ਆਈਦਾ ਤੂੰ ਵੀ ਗੁਰੂ ਘਰ ਜਾਇਆ ਕਰ ਦੋ ਘੰਟੇ ਬਾਣੀ ਸੁਣਿਆ ਕਰ ਮਨ ਹੌਲਾ ਹੋ ਜਾਂਦਾ ਗੁਰੂ ਘਰੇ ਦੋ ਟਾਈਮ ਜਾਂਦੀ ਆ ਕੁਲਦੀਪ ਵੀ ਹੇ ਸੱਚੇ ਪਾਤਸ਼ਾਹ ਹੁਣ ਮੈਨੂੰ ਨਰਕ ਭਰੀ ਜ਼ਿੰਦਗੀ ਤੋਂ ਛੁਟਕਾਰਾ ਦੇ ਦੇ ਕਿੱਥੋਂ ਛੁਟਕਾਰਾ ਮਿਲ ਜੂਗਾ ਜਿੰਨੇ ਉਸ ਵਾਹਿਗੁਰੂ ਨੇ ਸਵਾਸ ਵਾ ਦਿੱਤੇ ਨੇ ਉਹ ਤਾਂ ਲੈਣੇ ਪੈਣੇ ਨੇ ਚੱਲ ਚੰਗਾ ਹੋਊਗਾ ਘਰੇ ਸਾਰੇ ਕੰਮ ਕਰਨ ਵਾਲੇ ਪਏ ਹੋਣੇ ਫਿਰ ਮੈਨੂੰ ਗਈ ਨੂੰ ਟੱਪੂਗੀ ਬਾਲਾ ਬੁੜਬੁੜ ਕਰਦੀ ਹੈ ਸਿਹਤ ਦਾ ਖਿਆਲ ਰੱਖੀ ਨਾਲੇ ਇੰਨਾ ਰੋਇਆ ਨਾ ਕਰ ਅੰਨੀ ਹੋ ਜਾਊਗੀ ਇੱਥੇ ਸਾਨੂੰ ਹੁਣ ਤਾਂ ਕੁਛ ਪੁੱਛਦਾ ਨੀ ਕੋਈ ਪੁੱਛਣਾ ਕੀ ਜੇ ਅੰਨੀਆਂ ਹੋ ਗਈਆਂ ਰੋ ਰੋ ਕੇ ਫਿਰ ਕਿਹਨੇ ਪੁੱਛਣਾ ਚੰਗਾ ਭੈਣੇ ਜਾਇਆ ਦੇਖ ਲੈ ਹੋਰ ਡਾਡੇ ਦੇ ਰੰਗ ਇਹ ਵੀ ਵਿਚਾਰੀ ਮੇਰੇ ਵਾਂਗੂ ਦੁਖੀ ਹੈ ਕਿਹਨੂੰ ਦੱਸੀਏ ਦੁੱਖ ਸਾਡੀ ਵਾਰ ਤਾਂ
ਰੱਬ ਵੀ ਅੱਖਾਂ ਲੱਗਦਾ ਮੀਟ ਗਿਆ। ਕਿੰਨਾ ਕੰਮ ਕੀਤਾ ਸਾਰੀ ਉਮਰ ਤੇ ਆ ਜੋ ਅੱਕਾ ਨੇ। ਚੱਲ ਭਾਈ ਜੋ ਵਾਹਿਗੁਰੂ ਨੂੰ ਮਨਜ਼ੂਰ। ਉਹ ਕਾਪੀ ਕਿੱਥੇ? ਇੱਥੇ ਪਈ ਹੋਣੀ ਜੀ, ਧਿਆਨ ਨਾਲ ਦੇਖੋ। ਉਹ ਹੱਦ ਹੋ ਗਈ ਯਾਰ, ਮੈਂ ਸਾਰਾ ਘਰ ਦੇਖ ਰਿਹਾ, ਕਾਪੀ ਕਿੱਥੇ ਆ? ਤੁਸੀਂ ਤਾਂ ਮੇਰੇ ਤੇ ਆਇਆ ਕਰੋ, ਇਸ ਘਰ ਚ ਕੱਲੀ ਮੈਂ ਤਾਂ ਨਹੀਂ ਰਹਿੰਦੀ, ਹੋਰ ਵੀ ਰਹਿੰਦੇ ਹੋ। ਓ ਮੈਂ ਨਾ ਨਹੀਂ ਹੈਗਾ, ਸਾਰਾ ਘਰ ਫਰੋਲਤਾ, ਫਰਿੱਜ ਦੇਖ ਲਿਆ, ਕਮਰੇ ਚ ਦੇਖ ਲਿਆ, ਕਾਪੀ ਕਿੱਥੇ? ਫਿਰ ਇੱਥੇ ਹੋਣੀ, ਘਰ ਕੀ ਖਾ ਗਿਆ ਕਾਪੀ ਨੂੰ? ਓ ਹੱਦ ਹੋ ਗਈ ਯਾਰ, ਮੈਂ ਸਾਰੇ ਦਾ ਟੋਲ ਲਈ। ਪੁੱਤ ਆ ਤਾਂ ਨਹੀਂ? ਓ ਹਾਂ ਹੀ ਆ, ਆ ਕਿਹਨੇ ਪਾੜੀ ਕਾਪੀ? ਇਹ ਤਾਂ ਪੁੱਤ ਨਾ ਮੈਂ ਚੁੱਲ੍ਹੇ ਚ ਅੱਗ ਮਚਾਈ ਸੀ ਤੇ ਵਰਕਾ ਪਾੜ ਕੇ। ਓ ਮਾਤਾ ਤੇਰਾ ਦਿਮਾਗ ਦਮੂਗ ਸਹੀ ਹੈਗਾ? ਤੂੰ ਬੈਂਕ ਦੀ ਕਾਪੀ ਰਹਿ ਗਈ ਅੱਗ ਚ? ਬੈਂਕ ਦੀ ਕਾਪੀ ਆ ਪੁੱਤ ਇਹ? ਪੁੱਤ ਮੈਨੂੰ ਤਾਂ ਪਤਾ ਨਹੀਂ ਸੀ, ਮੈਂ ਤਾਂ ਨਾ ਮਹਾਰਦੀ ਜਾਂ ਕਾਗਜ਼ ਚੱਲ ਅੱਗ ਮਚਾ ਲਾ ਜਿਹਨੂੰ। ਮੈਨੂੰ ਲੱਗਦਾ ਤੇਰੇ ਤੋਂ ਵੱਧ ਨਾ ਡਰਾਮੇ ਕੋਈ ਨਹੀਂ ਲਾਉਂਦਾ। ਉਹ ਇਹਨੂੰ ਦਵਾਈ ਦਵੂਈ ਦਮਾ ਦੇ, ਓਏ ਇਹਦਾ ਦਿਮਾਗ ਖਿੱਲ ਗਿਆ। ਉਹ ਬਾਈ ਤੂੰ ਟਿੱਕੇ ਸਾਈਡ ਤੇ ਬੈਠੀ ਰਿਹਾ ਕਰ, ਕੋਈ ਲੋੜ ਨਹੀਂ ਘਰ ਦਾ ਕੰਮ ਕਰਨ ਦੀ। ਪੁੱਤ ਘਰ ਦੇ ਕੰਮ ਤਾਂ ਹੁਣ ਕਰਨੇ ਹੀ ਨੇ। ਆਹੋ ਅੱਜ ਬੈਂਕ ਦੀ ਕਾਪੀ ਲਾਈ ਆ, ਕੱਲ ਨੂੰ ਮੇਰੇ ਕੱਪੜੇ ਫੂਕ ਦੇਗੀ। ਪੁੱਤ ਐਡੀ ਵੀ ਕਾਮਲੀ ਨਹੀਂ ਮੈਂ। ਉਹ ਤੂੰ ਇੰਨੀ ਸਿਆਣੀ ਵੀ ਨਹੀਂ ਗੀ ਮਾਂ, ਜਿਹੜੇ ਜਿਹੜੇ ਲੱਲਰ ਲਾ ਰਹੀਆਂ ਤੂੰ, ਉਹ ਨਜ਼ਾਰੇ ਲੈ ਰਹੇ ਨੇ ਦੋਏ ਜੀ, ਪੈ ਗਈ ਸਾਡੇ ਪੱਲੇ ਤੂੰ। ਮੈਂ ਤਾਂ ਪਛਤਾ ਰਿਹਾ ਤੈਨੂੰ ਘਰੇ ਰੱਖ ਕੇ। ਮਾਸਟਰ ਜੀ ਉਹ ਆ ਵੀ ਆ ਕਾਲੇ, ਲੰਘਿਆ ਲੰਘਿਆ। ਹੋਰ ਠੀਕ ਠਾਕ ਹੋ ਮਾਸਟਰ ਜੀ? ਬਹੁਤ ਵਧੀਆ, ਹੋਰ ਸੁਣਾ, ਚਾਹ ਪੀਏ ਜਾਂ ਕੋਲਡ ਡਰਿੰਕ ਮੰਗਾਵਾਂ? ਨਾ ਬਾਈ ਪਾਣੀ ਮੰਗਾ ਦੇ ਬਾਈ। ਲਵਪ੍ਰੀਤ? ਹਾਂਜੀ। ਪਾਣੀ ਲੈ ਕੇ ਆਈ ਯਾਰ? ਹਾਂਜੀ ਲਿਆਉਣੀ ਆ। ਹੋਰ ਬਾਈ ਵਧੀਆ ਨਾ? ਸਭ ਵਧੀਆ ਸਭ ਵਧੀਆ। ਤੁਹਾਨੂੰ ਦੱਸ ਕਿਵੇਂ ਆਣੇ ਹੋਏ ਅੱਜ? ਬਸ ਆਪਣੇ ਛੋਟੇ ਭਾਈ ਦਾ ਵਿਆਹ ਸੀਗਾ। ਅੱਛਾ, ਮੈਂ ਕਿਹਾ ਚੱਲ ਬਾਈ ਉਹਨਾਂ ਨੂੰ ਕੱਢਦੇ ਆ ਮੈਂ ਉੱਧਰ ਆਪਣੇ। ਆ ਲਓ ਬਾਈ ਪਾਣੀ। ਹੋਰ ਠੀਕ ਹੋ ਬਾਈ? ਹਾਂਜੀ ਬਾਈ। ਜਦੋਂ ਘਰ ਚ ਏਦਾਂ ਆਣ ਬਣ ਰਹਿਣ ਲੱਗ ਜੇ ਨਾ, ਫਿਰ ਤਾਂ ਯਾਰ ਇੱਕ ਪਾਸਾ ਕਰਨਾ ਹੀ ਚੰਗਾ ਹੁੰਦਾ। ਉਹ ਤਾਂ ਹੈ ਬਾਈ, ਪਰ ਚਲੋ ਬਾਈ ਬਾਕੀ ਪਰਮਾਤਮਾ ਦੀ ਮਰਜ਼ੀ ਹੈ, ਹੁਣ ਅਸੀਂ ਵੀ ਤਾਂ ਚੱਲ ਦੇਖੋ ਇਕੱਠੇ ਰਹਿ ਰਹੇਗੇ, ਪਰ ਬਾਈ ਇਕੱਠ ਵਰਗੀ ਮੌਜ ਨਹੀਂ ਹੈਗੀ ਬਾਈ। ਚਲੋ ਆਪਾਂ ਵੀ ਕੀ ਗੱਲਾਂ ਲੈ ਕੇ ਬਹਿ ਗਏ ਹੈ, ਤੂੰ ਆ ਕਾਰਡ ਫੜ ਬਾਈ, ਪਹੁੰਚੇ ਬਾਈ ਜ਼ਰੂਰ ਹੈ। ਹਾਂ ਹਾਂ ਬਾਈ ਜ਼ਰੂਰ। ਹਾਂ ਬੇਨਤੀ ਹੈ ਬਾਈ ਬਣ ਕੇ ਹੈ, ਜ਼ਰੂਰ ਆਵਾਂ ਬਾਈ ਕਾਲੇ ਯਾਰ, ਕਹੀ ਗੱਲ ਕਰਤੀ ਤੇ ਕੋਈ ਨਾ, ਪੂਰੀ ਠਾਠ ਫਾੜ ਨਾਲ ਪਹੁੰਚਾਂਗੇ। ਹਾਂ ਠੀਕ ਹੈ, ਚੰਗਾ ਬਾਈ। ਠੀਕ ਹੈ ਬਾਈ, ਠੀਕ ਹੈ ਜੀ। ਲਵਪ੍ਰੀਤ? ਹਾਂਜੀ। ਉਹ ਐਂ ਕਰਦੀ ਰੋਟੀ ਬਣ ਗਈ, ਲੈ ਲਿਆ ਯਾਰ ਖਾਈਏ ਫਿਰ। ਹਾਂਜੀ ਲਿਆਉਣੀ। ਜਿੰਮੇਵਾਰੀ ਮੇਰੀਆਂ ਨੇ ਨਾ ਬਾਈ, ਨਾ ਵਧੀਆ ਗੱਲ ਆ, ਭਾਈ ਉਹ ਭਾਈ ਦੇ ਕੰਮ ਆਉਂਦਾ ਆ ਬਾਈ। ਹਾਂ ਆ ਤੂੰ ਸਾਡੀ ਦੇਖ ਲੈ ਹੁਣ ਹਾਲਤ। ਚੱਲ ਬਾਈ ਕੋਈ ਗੱਲ ਨੀ, ਹੋਇਆ ਤਾਂ ਮਾੜਾ ਵੈਸੇ ਬਾਈ। ਉਹ ਬਥੇਰਾ ਸਮਝਾਇਆ ਸੀ ਕਾਲੇ, ਨਾ ਅੱਡ ਹੋ ਨਾ ਅੱਡ ਹੋ, ਪਰ ਜਨਾਨੀ ਦੇ ਮਗਰ ਲੱਗ ਗਿਆ, ਕੀ ਕਰ ਸਕਦਾ। ਸਮਝਾਇਆ ਸੀ ਬਾਈ। ਹਾਂ ਚੱਲ ਬਾਈ, ਬਾਕੀ ਤਾਂ ਪਰਮਾਤਮਾ ਜਾਣਦਾ ਬਾਈ, ਕਿਹਨੇ ਕਿਹਨੂੰ ਕਿੱਥੇ ਰੱਖਣਾ ਹੈਗਾ।
ਇਹ ਤਾਂ ਹੈ ਬਾਈ, ਉਹਦੇ ਲਿਖਣ ਦਾ ਕੌਣ ਢੋ ਸਕਦਾ ਬਾਈ। ਮਾਸਟਰ ਆ ਬਾਈ, ਬਾਲਾ ਪੜ੍ਹਿਆ ਲਿਖਿਆ ਤੀ, ਗਾਹਾਂ ਜਨਾਨੀ ਵੀ ਪੜ੍ਹੀ ਲਿਖੀ ਤੀ, ਸਾਨੂੰ ਤਾਂ ਅਨਪੜ੍ਹ ਸਮਝਦੇ ਤੇ ਵੀ ਇਹਨਾਂ ਨੂੰ ਕਿਹੜਾ ਕੁਛ ਪਤਾ ਆ। ਖੁਸ਼ੀ ਹੋਈ ਆ ਤੈਨੂੰ ਦੇਖ ਕੇ, ਅੱਜ ਭਾਈ ਦੇ ਫਰਜ਼ ਨਿਭਾਉਂਦਾ ਫਿਰਦਾ। ਨਾ ਕੋਈ ਗੱਲ ਨੀ ਬਾਈ, ਫਿਰ ਵੱਡਾ ਬਾਈ ਮੈਂ ਕੀ ਕਰਾਂ। ਨਾ ਨਾ ਬਾਈ, ਸਾਰਾ ਬਾਈ ਕੰਮ ਕਰ ਮੈਨੂੰ ਦੇਖਣਾ ਪੈਂਦਾ ਹੈਗਾ। ਨਾ ਬਾਈ, ਹੱਕ ਬਣਦਾ ਆ, ਜ਼ਰੂਰ ਵੇਲੇ ਹਾਜ਼ਰੀ ਲਵਾਵਾਂਗੇ, ਹੋਰ ਬਾਈ ਲੋੜ ਹੋਈ ਕੋਈ ਦੱਸੀ। ਨਾ ਕੋਈ ਗੱਲ ਨੀ ਬਾਈ, ਧੰਨਵਾਦ ਬਾਈ, ਤੇ ਬਾਕੀ ਬਾਈ ਸਾਰਾ ਪਰਿਵਾਰ ਨੂੰ ਬੇਨਤੀ ਆ ਬਾਈ, ਹੱਥ ਬੰਨ ਕੇ ਜ਼ਰੂਰ ਪਹੁੰਚਿਓ ਬਾਈ। ਉਹ ਨਾ ਨਾ ਬਾਈ, ਕਾਹਦਾ ਪਰਿਵਾਰ ਰਹਿ ਗਿਆ, ਦੋ ਜੀ ਆ, ਪਹੁੰਚਾਂਗੇ ਜ਼ਰੂਰ। ਚਲੋ ਬਾਈ, ਮੈਂ ਉਦੋਂ ਤਾਂ ਕੱਢਦੇ ਆ ਅਸੀਂ ਆਪਣੇ ਬਾਈ ਕਣੀ ਬਾਈ, ਹੁੰਦਾ ਹੱਕ ਤਾਂ ਬਾਈ ਸਾਰੇ ਪਰਿਵਾਰ ਦਾ ਹੀ ਬਣਦਾ। ਨਾ ਨਾ ਕੋਈ ਨੀ ਬਾਈ, ਠੀਕ ਆ ਬਾਈ, ਧੰਨਵਾਦ। ਹੋਰ ਚਾਹ ਦਾ ਛਕਿਆ ਬਾਈ? ਬਾ ਮਿਹਰਬਾਨੀ ਵੀਰੇ, ਠੀਕ ਆ, ਠੀਕ ਆ ਵੀਰੇ। ਉਹ ਲਾਪਰੀ ਤਾਂ ਆ ਜਾ ਯਾਰ, ਹੁਣ ਕਿੰਨਾ ਟਾਈਮ ਲਾਣਾ ਹੋਰ। ਹਾਂਜੀ ਹਾਂਜੀ, ਆ ਗਈ ਬਸ। ਆ ਯਾਰ ਜਲਦੀ ਚੱਲੀਏ ਫਿਰ, ਤੇ ਨਾਲੇ ਮੇਰੀ ਗੱਲ ਸੁਣ, ਬਾਜ਼ਾਰ ਜਾ ਕੇ ਪੂਰੇ ਮਹਿੰਗੇ ਮਹਿੰਗੇ ਕੱਪੜੇ ਲੈ ਕੇ ਆਣੇ ਆਪਾਂ ਨੇ, ਉਹਨਾਂ ਨੂੰ ਵੀ ਪਤਾ ਲੱਗੇ ਕਿ ਅਸੀਂ ਅੱਡ ਹੋ ਕੇ ਕਿੰਨੀ ਐਸ਼ ਕਰਦੇ ਆ। ਠੀਕ ਹੈ ਜੀ, ਮੈਂ ਨਾ ਜੀ 15-15 ਹਜ਼ਾਰ ਵਾਲੇ ਦੋ ਸੂਟ ਲੈ ਕੇ ਆਉਂਗੀ। ਉਹ ਯਾਰ ਕਿਹੜੀ ਗੱਲ ਕਰਤੀ ਤੂੰ, ਉਹ ਤੂੰ ਦੋ ਛੱਡ, ਤੂੰ ਤਿੰਨ ਲੈ ਲਈ ਸੱਚੀ? ਹਾਂ, ਜਿਹੜੇ ਜਿਹੜੇ ਪਸੰਦ ਆਏ ਬਸ ਚੱਕ ਲਈ। ਥੈਂਕ ਯੂ, ਠੀਕ ਆ, ਆ ਚੱਲੀਏ ਫਿਰ। ਮੇਰੀ ਗੱਲ ਸੁਣਿਓ ਜੀ। ਹਾਂ ਦੱਸ। ਮੈਂ ਤਾਂ ਐਂ ਕਹਿੰਦੀ ਸੀ, ਮਸਾਂ ਮਸਾਂ ਤਾਂ ਵਿਆਹ ਆਇਆ, ਮੈਨੂੰ ਇੱਕ ਸੋਹਣਾ ਜਿਹਾ ਸੂਟ ਦਵਾ ਦਿਓ। ਓ ਯਾਰ ਕੀ ਕਰਨੇ ਨੇ, ਇੰਨੇ ਤਾਂ ਸੂਟ ਪਏ ਨੇ ਅਲਮਾਰੀ 'ਚ, ਉਹਨਾਂ ਤੋਂ ਪਾਲੀ ਚੱਕ ਕੇ ਕੋਈ ਲੈ। ਓਕੇ, ਇੰਨੇ ਤਾਂ ਸੂਟ ਪਏ ਨੇ, ਉਹ ਸੂਟ ਮੈਂ ਕਿੰਨੇ ਵਾਰੀ ਪਾ ਲਏ ਵਿਆਹਾਂ 'ਚ, ਹੁਣ ਵਾਰੀ ਵਾਰੀ ਉਹੀ ਸੂਟ ਪਾਈ ਜਾਊਂਗੀ। ਓ ਚੰਗਾ ਲੈ ਲਈ, ਨਾਲੇ ਮੁੰਡੇ ਵਾਸਤੇ ਵੀ ਲੈਣਾ ਪਊ ਆਪਾਂ ਨੂੰ ਕੋਈ ਨਾ ਕੋਈ। ਵੇ ਪੁੱਤ, ਵਿਆਹ ਹੈ ਭਾਈ, ਇੱਕ ਸੂਟ ਮੈਨੂੰ ਵੀ ਲਿਆ ਦਿਓ। ਓ ਮਾਤਾ, ਤੈਨੂੰ ਕਿਹਨੇ ਦੇਖਣਾ ਵਿਆਹ 'ਚ, ਤੂੰ ਉਹਨਾਂ 'ਚ ਪਾਲੀ ਚੱਕ ਕੇ ਕੋਈ। ਦੱਸ ਵੇ ਪੁੱਤ, ਐਂ ਕਿਉਂ ਕਰਦਾ, ਲਿਆ ਦੀ ਇੱਕ ਸੂਟ। ਓ ਹੱਦ ਹੋ ਰਹੀ ਆ, ਹੁਣ ਇਹਨੂੰ ਦਵਾ ਦੇਣਾ ਇੱਕ ਸੂਟ, ਤਾਂ ਕੀ ਕਰਨਾ, ਤੂੰ ਚੱਕ ਕੇ ਉਹਨਾਂ 'ਚ ਪਾਲੀ ਕੋਈ ਪੁਰਾਣਾ। ਤੁਸੀਂ ਵੀ ਆਪਦੇ ਵਾਸਤੇ ਕੱਪੜੇ ਲਿਆਇਓ ਜੀ। ਛੱਡ, ਮੈਂ ਕੀ ਕਰਨਾ, ਮੇਰੇ ਕੋਲ ਤਾਂ ਵਿਆਹ ਵਾਲਾ ਪੈਂਟ ਘੁੱਟ ਪਿਆ, ਮੈਂ ਤਾਂ ਉਹੀ ਸਾਫ਼ ਕਰਾ ਲੂੰ। ਫਿਰ ਮੇਰੇ ਵਾਸਤੇ ਤਾਂ ਸੂਟ ਲੈ ਕੇ ਆਵਾਂਗੇ ਆਪਾਂ ਅੱਜ। ਹਾਂ, ਤੂੰ ਇੰਨੇ ਤਿਆਰ ਹੋ, ਇੰਨੇ ਮੈਂ ਆੜਾ ਪਿੰਡ 'ਚ ਕੰਮ ਜਾਇਆ ਵਾਂ। ਠੀਕ ਆ, ਮੈਂ ਤੁਹਾਡੇ ਆਉਂਦਿਆਂ ਨੂੰ ਤਿਆਰ ਹੁੰਦੀ ਹਾਂ। ਚੰਗਾ। ਅਮਰੀਕਾ ਸੁਣਦੀ ਆ? ਹਾਂਜੀ। ਉਹ ਕੱਲ੍ਹ ਨੂੰ ਬਰਾਤ ਆ, ਮੇਰਾ ਪੈਂਟ ਕੋਟ ਭੇਜ ਦਿਓ ਡਰਾਈ ਕਲੀਨ ਵਾਸਤੇ। ਧਿਆਨ ਨਾਲ ਕਹਿ ਦਿਓ ਜਿਹਨੂੰ ਵੀ ਭੇਜੋਗੇ, ਮੈਂ ਕਿਹਾ ਪੈਂਟ ਕੋਟਾ ਕਿਤੇ ਨਾਸ ਮਰਵਾ ਦੂੰ। ਕੋਈ ਨੀ, ਮੈਂ ਛੋਟੂ ਨੂੰ ਭੇਜੂਗੀ, ਕਹਿ ਦੂੰਗੀ ਧਿਆਨ ਨਾਲ ਲੈ ਕੇ ਆਈ ਦੇਖ ਕੇ। ਨਾਲੇ ਮੇਰੀ ਗੱਲ ਸੁਣੋ, ਮੈਂ ਨਾ ਪਿੰਡ 'ਚ ਗੇੜਾ ਮਾਰਿਆ ਉਹਨਾਂ ਦੇ ਕੜਾਹੀ ਵਾਲਿਆਂ ਦੇ, ਆਉਂਦਾ ਮੈਂ ਠਹਿਰ ਕੇ। ਤੁਸੀਂ ਜਾ ਆਓ, ਮੈਂ ਤੁਹਾਡੇ ਆਉਂਦੇ ਨੂੰ ਕੱਲ੍ਹ ਦੀ ਤਿਆਰੀ ਕਰ। ਚੰਗਾ। ਓਹੋ, ਫੋਨ ਤਾਂ ਅੰਦਰ ਹੀ ਰਹਿ ਗਿਆ, ਮੈਂ ਛੋਟੂ ਨੂੰ ਫੋਨ ਵੀ ਕਰ ਹੀ ਦੇਵਾਂ। ਮਾਰ ਮਾਰ ਥਾਪੀਆਂ ਲੱਗ ਗਈ ਧੋਣ ਤੂੰ।
ਕੀ ਸਾਰੀ ਦਿਹਾੜੀ ਟੈਂ ਟੈਂ ਕਰੀ ਉਹਨੂੰ ਕੀ ਹੋ ਗਿਆ? ਕੀ ਹੋ ਗਿਆ ਤੇਰੀ ਮਾਂ ਨੂੰ ਪੁੱਛ ਲਾ, ਕੀ ਦੇਖ ਲਾ ਪੈਂਟ ਕੋਟ ਦੀ ਜੱਖਣਾ ਪੱਟ ਕੇ ਧਰੀ ਐ ਨੇ। ਉਹ ਤੂੰ ਆ ਕੀ ਕਰਿਆ? ਤੂੰ ਧੋਣ ਨੂੰ ਕਿਹਨੇ ਕਿਹਾ ਸੀ? ਪੁੱਤ ਧੋਤੇ ਨੇ ਤੈਨੂੰ ਖੁਸ਼ ਕਰਨ ਵਾਸਤੇ। ਤੂੰ ਉਹ ਮਾਤਾ ਅਸੀਂ ਤਾਂ ਅਸੀਂ ਖੁਸ਼ ਹਾਂ, ਤੈਨੂੰ ਹਜ਼ਾਰ ਵਾਰੀ ਕਿਹਾ ਤੂੰ ਟਿੱਕੇ ਸਾਈਡ ਤੇ ਬੈਠਾ ਜਾਂਦਾ। ਤੂੰ ਤੁਹਾਨੂੰ ਪਹਿਲੇ ਟਿੱਕੇ, ਇਹਨੇ ਤਾਂ ਮੈਨੂੰ ਨਹੀਂ ਜਿਉਣ ਦੇਣਾ ਬਸ। ਇਹ ਤਾਂ ਸਿਆਪਾ ਆਪਣੇ ਗਲ ਪੈ ਗਿਆ, ਉਹ ਵਧੀਆ ਬਚ ਗਿਆ ਤੂੰ ਸੋਟੜਾ। ਉਹ ਤੂੰ ਬਾਈ ਤੇ ਸਾਈਡ ਤੇ ਬੈਠੀ ਰਿਹਾ ਕਰ। ਅੱਗੇ ਤੋਂ ਇਹ ਜੀ ਗਲਤੀ ਨਹੀਂ ਹੋਊ। ਗਲਤੀ ਨਹੀਂ ਹੁੰਦੀ, ਉਹ ਇਹ ਸੱਚ ਕਹਿੰਦੀ ਸੀ ਮੈਨੂੰ ਬਿਰਧਾ ਆਸ਼ਰਮ ਛੱਡਿਆ। ਬਿਰਧਾ ਆਸ਼ਰਮ ਛੱਡ ਕੇ ਆਉਣਾ ਸੀ। ਆਸ਼ਰਮ ਦਾ ਨਾਂ ਨਾ ਲਈ, ਮੈਂ ਇੱਕ ਪਾਸੇ ਰਹਿ ਲੂੰਗੀ। ਆਸ਼ਰਮ ਦਾ ਨਾਂ ਨਾ ਲਈ, ਹੁਣ ਦੱਸ ਕੱਲ ਨੂੰ ਮੈਂ ਕੀ ਪਾਵਾਂ? ਖੜੀ ਕੀ ਝਾਕੀ ਜਾਨੀ ਆ, ਕੋਈ ਕੰਮ ਸਵਾਰ ਲਾ। ਆ ਤਾਂ ਤੂੰ ਕੰਮ ਕਰਤਾ ਖਰਾਬ, ਜਾ ਕੇ ਭਾਂਡੇ ਮਾਂਜ ਲਾ, ਨਾ ਮਰੇ ਨਾ ਖੈੜਾ ਛੁੱਟੇ। ਆ ਦੇਖ ਲੈ, ਪਤਾ ਨਹੀਂ ਬੇਦੀ ਪੇ ਬੇਦੀ ਪਿਆ ਉਰਿਆ। ਆ ਤੇਰੇ ਬਾਪੂ ਦਾ ਝੁੱਗਾ ਕਿਹਨੇ ਪਾੜਿਆ ਗਾ? ਮਾਂ ਮੈਂ ਕਦੋਂ ਪਾੜਿਆ? ਮੇਰੇ ਵੀਰੇ ਨੇ ਪਾੜਤਾ। ਨਾ ਲੈ ਦੱਸ, ਬੈਂਕ ਤਾਂ ਪੁੱਤ ਤੂੰ ਹੀ ਕਰਦਾ, ਛੋਟਾ ਨੀ ਬੈਂਕ ਕਰਦਾ ਹੈਗਾ। ਉਹਨਾਂ ਨੇ ਰਿਸ਼ਤੇਦਾਰੀ ਚ ਜਾਣਾ ਸੀ। ਮਾਂ ਹੁਣ ਮੈਨੂੰ ਮੇਰਾ ਬਾਪੂ ਆ ਕੇ ਕੁੱਟੂਗਾ। ਲੈ ਐ ਕਿਵੇਂ ਕੁੱਟੂ ਪਹਿਲਾਂ ਮੇਰੇ ਪੁੱਤ ਨੂੰ? ਪਰ ਪੁੱਤ ਅੱਗੇ ਤੋਂ ਅਜਿਹਾ ਕੰਮ ਨੀ ਕਰਿਆ ਕਰਦੇ ਚੰਗਾ। ਨਾਲੇ ਪੁੱਤ ਝੂਠ ਨੀ ਬੋਲਿਆ ਕਰਦੇ, ਝੂਠ ਬੋਲਣ ਵਾਲੇ ਨਾਲ ਰੱਬ ਵੀ ਨਾਰਾਜ਼ ਹੋ ਜਾਂਦਾ ਚੰਗਾ। ਨਹੀਂ ਪੁੱਤ, ਇਹਦਾ ਨਾ ਮੇਰੀ ਅੱਖ 'ਚ ਪੈ ਗਿਆ ਕੁਛ। ਨਹੀਂ ਰਾਜਮਾ, ਮੈਨੂੰ ਪਤਾ ਤੁਹਾਨੂੰ ਪਾਪਾ ਨੇ ਡਾਂਟਿਆ। ਨਾ ਪੁੱਤ, ਤੇਰੇ ਪਾਪਾ ਤਾਂ ਮੈਨੂੰ ਬਹੁਤ ਪਿਆਰ ਕਰਦੇ ਨੇ। ਨਹੀਂ ਨਾ ਦਿਮਾਗ, ਪਾਪਾ ਬਹੁਤ ਬੁਰੇ ਨੇ। ਨਾ ਪੁੱਤ, ਐਂ ਨਹੀਂ ਬੋਲਿਆ ਕਰਦੇ, ਤੇਰੇ ਪਾਪਾ ਹੈ। ਨਹੀਂ ਰਾਜੇ, ਜਦੋਂ ਮੈਂ ਬੜਾ ਹੋ ਗਿਆ ਮੈਂ ਵੀ ਪਾਪਾ ਨੂੰ ਡਾਂਟਿਆ ਤਾ। ਨਾ ਪੁੱਤ, ਉਰੇ ਆ ਮੇਰੇ ਕੋਲ ਬੈਠ। ਦੇਖ ਪੁੱਤ, ਜੇ ਤੂੰ ਤੇਰੇ ਪਾਪਾ ਨੂੰ ਡਾਂਟੇਗਾ ਨਾ, ਕੱਲ ਨੂੰ ਤੇਰੇ ਜਵਾਕ ਤੈਨੂੰ ਡਾਂਟਣਗੇ। ਠੀਕ ਹੈ, ਤੂੰ ਐਸਾ ਕੁਛ ਨਹੀਂ ਕਰੇਗਾ ਪੁੱਤ। ਫਿਰ ਤੁਹਾਨੂੰ ਪਾਪਾ ਕਿਉਂ ਡਾਂਟੇਗਾ? ਨਹੀਂ ਪੁੱਤ, ਉਹ ਹੀ ਕਦੇ ਕਦੇ ਗੁੱਸੇ 'ਚ ਬੋਲ ਜਾਂਦੇ ਨੇ, ਉਦੋਂ ਮੈਨੂੰ ਬਹੁਤ ਪਿਆਰ ਕਰਦੇ ਨੇ। ਜੇ ਹੁਣ ਡਾਂਟੇਗੇ ਮੈਨੂੰ ਦੱਸਿਓ, ਮੈਂ ਡਾਂਟੂੰਗੀ। ਜ਼ਰੂਰ ਦੱਸੂੰਗੀ, ਜੇ ਖੇਡ ਲੈ ਮੇਰੇ ਪੁੱਤ। ਦੇਖ, ਮੈਂ ਤਾਂ ਤੇਰੇ ਨਾਲ ਇੱਕ ਗੱਲ ਕਰਨ ਆਇਆ। ਦੱਸੋ। ਤੈਨੂੰ ਪਤਾ ਸੀ ਮੈਂ ਕਦੇ ਅੱਡ ਨਹੀਂ ਹੋਣਾ ਚਾਹੁੰਦਾ ਸੀ, ਪਰ ਤੂੰ ਆਪਣੀ ਘਰ ਵਾਲੀ ਮਗਰ ਲੱਗ ਕੇ ਨਾ ਅੱਡ ਹੋ ਗਿਆ। ਉਹ ਬਾਈ, ਤੁਸੀਂ ਵੀ ਤਾਂ ਸਿਆਣੇ ਸੀਗੇ, ਘੱਟੋ ਘੱਟ ਮੈਨੂੰ ਸਮਝਾ ਤਾਂ ਸਕਦੇ ਸੀ। ਬਥੇਰਾ ਸਮਝਾਇਆ ਤੀ, ਉਦੋਂ ਤਾਂ ਤੇਰੇ ਸਿਰ 'ਤੇ ਭੂਤ ਸਵਾਰ ਤੀ ਅੱਡ ਹੋਣ ਦਾ। ਚੱਲ ਛੱਡ, ਜੋ ਹੋਣਾ ਤੀ ਹੋ ਗਿਆ। ਦੇਖ ਮੇਰੀ ਗੱਲ ਸੁਣ, ਧਿਆਨ ਗੱਲ, ਮੈਂ ਤੈਨੂੰ ਹਰ ਇੱਕ ਚੀਜ਼ ਵੰਡ ਕੇ ਦਿੱਤੀ, ਘਰ ਨਾਲ ਘਰ, ਜ਼ਮੀਨ ਨਾਲ ਜ਼ਮੀਨ, ਇੱਥੋਂ ਤੱਕ ਕਿ ਤੈਨੂੰ ਭਾਂਡੇ ਤੱਕ ਵੀ ਬਰਾਬਰ ਦਿੱਤੇ ਨੇ, ਪਰ ਹਜੇ ਨਾ ਇੱਕ ਚੀਜ਼ ਵੰਡਣੀ ਬਾਕੀ ਆ। ਹਜੇ ਵੀ ਚੀਜ਼ ਰਹਿ ਗਈ? ਉਹ ਬਾਈ, ਸਾਰੀਆਂ ਚੀਜ਼ਾਂ ਤਾਂ ਆਪਾਂ ਨੇ ਬਰਾਬਰ ਵੰਡ ਲਈਆਂ, ਫਿਰ ਹੁਣ ਕਿਹੜੀ ਚੀਜ਼ ਰਹਿ ਗਈ? ਮਾਂ, ਆਪਣੀ ਮਾਂ ਵੰਡਣੀ ਬਾਕੀ ਰਹਿ ਗਈ। ਬਾਈ ਜਿੱਦਣ ਦਾ ਅੱਡ ਹੋਇਆ ਨਾ, ਉਦਣ ਦੀ ਮਾਂ ਮੇਰੇ ਘਰ ਹੀ ਰਹਿ ਰਹੀ ਆ। ਤੈਨੂੰ ਇੱਕ ਵਾਰੀ ਵੀ ਨਾਮ ਲਿੱਤਾ ਆ? ਬਾਈ ਤੁਸੀਂ ਮੇਰੀ ਗੱਲ ਸੁਣੋ, ਮਾਂ ਆਪਣੀ ਮਰਜ਼ੀ ਨਾਲ ਤੇਰੇ ਕੋਲ ਗਈ ਸੀਗੀ, ਮੈਂ ਧੱਕੇ ਨਾਲ ਨਹੀਂ ਛੱਡ ਗਿਆ ਉਹਨੂੰ। ਅਤੇ ਨਾਲ ਇੱਕ ਗੱਲ ਹੋਰ, ਅਸੀਂ ਦੋਵੇਂ ਜੀ ਪੜ੍ਹੇ ਲਿਖੇ ਹਾਂ, ਦੋਵੇਂ ਜੀ ਨੌਕਰੀ ਕਰਦੇ ਹਾਂ,
ਉਹ ਸਾਡੇ ਘਰੇ ਪੜ੍ਹੇ ਲਿਖੇ ਬੰਦੇ ਦਾ ਆਉਣਾ ਜਾਣਾ ਲੱਗਿਆ ਰਹਿੰਦਾ। ਉਹ ਜਿਹਨਾਂ ਨੂੰ ਪਤਾ ਲੱਗੂ ਵੀ ਮੇਰੀ ਮਾਂ ਅਨਪੜ੍ਹ ਆ, ਸਾਡੀ ਕੀ ਇੱਜ਼ਤ ਰਹਿ ਜੂ ਵੀ? ਆਹੋ, ਹੁਣ ਤੈਨੂੰ ਇੱਜ਼ਤ ਦਾ ਫਰਕ ਪੈ ਗਿਆ। ਕਿਉਂ ਬਾਈ, ਜਦੋਂ ਤੂੰ ਹਰ ਚੀਜ਼ 'ਚ ਹਿੱਸਾ ਮੰਗਿਆ ਫਿਰ ਮਾਂ 'ਚ ਹਿੱਸਾ ਬਣਦਾ ਤੇਰਾ? ਬਥੇਰਾ ਟਾਈਮ ਰੱਖ ਲਈ ਬਾਈ ਮੈਂ, ਹੁਣ ਮਾਂ ਤੇਰੇ ਕਣੀ ਆਊਗੀ ਕੱਲ੍ਹ ਤੋਂ। ਬਾਈ ਮੇਰੀ ਗੱਲ ਸੁਣ ਲੈ ਇੱਕ ਕੰਨ ਖੋਲ ਕੇ, ਮਾਂ ਨਹੀਂ ਮੈਂ ਰੱਖ ਸਕਦਾ ਹੈਗਾ। ਜੇ ਐਡੀ ਉਹ ਗੱਲ ਆ, ਮਾਂ ਨੂੰ ਆਸ਼ਰਮ 'ਚ ਛੱਡਿਆ, ਮੈਂ ਖਰਚਾ ਦੇ ਦੂੰਗਾ। ਆਹੋ, ਤੂੰ ਤਾਂ ਸਕੂਲ ਚੱਕ ਕੇ ਵਗ ਜਾਣਾ ਮੂੰਹ, ਤਾਂ ਲੋਕਾਂ 'ਚ ਰਹਿਣਾ। ਪਤਾ ਕਿੱਡੀ ਬਦਨਾਮੀ ਆ, ਮਾਂ ਤਾਂ ਬਾਈ ਤੈਨੂੰ ਰੱਖਣੀ ਪਊਗੀ, ਜੇ ਤੂੰ ਮੰਨਣਾ ਤਾਂ ਮੰਨਣੀ, ਫਿਰ ਪੰਚਾਇਤ ਇਕੱਠੀ ਕਰਦਾ ਮੈਂ। ਬਾਈ ਜੀ ਐਡੀ ਉਹ ਗੱਲ ਆ ਨਾ, ਤੂੰ ਜੋ ਕਰਨਾ ਕਰ ਲਾ, ਫਿਰ ਜੋ ਪੰਚਾਇਤ ਫੈਸਲਾ ਕਰੂਗੀ ਦੇਖੀ ਜਾਊਗੀ। ਚੱਲ ਠੀਕ ਆ ਭਰਾ, ਬੁਲਾਉਣਾ ਆਥਣੇ ਮੈਂ ਪੰਚਾਇਤ, ਫੈਸਲਾ ਕਰੂਗੀ। ਮਾਂ ਨੂੰ ਰੱਖਣ ਵਾਲੇ ਤੇਰੇ ਦੰਦੀਆਂ ਵੱਢਦੀਆਂ ਹੁਣ। ਆ ਵੱਡਾ ਕਿਵੇਂ ਆਇਆ ਸੀ ਆਪਣੇ ਘਰੇ? ਕੁਛ ਨਹੀਂ, ਕਹਿੰਦਾ ਮੇਰੇ ਤੋਂ ਨਹੀਂ ਮਾਂ ਰੱਖੀ ਜਾਂਦੀ ਹੈਗੀ, ਤੁਸੀਂ ਰੱਖ ਲਓ। ਲੈ ਆਪਾਂ ਕਿਵੇਂ ਰੱਖ ਲਈਏ ਭਲਾ, ਨਾਲੇ ਬੁੜੀ ਦਾ ਪਤਾ ਹੀ ਆ ਮੈਨੂੰ, ਵੱਡੇ ਕਨੀ ਰਹਿ ਕੇ ਜ਼ਿਆਦਾ ਖੁਸ਼ ਹੈ, ਨਾਲੇ ਤੁਸੀਂ ਡਿਊਟੀ ਜਾਣਾ ਹੁੰਦਾ, ਮੈਂ ਡਿਊਟੀ ਜਾਣਾ ਹੁੰਦਾ। ਉਹ ਯਾਰ ਉਹੀ ਤਾਂ ਹੈ, ਨਾਲੇ ਮੇਰੇ ਸਾਰੇ ਯਾਰ ਦੋਸਤ ਵੀ ਪੜ੍ਹੇ ਲਿਖੇ ਨੇ, ਜਿਹਨਾਂ ਨੂੰ ਪਤਾ ਲੱਗਿਆ ਵੀ ਇਹਦੀ ਮਾਂ ਅਨਪੜ੍ਹ ਆ, ਤਾਂ ਕੀ ਇੱਜ਼ਤ ਰਹੂ ਮੇਰੀ ਉਹਨਾਂ ਸਾਹਮਣੇ? ਹਾਏ, ਮੇਰੀਆਂ ਤਾਂ ਆਪ ਫਰੈਂਡਾਂ ਸਾਰੀਆਂ ਪੜ੍ਹੀਆਂ ਲਿਖੀਆਂ ਨੇ, ਨਾਲੇ ਉਹਨਾਂ ਦੀਆਂ ਸੱਸਾਂ ਵੀ, ਜਦੋਂ ਪਤਾ ਲੱਗ ਗਿਆ ਨਾ ਵੀ ਮੇਰੀ ਸੱਸ ਅਨਪੜ੍ਹ ਹੈ, ਮੇਰੇ 'ਤੇ ਹੱਸਣਗੀਆਂ। ਉਹ ਨਾ ਨਾ, ਮੈਂ ਤਾਂ ਮਨਾ ਕਰਤਾ ਵੀ ਮੈਂ ਨਹੀਂ ਰੱਖਦਾ ਬੀਬੀ ਨੂੰ, ਮੇਰਾ ਵੱਡੇ ਬੰਦੇ ਨਾਲ ਉੱਠਣਾ ਬੈਠਣਾ। ਆਹੋ, ਜੇ ਇੱਥੇ ਆ ਗਈ ਨਾ ਕੁਛ ਪੁੱਠਾ ਸਿੱਧਾ ਹੀ ਕਰੂਗੀ। ਮੈਂ ਸੁਣਿਆ ਤੁਹਾਡੇ ਵੱਡੇ ਭਾਈ ਦਾ ਪੈਂਟ ਕੋਟ ਨਾ ਥਾਪੇ ਮਾਰ ਮਾਰ ਕੇ ਸਾਰਾ ਖਰਾਬ ਕਰਤਾ, ਇਹਨੂੰ ਕਿਹੜੀ ਮਸ਼ੀਨ ਚਲਾਉਣ ਦੀ ਅਕਲ ਹੈ ਜੀ, ਐਵੇਂ ਕਰੰਟ ਲੱਗ ਕੇ ਮਰ ਜੂਗੀ, ਨਾਲੇ ਲੋਕ ਸੌ ਸੌ ਗੱਲਾਂ ਬਣਾਉਣਗੇ ਵੀ ਪਤਾ ਨਹੀਂ ਬੁੜੀ ਨੂੰ ਜਾਣ ਕੇ ਗੱਡੀ ਚਾੜਤਾ ਇਹਨਾਂ ਨੇ। ਹੋਰ ਯਾਰ, ਨਾਲੇ ਬੁੜੀ ਦੀ ਕਿਹੜਾ ਪੈਨਸ਼ਨ ਆਉਂਦੀ ਆ, ਕਿਹੜਾ ਵਾਧੂ ਖਰਚਾ ਕਰੂ ਉਹ ਤੇ? ਤੁਸੀਂ ਐਂ ਕਰੋ ਜੀ, ਮੈਂ ਤਾਂ ਕਹਿੰਦੀ ਹਾਂ ਭਰਾ ਬਿਰਧ ਆਸ਼ਰਮ 'ਚ ਛੱਡ ਆਓ। ਉਹ ਯਾਰ ਇਹੀ ਤਾਂ ਰੌਲਾ ਪਿਆ ਹੋਇਆ, ਬਾਈ ਕਹਿੰਦਾ ਬਿਰਧ ਆਸ਼ਰਮ ਨਹੀਂ ਛੱਡਣੀ ਹੈਗੀ, ਲੋਕ ਗੱਲਾਂ ਕਰਨਗੇ, ਕਹਿੰਦਾ ਤੁਸੀਂ ਰੱਖ ਲਓ। ਮੈਂ ਇਹਦਾ ਸਾਫ ਜਵਾਬ ਦੇਤਾ ਕਿ ਭਾਈ ਅਸੀਂ ਨਹੀਂ ਰੱਖ ਸਕਦੇ, ਕਹਿੰਦਾ ਮੈਂ ਪੰਚਾਇਤ ਇਕੱਠੀ ਕਰੂੰਗਾ। ਮੈਂ ਕਿਹਾ ਕਰ ਲਾ ਫਿਰ ਦੇਖੀ ਜਾਊਗੀ। ਕੋਈ ਜਿਹੜਾ ਕੁਛ ਕਰਦੇ ਨੇ ਕਰ ਲੈਣ ਦੇ, ਮੈਂ ਤਾਂ ਸਾਫ ਮਨਾ ਕਰ ਦੂੰਗੀ, ਭਾਈ ਸਾਥੋਂ ਨਹੀਂ ਤੁਹਾਡੀ ਬੁੜੀ ਸਾਂਭੀ ਜਾਂਦੀ। ਉਹ ਚੱਲ ਠੀਕ ਆ, ਕੋਈ ਨਾ ਛੱਡ, ਤੂੰ ਚਾਹ ਲੈ ਕੇ ਆ ਜਾ ਮੇਰੇ ਵੱਲ। ਹਾਂਜੀ। ਭਾਈ ਕਿਵੇਂ ਬੁਲਾਇਆ ਤੁਸੀਂ? ਅੱਡ ਤਾਂ ਹੋ ਗਏ ਤੇ ਹੁਣ ਦੁਬਾਰਾ ਫੇਰ ਆ? ਤੁਹਾਨੂੰ ਪਤਾ ਜੀ 2.5 ਸਾਲ ਹੋ ਗਏ ਸਾਨੂੰ ਅੱਡ ਹੋਇਆ ਨੂੰ, ਹਰ ਚੀਜ਼ ਇਹਨਾਂ ਨੂੰ ਵੰਡ ਕੇ ਦਿੱਤੀ, ਪੈਸੇ ਨਾਲ ਪੈਸਾ, ਜ਼ਮੀਨ ਨਾਲ ਜ਼ਮੀਨ। ਸਾਡੀ ਮਾਤਾ ਦਾ ਵੀ ਫੈਸਲਾ ਕਰ ਦਿਓ ਜੀ, ਮਾਤਾ ਮਹੀਨਾ ਹੁਣ ਇਹ ਵੀ ਰੱਖਿਆ ਕਰਨ, ਕਿੱਦਣ ਦੀ ਸਾਂਭ ਰੱਖੀ ਅਸੀਂ ਨੇ, ਜ਼ਮੀਨ ਆਉਣੀ ਲੈਂਦੇ। ਹਾਂ ਬਾਈ, ਤੂੰ ਵੀ ਸਾਂਭ। ਉਹ ਨਾ ਨਾ ਜੀ, ਅਸੀਂ ਨਹੀਂ ਰੱਖ ਸਕਦੇ ਹੈਗੇ, ਉਹ ਅਸੀਂ ਤਾਂ ਦੋਨੇ ਜੀ ਪੜ੍ਹੇ ਲਿਖੇ ਆ, ਨਾਲੇ ਨੌਕਰੀ ਲੱਗੇ ਹੋਏ ਹਾਂ, ਅਸੀਂ ਤਾਂ ਬਾਹਰ ਜਾਣਾ ਹੁੰਦਾ, ਉਹ ਆ ਘਰੇ ਮੇਰੇ ਭਾਈ ਭਰਜਾਈ ਵਿਹਲੇ ਹੀ ਨੇ, ਇਹਨੇ ਕਿਹੜਾ ਇੱਥੇ ਡੱਕੇ ਤੋੜਨੇ ਨੇ। ਖਰਚਾ ਦੇ ਦਾਂਗੇ ਅਸੀਂ, ਇਹ ਆਪੇ ਰੱਖ ਲੈਣਗੇ। ਤੂੰ ਕੌਣ ਹੁੰਦੀ ਆ ਨੀ ਖਰਚਾ ਦੇਣ ਵਾਲੀ, ਅਸੀਂ ਦੁੱਗਣਾ ਖਰਚਾ ਦੇ ਦਾਂਗੇ, ਬੁੜੀ ਨੂੰ ਤੂੰ ਹੀ ਰੱਖ ਲੈ। ਉਹ ਬਾਈ ਖਰਚਾ ਤਾਂ ਅਸੀਂ ਵੀ ਦੇ ਸਕਦੇ ਹਾਂ, ਨੰਗ ਥੋੜੀ ਤੁਰੇ ਫਿਰਦੇ ਹਾਂ, ਇਹਦਾ ਮਤਲਬ ਇਹ ਜੌਬ ਕਰਦੇ ਇਹਨਾਂ ਕੋਲ ਜ਼ਿਆਦਾ ਪੈਸੇ ਨੇ, ਹੱਦ ਹੋਈ ਪੀਣ ਵਾਲੀ ਯਾਰ, ਜਮੀ ਵੀ ਇਹਨਾਂ ਨੂੰ ਰੱਖਣੇ ਮਾਤਾ ਨਾਲੇ ਲੱਗ ਜੂ, ਪਤਾ ਇਹਨਾਂ ਨੂੰ ਕਿਵੇਂ ਤੰਗੀ ਹੁੰਦੀ ਆ। ਕੀ ਖਰਚਾ ਖਰਚਾ ਲਾਈਏ ਬਾਈ, ਕੀ ਗੱਲ ਬੁੜੀ ਤੁਹਾਡੀ ਪੈਸੇ ਖਾਂਦੀ ਹੈਗੀ, ਰੋਟੀ ਦਾ ਸੁੱਤੋ ਦਿੱਤੀ ਨਹੀਂ ਜਾਂਦੀ ਬੁੜੀ ਨੂੰ। ਮੇਰੀ ਗੱਲ ਸੁਣੋ ਸਰਪੰਚ ਸਾਹਿਬ, ਤੁਸੀਂ ਆਪਦਾ ਫੈਸਲਾ ਸੁਣਾਓ, ਇਹਦੇ ਕਹਿਣ 'ਤੇ ਕੀ ਆ, ਤੁਸੀਂ ਦੱਸੋ ਜੀ। ਤੁਸੀਂ ਐਂ ਕਰੋ, 1 ਮਹੀਨਾ ਇਹ ਰੱਖਣਗੇ ਬੁੜੀ ਨੂੰ, 1 ਮਹੀਨਾ ਤੁਸੀਂ ਰੱਖਿਓ। ਮੇਰੇ ਤਾਂ 2 ਹੀ ਪੁੱਤ ਨੇ ਜੀ, ਚਾਹੇ ਵੱਡਾ ਰੱਖ ਲਏ ਚਾਹੇ ਛੋਟਾ, ਮੈਂ ਇਹਨਾਂ 'ਤੇ ਬੋਝ ਨਹੀਂ ਬਣਨਾ ਚਾਹੁੰਦੀ, ਮੈਨੂੰ ਤਾਂ ਚਾਹੇ ਬਿਰਧ ਆਸ਼ਰਮ ਛੱਡਿਆ ਹੁਣ। ਐਂ ਕਿਵੇਂ ਛੱਡੀਏ ਬਿਰਧ ਆਸ਼ਰਮ, ਹਾਂ ਮਾਤਾ ਤਾਂ 1 ਮਹੀਨਾ ਇਹਨਾਂ ਘੜੀ ਰਹੂਗੀ, ਰੱਖਣੀ ਰੱਖਣੀ ਨਾ ਸੀ। ਗੱਲ ਸੁਣੋ ਮੇਰੀ, ਮੈਂ ਨਹੀਂ ਰੱਖਦਾ ਹੈਗਾ, ਜੋ ਮਰਜ਼ੀ ਕਰ ਲਓ, ਮੈਂ ਆਸ਼ਰਮ ਦਾ ਖਰਚਾ ਦੇ ਦੂੰਗਾ, ਸੁਣ ਗਿਆ? ਐਂ ਕਿਵੇਂ ਨਹੀਂ ਰੱਖਦਾ ਯਾਰ,
ਓ ਯਾਰ ਹੱਦ ਹੋਈ ਪਈ ਤੇਰੇ ਵਾਲੀ, ਕਿਵੇਂ ਰੱਖਦਾ ਤੂੰ? ਮੈਂ ਗੱਲ ਕਰ ਰਿਹਾ, ਤੈਨੂੰ ਪੰਚਾਇਤ 'ਚ ਦਿਖਦਾ ਨਹੀਂ। ਓ ਤੂੰ ਰਹਿਣ ਦੇ, ਤੂੰ ਯਾਰ ਜਨਾਨੀ ਥੱਲੇ ਲੱਗਿਆ ਮੈਂ ਹੋਰ ਕੀ ਆ। ਓ ਤੂੰ ਦੇਖੋ ਇਹਦੀ ਬਦਮਾਸ਼ੀ ਆ, ਦੇਖੋ ਇਹਨਾਂ ਨੂੰ ਆਸਾਂ ਨਾ ਪੈਸੇ ਦਾ ਹੋਇਆ ਪਿਆ ਹੰਕਾਰ। ਤੇਰੇ ਪਾਸ ਤਾਂ ਮੇਰੇ ਕੋਲ ਪੈਸੇ ਨਹੀਂ, ਅਸੀਂ ਨੰਗ ਤੁਰੇ ਫਿਰਦੇ ਹਾਂ। ਮੇਰੀ ਗੱਲ ਸੁਣੋ ਸਰਪੰਚ ਸਾਹਿਬ, ਤੁਸੀਂ ਆਪਦਾ ਫੈਸਲਾ ਸੁਣਾਓ, ਇਹਦੇ ਕਹਿਣ 'ਤੇ ਕੀ ਆ ਤੁਸੀਂ ਦੱਸੋ ਜੀ। ਤੁਸੀਂ ਫਿਰ ਮਹੀਨਾ ਮਹੀਨਾ ਰੱਖ ਲਓ ਭਾਈ। ਮੈਨੂੰ ਮਨਜ਼ੂਰ ਆ ਜੀ, ਰੱਖਣੀ ਤਾਂ ਇਹਨਾਂ ਨੂੰ ਪੈਣੀ ਆ, ਮਾਤਾ ਪੁੱਛੋ ਇਹਨਾਂ ਨੂੰ। ਜਦੋਂ ਮੈਂ ਵੱਡਾ ਹੋ ਗਿਆ ਨਾ, ਤੁਹਾਨੂੰ ਮੈਂ ਆਪਣੇ ਨਾਲ ਰੱਖੂਗਾ। ਨਹੀਂ ਨਹੀਂ ਮਾਂ, ਜਦੋਂ ਮੈਂ ਵੱਡਾ ਹੋ ਗਿਆ ਮੈਂ ਤੁਹਾਨੂੰ ਆਪਣੇ ਨਾਲ ਰੱਖੂਗਾ। ਮੈਂ ਮਾਂ ਨੂੰ ਮੈਂ ਆਪਣੇ ਨਾਲ ਮੈਂ ਰੱਖੂਗਾ ਯਾਰ। ਬੇ ਮੇਰੀ ਗੱਲ ਦੇਖ, ਮੇਰੀ ਮਾਂ ਮੈਂ ਰੱਖੂਗਾ। ਕਮਲੇ ਚੁੱਪ ਕਰੋ, ਕਮਲੇ ਚੁੱਪ ਕਰੋ ਪੁੱਤ, ਮੈਂ ਤੁਹਾਨੂੰ ਸਮਝਾਉਣੀ ਆ ਦੇ। ਮੈਂ ਤੁਹਾਡੀ ਦੋਹਾਂ ਦੀ ਮਾਂ ਹਾਂ ਨਾ ਪੁੱਤ, ਮੈਂ ਤੁਹਾਡੇ ਦੋਹਾਂ ਦੇ ਨਾਲ ਹੀ ਰਹਿਣਾ ਚਾਹੁੰਦੀ ਹਾਂ। ਪਰ ਕੱਲ੍ਹ ਨੂੰ ਤੁਸੀਂ ਵੱਡੇ ਹੋ ਜਾਓਗੇ ਹੈ ਨਾ, ਫਿਰ ਤੁਹਾਡੇ ਵਿਆਹ ਹੋ ਜਾਣਗੇ, ਤੁਹਾਡੇ ਘਰ ਵਾਲੀਆਂ ਆ ਜਾਣਗੀਆਂ ਪੁੱਤ, ਫਿਰ ਤੁਸੀਂ ਮੈਨੂੰ ਭੁੱਲ ਜਾਓਗੇ। ਨਹੀਂ ਨਹੀਂ ਮਾਂ, ਜਦੋਂ ਅਸੀਂ ਵੱਡੇ ਹੋ ਗਏ ਅਸੀਂ ਇਕੱਠੇ ਰਹਾਂਗੇ, ਨਾਲੇ ਤੈਨੂੰ ਵੀ ਨਾਲ ਰੱਖਾਂਗੇ। ਚੰਗਾ ਪੁੱਤ, ਮੈਂ ਵੀ ਕਿੱਥੇ ਸਭ ਤੋਂ ਦੂਰ ਹੋਣਾ ਚਾਹੁੰਦੀ, ਤੁਹਾਡੇ ਨਾਲ ਹੀ ਰਹਿਣਾ ਚਾਹੁੰਦੀ ਹਾਂ ਪੁੱਤ। ਉਹ ਤੁਸੀਂ ਐਂ ਦੱਸੋ, ਹੁਣ ਮਹੀਨਾ ਮਹੀਨਾ ਮਨਜ਼ੂਰ ਹੈ? ਮੈਨੂੰ ਮਨਜ਼ੂਰ ਆ ਜੀ, ਮੈਂ ਕਿਹੜਾ ਨਹੀਂ ਰੱਖੀ ਵੀ 2.5 ਸਾਲ ਤੋਂ। ਹਾਂ ਬਾਈ ਤੂੰ ਦੱਸ। ਚੱਲ ਕੋਈ ਨਾ ਜੀ, ਰੱਖ ਲੈਂਦੇ ਹਾਂ। ਰੱਖਣੀ ਤਾਂ ਵੈਸੇ ਮੈਂ ਹੈ ਨਹੀਂ, ਚਲੋ ਜੇ ਪੰਚਾਇਤ ਕਹਿੰਦੀ ਆ ਤਾਂ ਰੱਖ ਲਾਂਗੇ। ਉਹ ਲੱਗ ਜੂ ਨਾਲੇ, ਤੁਹਾਨੂੰ ਪਤਾ ਮਾਤਾ ਨਾਲ ਰੱਖਣ ਦਾ ਤੁਹਾਨੂੰ। ਠੀਕ ਹੈ ਬਾਈ, ਹੁਣ ਮਹੀਨਾ ਇਹ ਰੱਖਣਗੇ, ਮਹੀਨਾ ਸੋਨੇ ਰੱਖਣੀ ਹੈ ਜੀ। ਚੱਲੀਏ ਫਿਰ, ਚਲੋ ਠੀਕ ਆ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਦੇਖ ਲਏ ਨਾ ਲੱਛਣ ਜੀ, ਇੱਕ ਮਹੀਨਾ ਰੱਖਣ ਵਾਲੀ ਮੌਤ ਪੈ ਗਈ ਮਾਤਾ ਨੂੰ। ਤੈਨੂੰ ਵੀ ਦੇਖ ਗਿਆ ਕਿੰਨਾ ਕੁ ਤੇਰਾ ਲਾਡਲਾ ਪੁੱਤ ਰੱਖੂ ਤੈਨੂੰ। ਆਹ ਚੱਕ ਖੇਸੀ, ਆਪਦਾ ਇੱਥੇ ਪੈ ਜਾ ਕਰਾਂ ਕਮਰੇ 'ਚ, ਕੋਈ ਲੋੜ ਨਹੀਂ ਕੋਠੀ 'ਚ ਪੈਣ ਦੀ। ਆਹ ਧਰਤਾ ਤੈਨੂੰ ਘੜਾ ਪਾਣੀ ਦਾ, ਅਤੇ ਆਹ ਲਾਤਾ ਪੱਖਾ, ਇਹ ਆਪਦਾ ਠੀਕ ਠਾਕ ਚੱਲਦਾ, ਬਾਹਲਾ ਤੇਜ਼ ਤੂਜ ਨਹੀਂ ਚੱਲਦਾ, ਤੈਨੂੰ ਕਹਿਤਾ ਇਹ। ਕੋਈ ਨਾ ਪੁੱਤ, ਜਿਉਂਦਾ ਰਹਿ, ਪਰਮਾਤਮਾ ਤੇਰੀ ਲੰਮੀ ਉਮਰ ਕਰੇ। ਸਾਡੀਆਂ ਲੰਮੀਆਂ ਉਮਰਾਂ ਤਾਂ ਤੂੰ ਰਹਿਣ ਦੇ, ਬਸ ਤੂੰ ਆਏ ਉੱਧਰ ਨਹੀਂ, ਹੱਥ ਬੰਨ ਕੇ ਬੇਨਤੀ ਕਰ, ਉੜੀ ਪਈ ਰਿਹਾ ਕਰ। ਨਹੀਂ ਆਉਂਦੀ ਪੁੱਤ, ਕੋਈ ਨਾ ਮੈਂ ਇੱਥੇ ਰਹਿ ਲੂੰਗੀ। ਤੈਨੂੰ ਚੱਜ ਦੀ ਸੇਵਾ ਕਰਾਉਣੀ ਨਹੀਂ ਆਈ, ਨਾਲੇ ਮੇਰੀ ਗੱਲ ਸੁਣਾ, ਰੋਟੀ ਤੈਨੂੰ ਉਰੀ ਦੇ ਜਾ ਕਰਾਂਗੇ। ਉਹ ਸਾਹਮਣੇ ਨਾ ਆਪਦੇ ਭਾਂਡੇ ਮਾਂਜ ਕੇ ਉਰੀ ਧਰਤੇ ਅਸੀਂ ਚੱਕ ਕੇ ਲੈ ਗਏ ਉਹ। ਮੈਨੂੰ ਤੁਹਾਡੀ ਇੰਨੀ ਇਹ ਸੇਵਾ ਮਨਜ਼ੂਰ, ਜਿਉਂਦੇ ਵਾਸਤੇ ਰਹੋ, ਫਿਰ ਵੀ ਤੁਹਾਡੀ ਮਾਂ ਸਾਨੂੰ ਮਾੜਾ ਨਹੀਂ ਕਹਿ ਸਕਦੀ। ਕੁੜੇ ਬਹੂ, ਕੋਈ ਦਾਲ ਸਬਜ਼ੀ ਨਹੀਂ ਹੈਗੀ? ਤੈਨੂੰ ਤਾਂ ਕਿਤੇ ਮੈਂ ਪਨੀਰ ਨਾ ਬਣਾ ਦਾਂ, ਜਿਹੜਾ ਕੁਛ ਮਿਲਦਾ ਚੁੱਪ ਕਰਕੇ ਖਾ ਲਿਆ ਕਰ, ਮਹਾਰਾਣੀ ਦੇ ਨਖਰੀ ਨਹੀਂ ਲੋਟ ਆਉਂਦੇ ਇਹਦੇ। ਚੱਲ ਕੋਈ ਨਾ ਪੁੱਤ, ਮਿਰਚ ਨਾ ਖਾ ਲੈਨੀ, ਨਾਲੇ ਰੋਟੀਆਂ ਨਾ ਹਰਾਮ ਦੀਆਂ ਨਾ ਖਾਇਆ ਕਰ, ਕੋਈ ਕੰਮ ਧੰਦਾ ਵੀ ਕਰ ਲਿਆ ਕਰ। ਆ ਸਾਰੇ ਭਾਂਡੇ ਚੱਕਦੀ, ਕੱਲੀ ਨੂੰ ਮੈਨੂੰ ਸੁੱਖ ਕੇ ਨਹੀਂ ਦਿੱਤਾ ਸਾਰਾ ਕੰਮ। ਕੋਈ ਨਾ ਪੁੱਤ, ਮਾਂਜ ਦੂ ਭਾਂਡੇ। ਛੱਡ ਵੀ ਦਿਆ ਕਰੋ ਕਦੇ ਇਹਦਾ ਖਹਿੜਾ, ਤੁਹਾਡੇ ਨਾਲ ਦੇ ਸਾਰੇ ਮੁੰਡੇ ਨਾ ਆਪਦੇ ਘਰ ਵਾਲੀ ਨਾਲ ਕੰਮ ਕਰਾਉਂਦੇ ਨੇ, ਤੁਸੀਂ ਜਮੀ ਆ ਗਈ ਬਲਾ। ਮੇਰੀ ਗੱਲ ਸੁਣ ਲਓ, ਇੱਕ ਮਹੀਨਾ ਹੁਣ ਇਹ ਇੱਥੇ ਰਹੂਗੀ, ਆਪਦੇ ਕਿਸੇ ਵੀ ਦੋਸਤ ਨੂੰ ਘਰੇ ਨਾ ਲੈ ਕੇ ਆਇਓ। ਯਾਰ ਕੋਈ ਗੱਲ ਨਹੀਂ, ਮੈਂ ਪਿੱਛੇ ਵਾਲਾ ਕਮਰਾ ਖੋਲ ਦਿੰਦਾ ਜਾ ਕੇ। ਜਾਓ ਭੱਜ ਕੇ ਖੋਲੋ। ਲਪ੍ਰੀਤਾ ਪੁੱਤ, ਮੈਂ ਪਾਣੀ ਪੀਣਾ ਸੀ, ਮੈਂ ਥੱਕ ਗਈ ਦੂਰੋਂ ਆਉਂਦੀ। ਪਾਣੀ ਪੀ ਭਾਵੇਂ ਰੋਟੀ ਖਾ,
ਪਰ ਘਰ ਦੇ ਸਾਰੇ ਕੰਮ ਕਰਾਉਣੇ ਪੈਣਗੇ ਮੇਰੇ ਨਾਲ। ਮੈਂ ਇਕੱਲੀ ਲੋਹੇ ਦੀ ਨਹੀਂ ਬਣੀ ਵੀ ਬਾਹਰੋਂ ਵੀ ਥੱਕ ਗਿਆ ਵਾਂ ਤੇ ਘਰੇ ਵੀ ਕੰਮ ਕਰਾਂ। ਕੋਈ ਨਾ ਪੁੱਤ, ਜੋ ਤੂੰ ਕਹੇਂਗੀ ਮੈਂ ਕੰਮ ਕਰ ਲਿਆ ਕਰੂੰਗੀ। ਜਿਹੜਾ ਕਹੂੰਗੀ ਉਹੀ ਕਰਨਾ, ਨਾਲੇ ਆਪਦੇ ਮੁੰਡੇ ਦੇ ਸਾਹਮਣੇ ਨਾ ਬਾਲੀ ਕੰਮ ਈਜ਼ੀ ਕਹਾਉਣ ਦੀ ਕੋਈ ਲੋੜ ਨਹੀਂ। ਕੋਈ ਨਾ ਪੁੱਤ, ਠੀਕ ਹੈ। ਹੁਣ ਖੜੀ ਰਹੇਗੀ, ਮਗਰਲਾ ਕਮਰਾ ਖੋਲਤਾ ਤੇਰਾ, ਜਾ ਵਗ ਜਾ ਨਾਲੇ। ਹਾਂ ਸੱਚ, ਟੋਕਰਾ ਚੱਕ ਤੇ ਪਾਥੀਆਂ ਦਾ ਭਰ ਕੇ ਲਿਆ ਬਾਗਲ ਚੋਂ, ਆਪਦੇ ਮੁੰਡੇ ਤੇ ਚੋਰੀਓ। ਕੋਈ ਨਾ ਪੁੱਤ, ਭਰ ਲਿਓ ਨੀ। ਹੁਣੀ ਵਗ ਜੀ, ਪਾਣੀ ਆ ਕੇ ਪੀ ਲਈ। ਕਿੱਧਰ ਨੀ ਤੂੰ ਮੱਖੀ ਗੁੱਡ ਕੇ ਆਈ। ਆਪ ਤਾਂ ਤੁਰ ਗਿਆ ਦੁਨੀਆ ਤੋਂ ਮੈਨੂੰ ਇਕੱਲੀ ਛੱਡ ਕੇ। ਹੁਣ ਉੱਪਰ ਬੈਠਾ ਮੇਰਾ ਹਾਲ ਦੇਖਦੇ ਹੀ ਹੋਣਾ, ਮੈਂ ਕਿਹਦੇ ਆਸਰੇ ਦਿਨ ਕੱਟਾਂ। ਜਦੋਂ ਢਿੱਡੋਂ ਜੰਮੇ ਪੁੱਤ ਨਹੀਂ ਆਪਦੇ ਬਣੇ, ਬਗਾਨੀਆਂ ਧੀਆਂ ਨੂੰ ਕੀ ਦੋਸ਼ ਦੇਵਾਂ। ਰੱਬ ਇੱਕ ਧੀ ਦੇ ਦਿੰਦਾ, ਮੈਂ ਉਹਦੇ ਲਵੇ ਲੱਗ ਕੇ ਟਾਈਮ ਪਾਸ ਕਰ ਲੈਂਦੀ। ਕਮ ਸੇ ਕਮ ਮੈਨੂੰ ਠੋਕਰਾਂ ਤਾਂ ਨਾ ਖਾਣੀਆਂ ਪੈਂਦੀਆਂ। ਮੇਰਾ ਸੱਚੀ ਦਿਲ ਨਹੀਂ ਲੱਗਦਾ ਹੁਣ ਉਰੇ, ਮੈਥੋਂ ਨੌਕਰਾਂ ਵਾਂਗੂ ਕੰਮ ਕਰਾਉਂਦੇ ਨੇ। ਜੇ ਕੰਮ ਨਾ ਕਰਾਂ ਤਾਂ ਬਹੂਆਂ ਰੋਟੀ ਨਹੀਂ ਦਿੰਦੀਆਂ। ਮੈਥੋਂ ਕੰਮ ਨਹੀਂ ਹੁੰਦਾ ਹੁਣ, ਮੇਰੇ ਗਿੱਟੇ ਗੋਡੇ ਬਹੁਤ ਦੁਖਦੇ ਨੇ। ਕਦੇ ਕਦੇ ਤਾਂ ਨੌਕਰਾਂ ਵਾਂਗ ਕੰਮ ਕਰਕੇ ਵੀ ਰੋਟੀ ਨਸੀਬ ਨਹੀਂ ਹੁੰਦੀ। ਮੇਰਾ ਸੱਚੀ ਜੀਣ ਨੂੰ ਜੀ ਨਹੀਂ ਕਰਦਾ। ਮੈਨੂੰ ਆਪਦੇ ਕੋਲ ਬੁਲਾ ਲੈ ਦੀਪੇ ਦੇ ਬਾਪੂ, ਮੈਨੂੰ ਆਪਦੇ ਕੋਲ ਬੁਲਾ ਲੈ। ਦੁੱਧਾਂ ਨਾਲ ਪੁੱਤ ਪਾਲ ਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ, ਮੇਰੇ ਦਿਲ ਦੇ ਨੇ ਜਾ ਸਾਰੇ ਮਰ ਗਏ। ਮੈਂ ਤੁਹਾਨੂੰ ਪਾਲਿਆ ਸੀ ਨਾਲ ਬੜੇ ਚਾਵਾਂ, ਤੁਹਾਡੀ ਜ਼ਿੰਦਗੀ 'ਚ ਆਈਆਂ ਜੂੜੇ ਵਾਲੀਆਂ, ਮੇਰੀ ਜ਼ਿੰਦਗੀ ਜੀ ਹੋ ਗਈ ਬੇਰੰਗ ਜੀ। ਓ ਬੂਹੇ ਵਾਰੀਆਂ 'ਚ ਖੜੀ ਕੇ ਉਡੀਕਦੀ ਸੀ ਤੁਹਾਨੂੰ, ਬਾਰੀਆਂ ਚ ਪੁੱਤੋ ਤੁਸੀਂ ਮਾਂ ਵੰਡਤੀ। ਬੂਹੇ ਬਾਰੀਆਂ ਚ ਖੜਕੇ ਉਡੀਕਦੀ ਸੀ ਤੁਹਾਨੂੰ, ਹੁਣ ਬਾਰੀਆਂ ਚ ਪੁੱਤੋ ਤੁਸੀਂ ਮਾਂ ਵੰਡਤੀ। ਖੋਰੇ ਕਿਹੜੀਆਂ ਪੜ੍ਹਾਈਆਂ ਤੁਸੀਂ ਕੀਤੀਆਂ, ਤੁਹਾਡੀ ਮਾਂ ਹੀ ਨਾ ਹੁਣ ਤੁਹਾਡੇ ਯਾਦ ਵੇ, ਕਿਹੜੀ ਗੱਲੋਂ ਖੂਨ ਪਾਣੀ ਤੁਹਾਡਾ ਹੋ ਗਿਆ। ਮਾਂ ਦੇ ਦੁੱਧ ਦੀ ਤਾਂ ਰੱਖ ਲੈਂਦੇ ਲਾਜ ਵੇ, ਅੱਜ ਖੜੀ ਪੰਚਾਇਤ ਵਿੱਚ ਕਰਤੀ, ਜਿਹਨੇ ਤੁਹਾਡੇ ਪਿੱਛੇ ਲੜੀ ਤੰਗੀ ਨਾਲ ਜੰਗ ਸੀ। ਓ ਬੂਹੇ ਵਾਰੀਆਂ 'ਚ ਖੜੀ ਕੇ ਉਡੀਕਦੀ ਸੀ ਤੁਹਾਨੂੰ, ਬਾਰੀਆਂ ਚ ਪੁੱਤੋ ਤੁਸੀਂ ਮਾਂ ਵੰਡਤੀ। ਬੂਹੇ ਬਾਰੀਆਂ ਚ ਖੜਕੇ ਉਡੀਕਦੀ ਸੀ ਤੁਹਾਨੂੰ।
ਹੁਣ ਬਾਰੀਆਂ ਚ ਪੁੱਤੋ ਤੁਸੀਂ ਮਾਂ ਵੰਡਤੀ ਦੋ ਪੁੱਤਰਾਂ ਤੋਂ ਪਾਲੀ ਜਾਵੇ ਕੱਲੀ ਮਾਂ ਨਾ ਮਾਂ ਨੇ ਪਾਲਤੇ ਸੀ ਦੋ ਪੁੱਤ ਭਾਂਡੇ ਮਾਂਜ ਕੇ ਕਹਿੰਦੇ ਛੱਡ ਆਓ ਜਾਂ ਤਾਂ ਇਹਨੂੰ ਕਿਸੇ ਆਸ਼ਰਮ ਜਾਂ ਛੱਡ ਆਓ ਪੁੱਤ ਕਹਿੰਦੇ ਇਹਨੂੰ ਨਾਨਕੇ ਥੋਡੀ ਗਿੱਲੀ ਥਾਂ ਤੇ ਆਪ ਰਹੀ ਸੌਂਦੀ ਮੈਂ ਹੁਣ ਕਰਦੀ ਆ ਤੰਗ ਤੁਹਾਨੂੰ ਮੇਰੀ ਖੰਗ ਜੀ ਬੂਹੇ ਵਾਰੀਆਂ ਚ ਖੜੀ ਕੇ ਉਡੀਕਦੀ ਸੀ ਤੁਹਾਨੂੰ ਹੁਣ ਬਾਰੀਆਂ ਚ ਪੁੱਤੋ ਤੁਸੀਂ ਮਾਂ ਵੰਡਤੀ ਬੂਹੇ ਬਾਰੀਆਂ ਚ ਖੜਕੇ ਉਡੀਕਦੀ ਸੀ ਤੁਹਾਨੂੰ ਹੁਣ ਬਾਰੀਆਂ ਚ ਪੁੱਤੋ ਤੁਸੀਂ ਮਾਂ ਵੰਡਤੀ ਬੂਹੇ ਵਾਲੇ ਉਸ ਡੇਢ ਸਾਂ ਤੇ ਕਰਦੇ ਵਿਖਾਵਾ ਜਿਹੜੇ ਮਾਂ ਵਾਲੇ ਪਾਵੇਂ ਵੱਡ ਸਭ ਦੇ ਤੇਰੇ ਕਰਕੇ ਜੇ ਮਾਂ ਦੀਆਂ ਅੱਖਾਂ ਵਿੱਚ ਹੰਝੂ ਛੇਤੀ ਚੜ ਜੇਗਾ ਰੱਬ ਜੀ ਦੀ ਅੱਖ ਤੇ ਮੰਗੂ ਕਰੀ ਨਾ ਤੂੰ ਮਾਣ ਗੁੱਡੀ ਝੜੀ ਦਾ ਖੋਰੇ ਕਦੋਂ ਕੱਟ ਜਾਵੇ ਡੋਰ ਹੈ ਪਤੰਗ ਦੀ ਬੂਹੇ ਬਾਰੀਆਂ ਚ ਖੜਕੇ ਉਡੀਕਦੀ ਸੀ ਤੁਹਾਨੂੰ ਅੱਜ ਵਾਰੀਆਂ ਚ ਪੁੱਤੋ ਤੁਸੀਂ ਮਾਂ ਵੰਡਤੀ ਬੂਹੇ ਵਾਰੀਆਂ ਚ ਖੜਕੇ ਉਡੀਕਦੀ ਸੀ ਤੁਹਾਨੂੰ ਅੱਜ ਵਾਰੀਆਂ ਚ ਪੁੱਤੋ ਤੁਸੀਂ ਮਾਂ ਵੰਡਤੀ ਆ ਗਿਆ ਪੁੱਤ ਮੇਰਾ ਪੁੱਤ ਬਾਲਾ ਸਿਆਣਾ ਹੈ ਦਾਦੀ ਮੈਂ ਪਾਸ ਹੋ ਗਿਆ ਹਾਂ ਪੁੱਤ ਮੈਂ ਸਦਕੇ ਜਾਵਾਂ ਦਾਦੀ ਨਾਲੇ ਮੈਂ ਕਲਾਸ 'ਚ ਫਸਟ ਵੀ ਹੋ ਗਿਆ ਮੇਰਾ ਪੁੱਤ ਤਾਂ ਬਾਲਾ ਹੀ ਪੜ੍ਹਦਾ ਪੁੱਤ ਦੱਸ ਫਿਰ ਤੈਨੂੰ ਦਾਦੀ ਤੋਂ ਕੀ ਚਾਹੀਦਾ ਇਨਾਮ 'ਚ ਦਾਦੀ ਮੈਨੂੰ ਤਾਂ ਥੋੜ੍ਹਾ ਪਿਆਰ ਚਾਹੀਦਾ ਲੈ ਪੁੱਤ ਪਿਆਰ ਤਾਂ ਮੈਂ ਤੁਹਾਨੂੰ ਬਹੁਤ ਕਰਦੀ ਹਾਂ ਤੈਨੂੰ ਅਤੇ ਤੇਰੇ ਪਾਪੇ ਨੂੰ ਪੁੱਤ ਬਸ ਕਿਸੇ ਦਾ ਮਾੜਾ ਨਾ ਸੋਚੀ ਨਾ ਕਰੀ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਚੱਲ ਮੇਰੀ ਕੋਠੜੀ ਪੁੱਤ ਤੈਨੂੰ ਮੈਂ 10 ਰੁਪਏ ਦੇਵਾਂ ਬੇਮਾਨਤ ਕਿੱਧਰ ਵਗ ਗਿਆ ਹੁਣ ਸਾਰਾ ਉਹ ਤੇਰੀ ਮਾਂ ਬਾਜਾ ਮਾਰਦੀ ਹੈ ਜਾ ਮੇਰਾ ਪੁੱਤ ਫਿਰ ਤੈਨੂੰ ਬੋਲੂਗੀ ਪੁੱਤ ਤੂੰ ਸਕੂਲੋਂ ਆਇਆ ਕੁਝ ਖਾ ਪੀ ਲੈ ਮੇਰਾ ਪੁੱਤ ਹਾਂ ਪੁੱਤ ਮੈਂ ਤੈਨੂੰ ਪੱਕਾ ਕਹਾਣੀ ਸੁਣਾਉਂਗੀ ਜਾ ਮੇਰਾ ਪੁੱਤ ਜਾ ਜਾ ਪੁੱਤ ਆ ਜਾ ਅਨਸਰ ਬੁੜੀ ਦੀ ਕੁੱਛੜ ਚ ਵੜ ਜਾਣਾ ਉੱਥੇ ਦੱਸ ਕੀ ਰੱਖਿਆ ਤੇਰਾ ਜਿਨ੍ਹਾਂ ਦਾ ਦਾਦੀ ਮਾਂ ਪਿਆਰ ਕਰਦੇ ਆ ਉਹਨਾਂ ਦਾ ਤੁਸੀਂ ਕਰਦੇ ਵੀ ਨਹੀਂ ਤੈਨੂੰ ਕੌਣ ਕਹਿੰਦਾ ਵੇ ਅਸੀਂ ਤੈਨੂੰ ਪਿਆਰ ਨਹੀਂ ਕਰਦੇ ਆ ਬੁੜਵੀ ਦਿੰਦੀ ਆ ਸਾਰਾ ਦਿਨ ਤੈਨੂੰ ਪੁੱਠੀਆਂ ਮੱਤਾਂ ਮੈਨੂੰ ਤਾਂ ਦਾਦੀ ਮਾਂ ਕੋਲੇ ਰਹਿਣਾ ਵਧੀਆ ਲੱਗਦਾ ਚੰਗਾ ਵੱਡਾ ਆ ਦਾਦੀ ਦਾ ਲਾਡਲਾ ਰੋਟੀ ਖਾ ਲਾ ਹੁਣ ਚੁੱਪ ਕਰਕੇ ਜਾਕੀ ਦੇ ਕੋਲ ਫਰੋਲਾ ਮਾਏ ਫਿਕਰ ਮਨਾ ਦੇ ਪਾਰਿਆਂ ਨੂੰ ਠੀਕ ਨਹੀਂ ਪਰ ਦੱਸਦੀ ਨਹੀਂ ਮੈਂ ਹੱਸਦੀ ਦਿਖਦੀ ਸਾਰਿਆਂ ਨੂੰ ਇਹ ਸ਼ਹਿਰ ਭਾਵੇਂ ਵੱਡੇ ਅੰਮੀਏ ਤੇਰੀ
ਵੱਡ ਵੱਡ ਖਾਂਦੇ ਮਾਏ ਨੀ ਮੇਰੇ ਹੰਝੂ ਪੂੰਝਦੇ ਮੇਰੇ ਹੱਥ ਨੀ ਨੈਣਾ ਤੱਕ ਜਾਂਦੇ ਮਾਏ ਨੀ ਮੇਰੇ ਹੰਝੂ ਪੂੰਝਦੇ ਮੇਰੇ ਹੱਥ ਨੀ ਨੈਣਾ ਤੱਕ ਜਾਂਦੇ ਚੰਗੀ ਭਲੀ ਰਹਿੰਦੀ ਸੀ ਉਧਰ ਹੋ ਗਈ ਬਿਮਾਰ ਲਾਤੀ ਸਾਨੂੰ ਦੱਦ ਉਹ ਹੁਣ ਆਪਣੀ ਵਾਰੀ ਆ ਬਈ ਸਾਂਭਣੀ ਤਾਂ ਪਊਗੀ ਉਹ ਬੇ ਪੁੱਤ ਕਿਉਂ ਸੋਚ ਕਰਦਾ ਕੋਈ ਨਾ ਮੈਂ ਆਪੇ ਸਾਂਭ ਲੂਗੀ ਨਾਲੇ ਸੋਨੂੰ ਨਾਲੇ ਆ ਘਰ ਬਾਰ ਨੂੰ ਆਹੋ ਆਹੀ ਕੁਛ ਤਾਂ ਤੂੰ ਕਰਨ ਨੂੰ ਫਿਰਦੀ ਐ ਨੀ ਤੂੰ ਤਾਂ ਸਾਰਾ ਕੁਛ ਸਾਂਭਣ ਨੂੰ ਫਿਰਦੀ ਆ ਤੂੰ ਹੋ ਜਾ ਚੌੜੀ ਇੱਥੇ ਰਹਿ ਜਾ ਅਸੀਂ ਉਹ ਨਿਕਲ ਜਾਂਦੇ ਹਾਂ ਕਿਸੇ ਪਾਸੇ ਹਾਏ ਹਾਏ ਕੁੜੇ ਮੈਨੂੰ ਸ਼ਹਿਰ ਵੀ ਲੈ ਕੇ ਗਿਆ ਸੀ ਦਵਾਈ ਦਵਾਉਣ ਲੈ ਕੇ ਗਿਆ ਸੀ ਤੈਨੂੰ ਸ਼ਹਿਰ ਉਹਨਾਂ ਨੂੰ ਤੂੰ ਕਿੱਥੇ ਨੀਵਾਂ ਹੋਣ ਦਿੰਦੀ ਹੈ ਤੂੰ ਤਾਂ ਹੈਗੀ ਉਹਨਾਂ ਦੀ ਹੈ ਇੱਥੇ ਆ ਕੇ ਤਾਂ ਤੂੰ ਢੋਂਗ ਕਰਦੀ ਹੈ ਢੋਂਗ ਸਭ ਪਤਾ ਮੈਨੂੰ ਕੁੜੇ ਮੈਂ ਕੀ ਝੂਠ ਬੋਲਤਾ ਤੁਹਾਡੇ ਕੋਲੇ ਤੂੰ ਨਾ ਮੇਰੀ ਇੱਕ ਗੱਲ ਸੁਣ ਲੈ ਕੰਨ ਖੋਲ ਕੇ ਜਿੰਨੇ ਦਿਨ ਮਰਜ਼ੀ ਰਹਿ ਇੱਥੇ ਪਰ ਆਪਦੇ ਨਾ ਭਾਂਡੇ ਟਿੰਡੇ ਚ ਅੱਡ ਕਰ ਲੈ ਪਤਾ ਨੀ ਕਿਸੇ ਦੀ ਚੰਦਰੀ ਬਿਮਾਰੀ ਲੱਗੀ ਹੈ ਸਾਰੇ ਟੱਬਰ ਨੂੰ ਲਾ ਕੇ ਦਫ਼ਾ ਕਰੇਂਗੀ ਜਿਵੇਂ ਤੂੰ ਕਹੇ ਉਵੇਂ ਠੀਕ ਹੈ ਇੱਕ ਗੱਲ ਹੋਰ ਜੇ ਕਿਸੇ ਚੀਜ਼ ਦੀ ਲੋੜ ਹੋਈ ਨਾ ਤਾਂ ਹਾਕ ਮਾਰ ਕੇ ਲੈ ਲਈ ਚੱਕ ਕੇ ਬੂਥਾ ਕਿਧਰ ਸੋਈ ਚ ਘੁਸੜ ਗਏ ਕੋਈ ਨਾ ਪੁੱਤ ਮੈਂ ਤੈਨੂੰ ਹਾਕ ਮਾਰ ਦਿਆ ਕਰੂੰਗੀ ਚੱਲ ਠੀਕ ਹੈ ਯਾਰ ਮੈਂ ਬਾਜ਼ਾਰ ਜਾ ਕੇ ਆਉਣਾ ਭੱਗ ਜਾ ਸੱਚ ਮੈਂ ਤਾਂ ਇਹ ਸੋਚੀ ਨਹੀਂ ਸੀ ਮੈਂ ਵੀ ਡਿਊਟੀ ਤੇ ਭੱਗ ਜਾ ਕਰੂੰਗੀ ਇਹ ਵੀ ਡਿਊਟੀ ਤੇ ਭੱਗ ਜਾ ਕਰਨਗੇ ਤੇ ਫਿਰ ਘਰੇ ਕੌਣ ਹੈ ਇਹ ਬੁੜੀ ਜੀ ਗੰਦੀ ਬਹੁਤ ਹੈ ਮੈਨੂੰ ਲੱਗਦਾ ਸਾਰੇ ਘਰ ਚ ਹੱਥਾਂ ਰੋਲੀ ਦੇ ਕੇ ਸਮਾਨ ਚੋਰੀ ਕਰਕੇ ਕਿਤੇ ਵੱਡੇ ਦੇ ਘਰੇ ਨਾ ਪਹੁੰਚਾ ਦਿਆ ਕਰੇ ਇੱਕ ਗੱਲ ਹੋਰ ਸੱਚ ਅਸੀਂ ਦੋਵੇਂ ਤਾਂ ਡਿਊਟੀ ਜਾਂਦੇ ਹਾਂ ਜੇ ਇਸ ਘਰ ਦੀ ਕੋਈ ਵੀ ਚੀਜ਼ ਇੰਚ ਵੀ ਇੱਧਰ ਤੋਂ ਉੱਧਰ ਹੋ ਗਈ ਨਾ ਤਾਂ ਮੈਥੋਂ ਬੁਰਾ ਕੋਈ ਨਹੀਂ ਮੈਂ ਵੀ ਫਿਰ ਤੈਨੂੰ ਦਿਖਾ ਦੂੰਗੀ ਵੀ ਮੈਂ ਚੀਜ਼ ਕੀ ਹਾਂ ਕੁੜੇ ਪੁੱਤ ਮੈਂ ਕੀ ਕਰਨਾ ਚੀਜ਼ਾਂ ਦਾ ਤੁਹਾਡੀਆਂ ਚੀਜ਼ਾਂ ਤੁਸੀਂ ਨੇ ਵਰਤਣੀਆਂ ਕਿਉਂ ਤੁਹਾਡੇ ਮਨਾਂ ਚ ਵਹਿ ਮਾਰੇ ਨੇ ਦੋਵੇਂ ਹੱਥ ਬਣਦੀਆਂ ਅੰਦਰ ਵਗ ਜਾ ਦਿਮਾਗ ਨਾ ਖਾ ਮੇਰਾ ਕਿੱਥੋਂ ਜਾਨ ਔਖੀ ਕਰੀਏ ਤੋਂ ਬਿਨ ਰੰਗਲੇ ਜੱਗ ਦੀਆਂ ਉੱਜੜੀਆਂ ਲੱਗਦੀਆਂ ਥਾਵਾਂ ਲੈ ਜੀ ਇੱਕ ਸੁਨੇਹਾ ਮੇਰਾ ਅੱਜ ਤੂੰ ਤਤੜੀ ਦਾ ਕਾਵਾ ਧੀਏ ਜਿਨ੍ਹਾਂ
ਦੀਆਂ ਰੂਹਾਂ ਸਾਂਝੀਆਂ ਹੁੰਦੀਆਂ ਨੇ, ਉਹ ਇੱਕ ਦੂਜੇ ਦੇ ਅੰਦਰ ਵਸਦੇ ਨੇ। ਜਦੋਂ ਤੂੰ ਹੱਸੇਂਗੀ ਮੈਂ ਤੇਰੇ ਅੰਦਰ ਹੱਸਿਆ ਕਰੂੰਗੀ, ਜਦੋਂ ਤੂੰ ਰੋਏਂਗੀ ਮੈਂ ਤੇਰੇ ਅੰਦਰ ਰੋਇਆ ਕਰੂੰਗੀ। ਕਾਵਾਂ ਵੇ ਸੁਣ ਕਾਵਾਂ, ਲਿਖ ਅਰਜ਼ੀ ਹੱਥ ਫੜਾਵਾਂ। ਕਾਵਾਂ ਵੇ ਸੁਣ ਕਾਵਾਂ, ਵੇ ਲਿਖ ਅਰਜ਼ੀ ਹੱਥ ਫੜਾਵਾਂ। ਵੇ ਕਹਿਦੀ ਉਸ ਡਾਡੇ ਰੱਬ ਨੂੰ, ਵੇ ਕਹਿਦੀ ਉਸ ਡਾਡੇ ਰੱਬ ਨੂੰ, ਦੂਰ ਕਰੀ ਨਾ ਧੀਆਂ ਤੋਂ ਮਾਵਾਂ। ਕਾਵਾਂ ਵੇ ਸੁਣ ਕਾਵਾਂ, ਵੇ ਲਿਖ ਅਰਜ਼ੀ ਹੱਥ ਫੜਾਵਾਂ। ਕਾਵਾਂ ਵੇ ਸੁਣ ਕਾਵਾਂ, ਵੇ ਲਿਖ ਅਰਜ਼ੀ ਹੱਥ ਫੜਾਵਾਂ। ਜੰਮੀਆਂ ਤੀਆਂ ਤਾਂ ਉੱਕੀ ਵੇੜਿਆਂ ਚ ਚੁੱਪ ਵੇ, ਹਾਸਿਆਂ ਤੇ ਚੁੱਪ, ਸਾਡੇ ਰੋਣ ਤੇ ਵੀ ਚੁੱਪ ਵੇ। ਉੱਲ ਕੇ ਲੱਥੀ ਨਾ ਸਾਡੀ ਲੋਰੀਆਂ ਦੀ ਭੁੱਖ ਵੇ, ਲੋਰੀਆਂ ਦੀ ਭੁੱਖ ਵੇ। ਪਾਵਾਂ ਹਾਏ ਪਾਵਾਂ, ਪਿੱਟ ਪਿੱਟ ਕੇ ਕੀਰਨੇ ਪਾਵਾਂ। ਪਾਵਾਂ ਹਾਏ ਪਾਵਾਂ, ਪਿੱਟ ਪਿੱਟ ਕੇ ਕੀਰਨੇ ਪਾਵਾਂ। ਵੇ ਕਹਿਦੀ ਉਸ ਡਾਡੇ ਰੱਬ ਨੂੰ, ਵੇ ਕਹਿਦੀ ਉਸ ਡਾਡੇ ਰੱਬ ਨੂੰ, ਦੂਰ ਕਰੀ ਨਾ ਧੀਆਂ ਤੋਂ ਮਾਵਾਂ। ਕਾਵਾਂ ਹਾਏ ਕਾਵਾਂ, ਇੱਕ ਅਰਜ਼ੀ ਹੱਥ ਫੜਾਵਾਂ। ਕਾਵਾਂ ਹਾਏ ਕਾਵਾਂ, ਇੱਕ ਅਰਜ਼ੀ ਹੱਥ ਫੜਾਵਾਂ। ਕਿਵੇਂ ਆ ਭੈਣੇ? ਬਸ ਠੀਕ ਆ ਭੈਣੇ, ਜਾਈਦੀ ਨਹੀਂ ਆ ਤੈਨੂੰ। ਨਹੀਂ ਭੈਣੇ, ਇਹੀ ਹਾਲ ਹੈ। ਆ ਮੇਰੇ ਕਨੀ ਦੇਖ ਲੈ, ਮੇਰੇ ਨਾਲ ਕਿਹੜਾ ਘੱਟ ਕਰਦੇ ਨੇ। ਪੁੱਛ ਨਾ ਭੈਣੇ, ਦੰਦ ਜਾਣਾ ਹੁਣ ਜਵਾਬ ਦੇ ਗਏ। ਰੋਟੀ ਕੁੱਤਿਆਂ ਵਾਂਗੂ ਦਿੰਦੀਆਂ ਨੇ ਬਹੂਆਂ, ਕਦੇ ਕਦੇ ਤਾਂ ਮਿਰਚ ਦਾ ਚਾਰ ਧਾਰ ਦਿੰਦੀਆਂ ਨੇ, ਕਦੇ ਕਦੇ ਉਹ ਵੀ ਨਸੀਬ ਨਹੀਂ ਹੁੰਦਾ। ਨੀ ਕੀ ਕਰੀਏ ਰਾਣੀ, ਇਹੀ ਹਾਲ ਹੈ। ਮੈਨੂੰ ਕਿਹੜਾ ਅੱਡੀ ਥਾਲੀਆਂ ਪਰੋਸ ਪਰੋਸ ਦਿੰਦੀਆਂ, ਮੈਨੂੰ ਆਪ ਕਹਿ ਦਿੰਦੀਆਂ ਆ ਚੱਕ ਲਾ ਖਾ ਲਾ, ਜਿਹੋ ਜਿਹੀ ਬਣੀ ਹੈ ਤੇ ਇੱਥੋਂ ਖਾਧੀ ਨਹੀਂ ਜਾਂਦੀ, ਤੂੰ ਨਖਰੇ ਕਰਦੀ ਆ। ਮੇਰਾ ਤਾਂ ਹੁਣ ਜੀ ਕਰਦਾ ਭੈਣੇ, ਇੱਥੋਂ ਕਿਤੇ ਦੂਰ ਭੱਜ ਜਾ, ਕਿਸੇ ਗੁਰਦੁਆਰੇ ਦੋ ਟਾਈਮ ਦੀ ਰੋਟੀ ਖਾ ਕੇ ਤਾਂ ਗੁਜ਼ਾਰਾ ਕਰੀ ਲਊਗੀ। ਇਹ ਤਾਂ ਗੱਲ ਠੀਕ ਹੈ ਤੇਰੀ ਰਾਣੀ, ਦੋ ਟਾਈਮ ਦੀ ਰੋਟੀ ਤਾਂ ਮਿਲ ਜੂਗੀ, ਪਰ ਕਰੀਏ ਵੀ ਕੀ ਕਰੀਏ, ਆ ਮੂੰਹ ਮਾਰਦੇ ਆ ਇਹਨਾਂ ਦੇ, ਜਾਈਏ ਕਿਵੇਂ ਜਾਈਏ, ਫਿਰ ਲੋਕ ਨਹੀਂ ਜੀਣ ਦਿੰਦੇ। ਵੀ ਜਦੋਂ ਨੌ ਪੁੱਤ ਚੰਗੇ ਭਲੇ ਆ, ਤੁਸੀਂ ਇੱਥੇ ਬੈਠੇ ਹੋ, ਕਰੀਏ ਕੀ ਫਿਰ ਹੁਣ? ਨਾ ਭੈਣੇ, ਮੈਂ ਤਾਂ ਫੈਸਲਾ ਕਰ ਲਿਆ ਹੁਣ, ਮੈਂ ਤਾਂ ਜਾਊਂਗੀ, ਤੂੰ ਦੱਸ ਦੀ ਮੈਨੂੰ ਤੇਰਾ ਕੀ ਫੈਸਲਾ। ਨਹੀਂ ਜੀ ਤਾਂ ਮੇਰਾ ਵੀ ਕਰਦਾ, ਕਦੇ ਕਦੇ ਤਾਂ ਐਂ ਜੀ ਕਰਦਾ ਵੀ ਕੁਛ ਖਾ ਕੇ ਮਰ ਜਾ, ਫਿਰ ਇਹਨਾਂ ਨੂੰ ਪਤਾ ਲੱਗਦਾ ਵੀ ਮਾਂ ਪਿਓ ਕੀ ਚੀਜ਼ ਹੁੰਦੇ ਆ। ਕੋਈ ਨਹੀਂ ਸਿਆਣਦਾ ਮਾਂ ਪਿਓ ਬਿਨਾਂ, ਮਾਂ ਹੀ ਦੁੱਖ ਬਣਾਉਂਦੀਆਂ ਧੀ ਪੁੱਤਾਂ ਦੇ। ਚੰਗਾ ਭੈਣੇ, ਜਾਨੀ ਆ ਹੁਣ, ਆ ਤੇਰੇ ਸਾਹਮਣੇ ਬਾਰੀਆਂ ਵੱਲ ਰੱਖੀਆਂ ਨੇ ਮਹੀਨੇ ਮਹੀਨੇ ਦੀ, ਹੁਣ ਜਾ ਕੇ ਕੰਮ ਕਰੂੰਗੀ, ਨਹੀਂ ਲੜੂਗੀ ਬਹੂ ਫਿਰ। ਨਹੀਂ ਇਹੀ ਹਾਲ ਮੇਰਾ, ਮੇਰੇ ਮੂਹਰੇ ਵੀ ਟੋਕਰਾ ਰੱਖ ਦਿੰਦੀਆਂ ਭਾਂਡਿਆਂ ਦਾ, ਆ ਮਾਂਜ ਲਾ, ਕਰ ਲਾ ਕੁਛ, ਐਂ ਕਰ ਲਾ, ਫਿਰ ਰੋਟੀ ਦੀ ਬੁਰਕੀ ਦਿੰਦੀਆਂ। ਚੰਗਾ ਭੈਣੇ, ਚੰਗਾ।
ਕੀ ਕਰੀਏ, ਮੈਂ ਤਾਂ ਕਿਹਾ ਸੀ ਮੇਰੇ ਨਾਲ ਹੀ ਇਹੋ ਜਿਹਾ ਕੁਛ ਹੁੰਦਾ, ਐਂ ਨਹੀਂ ਪਤਾ ਵੀ ਘਰ ਘਰ ਇਹੀ ਹਾਲ ਹੈ। ਇਹ ਮੇਰੇ ਤੋਂ ਵੀ ਦੁਖੀ ਹੈ ਵਿਚਾਰੀ। ਅੰਮਾ ਨਾ ਪਰਮਾਤਮਾ ਇਹੋ ਜਿਹੇ ਨੌਂ ਪੁੱਤ ਤਾਂ ਕਿਸੇ ਨੂੰ ਨਾ ਦੇਈ, ਦੇਈ ਤਾਂ ਚੱਜ ਦੇ ਦੇਈ। ਤੂੰ ਕਿੱਧਰ ਮਾਤਾ, ਤੇਰਾ ਮਹੀਨਾ ਵੀ ਮੁੱਕ ਗਿਆ। ਤੇਰਾ ਹੋ ਗਿਆ ਜੀ ਇੱਕ ਮਹੀਨਾ ਪੂਰਾ, ਅੱਜ ਇੱਕ ਤਰੀਕ ਹੈ। ਉਹ ਤੂੰ ਦੇਖ ਲਾ ਉਹ ਚੰਗੀ ਤਰ੍ਹਾਂ ਕੈਲੰਡਰ ਤੇ, ਮੈਨੂੰ ਤਾਂ ਲੱਗਦਾ ਹਜੇ ਪਿਆ ਹੋਊ ਇੱਕ ਦੋ ਦਿਨ। ਕਾਹਨੂੰ ਪਏ ਜੀ ਇੱਕ ਦੋ ਦਿਨ, ਆ ਮਹੀਨੇ ਨੂੰ ਕੀ ਲੱਗਦਾ, ਬਿੰਦ ਲੱਗਦਾ। ਮੰਨਤ ਕਿੱਥੇ? ਮੰਨ ਤੱਕਣੀ ਉਹ ਬਰੈਗੀ ਪਈਆਂ, ਉਹਨੂੰ ਲਾਏਗੀ ਬਿਮਾਰੀ ਕੋਈ? ਨਾਲੇ ਉਹਨੇ ਤਾਂ ਬਿੰਦ ਨਹੀਂ ਸਾਰਦਾ, ਵੀ ਤੈਨੂੰ ਤਾਂ ਹੁਣ ਹੋਰ ਹੀ ਖੰਘ ਜੀ, ਉਹਨੂੰ ਵੀ ਜਵਾਕ ਨੂੰ ਬਿਮਾਰ ਕਰਕੇ ਧਰੇਗੀ। ਚਲਾ ਤਾਂ ਗਈ ਇਹਦੇ ਨਾਲ, ਮਾੜਾ ਮੋਟਾ ਕੰਮ ਕਰਾ ਦਿਆ ਕਰੀ, ਕਿਤੇ ਲੀਟੀ ਰਹੇ ਉਰੇ। ਨਾਲੇ ਮੇਰੀ ਗੱਲ ਸੁਣ, ਉਧਰ ਕੋਠੀ 'ਚ ਨਾ ਜਾਣ ਦੀ ਲੋੜ, ਆ ਕਮਰੇ 'ਚ ਪੈ ਜਾ ਕਰ, ਤੈਨੂੰ ਬਿਸਤਰਾ ਦੇ ਦੇਣਾ ਮੈਂ। ਕੋਈ ਨਾ ਪੁੱਤ, ਅੰਮੀ ਕਰਾਉਣ ਆਈ ਆ, ਪਹਿਲਾਂ ਉਹਦੇ ਕਰਕੇ ਆਈ ਆ, ਹੁਣ ਤੁਹਾਡੇ ਕਰ ਲੂੰਗੀ। ਆਹੋ ਕਰ ਲਈ, ਕਿਧਰੇ ਤੇਰੇ ਗਿੱਟੇ ਟੁੱਟਦੇ ਨੀ ਇੱਕ ਗੱਲ। ਚੱਲ ਆ ਜੀ, ਫੜ ਕੇ ਛੱਡੇ ਉਹਦਾ ਸਮਾਨ ਜਾ, ਮੈਂ ਵਗ ਜਾ ਹੁਣ, ਖੜੀ ਕੀ ਦੇਖਦੀ ਆ। ਇੱਧਰ ਹੀ ਬਹਿ ਜਾ, ਮੈਂ ਲਿਆਉਣਾ ਬਿਸਤਰਾ ਤੇਰਾ। ਤੂੰ ਬਸ ਗਲ ਪਿਆ, ਢੋਲ ਤਾਂ ਹੁਣ ਵਜਾਉਣਾ ਹੀ ਪਊਗਾ, ਨਾ ਮਰੇ ਨਾ ਖੜਾ ਛੋਟੇ। ਹੈਲੋ ਹੈਲੋ, ਹਾਂਜੀ ਕੌਣ ਜੀ? ਲੈ ਕੌਣ, ਮਾਸੀ ਨੂੰ ਫੋਨ ਲੱਗੀ ਕੁੜੇ? ਓ ਅੱਛਾ ਅੱਛਾ, ਸਤਿ ਸ਼੍ਰੀ ਅਕਾਲ ਮਾਸੀ ਜੀ। ਸਤਿ ਸ਼੍ਰੀ ਅਕਾਲ, ਹੋਰ ਦੱਸ ਕਿਵੇਂ ਤੇਰਾ ਸਹੁਰਾ ਪਰਿਵਾਰ ਸਾਰਾ ਠੀਕ ਹੈ? ਹਾਂ ਵਧੀਆ, ਤੁਸੀਂ ਦੱਸੋ ਜੀ, ਅਸੀਂ ਤਾਂ ਦੋਵੇਂ ਠੀਕ ਹਾਂ। ਦੋਵੇਂ ਕਿਵੇਂ? ਹਾਂ ਮੈਂ ਤੇ ਮੇਰੇ ਘਰ ਵਾਲਾ, ਕਿਉਂ? ਮੈਂ ਤਾਂ ਉਹ ਵੈਸੇ ਹੀ ਬਸ ਮਾਂ ਦੱਸਣਾ ਭੁੱਲ ਗਈ ਹੋਣੀ, ਅਸੀਂ ਤਾਂ ਕਦੋਂ ਦੇ ਅੱਡ ਹੋ ਗਏ। ਨਾਲੇ ਉਹ ਤਾਂ ਨਾ ਸਾਰੇ ਘਰ ਦੇ ਕੰਮ ਮੇਥੋਂ ਕਰਾਉਂਦੀ ਸੀਗੀ, ਨਾਲੇ ਮੈਂ ਨੌਕਰੀ ਕਰਦੀ ਹਾਂ ਤੁਹਾਨੂੰ ਪਤਾ, ਨਾਲੇ ਕੁੱਟ ਕੁੱਟ ਕੇ ਜੀਣਾ ਨਾ ਮੈਨੂੰ ਤਾਂ ਆਉਂਦਾ ਨੀ। ਪਰ ਮਾਸੀ ਜੀ ਅਸੀਂ ਤਾਂ ਦੋਵੇਂ ਜਣੇ ਨਾ ਇੱਕ ਦੂਜੇ ਨਾਲ ਬਹੁਤ ਖੁਸ਼ ਹਾਂ। ਚੱਲ ਕੋਈ ਗੱਲ ਨੀ ਮਾਸੀ ਜੀ, ਜਦੋਂ ਬੁੜੇ ਹੋਵਾਂਗੇ ਨਾ ਉਦੋਂ ਦੇਖੀ ਜਾਊਗੀ, ਹਾਲੇ ਤੱਕ ਤਾਂ ਅਸੀਂ ਬਹੁਤ ਖੁਸ਼ ਹਾਂਗੇ। ਚੱਲ ਭਾਈ ਅਜੇ ਤੱਕ ਤਾਂ ਖੁਸ਼ ਹਾਂ, ਹੁਣ ਤਾਂ ਤੁਹਾਡੀ ਜਵਾਨੀ ਹੈ, ਗਾਹਾਂ ਪਤਾ ਲੱਗੂ ਜਦੋਂ ਬੁੜੇ ਹੋ ਗਏ, ਕਿਸੇ ਨੇ ਖਿਆਲਣਾ ਨੀ। ਕੋਈ ਨੀ ਖਿਆਲਦਾ, ਕਹਿੰਦੇ ਹੁੰਦੇ ਜਿੱਥੇ ਏਕਤਾ ਹੈ ਸੱਤ ਵਾਰ ਕਿਧਰ ਹੀ ਹੈ ਜੀ ਹੁੰਦੀ, ਤੇ ਉਹੀ ਗੱਲ ਹੈ ਜਦੋਂ ਕੱਲੇ ਕੱਲੇ ਹੁੰਦੇ ਕੌਣ ਖਿਆਲਦਾ ਕਿਸੇ ਨੂੰ। ਚੱਲ ਚੰਗਾ ਮਾਸੀ ਜੀ, ਫੋਨ ਕੱਟ ਦੋ, ਮੇਰੇ ਨਾ ਸਾਰੇ ਘਰ ਦੇ ਕੰਮ ਪਏ ਨੇ। ਚੱਲ ਚੰਗਾ ਭਾਈ, ਮਾਸੀ ਹੈ ਤੁਹਾਡੀ। ਲੈ ਦੱਸ, ਰਿਸ਼ਤੇਦਾਰ ਵੀ ਆਪਦੇ ਆਪ ਨੂੰ ਪਤਾ ਨੀ ਕੀ ਸਮਝਦੇ ਨੇ, ਚੱਕੇ ਬੂਥਾ ਦੂਜਿਆਂ ਨੂੰ ਸਲਾਹਾਂ ਦੇਣ ਲੱਗ ਜਾਣਗੇ, ਵੀ ਤੁਸੀਂ ਕੀ ਲੈਣਾ, ਚਾਹੇ ਅਸੀਂ ਅੱਡ ਰਹੀਏ ਚਾਹੇ ਅਸੀਂ ਇਕੱਠੇ ਰਹੀਏ, ਇੱਕਾ ਮੇਰੇ ਵਾਲੀ ਮਾਂ ਹਰੇਕ ਨੂੰ ਜਣੇ ਖਣੇ ਰਿਸ਼ਤੇਦਾਰ ਨੂੰ ਤਾਂ ਮੇਰਾ ਨੰਬਰ ਦੇ ਦੂ ਚੱਕੇ।
ਰਾਜਮਾ ਤੁਸੀਂ ਉਹਦੇ ਮੰਜੇ 'ਤੇ ਪਏ ਹੋ। ਪੁੱਤ ਜੀ ਮੇਰਾ ਸਰੀਰ ਨਹੀਂ ਠੀਕ ਹੈਗਾ। ਰਾਜਮਾ ਤੁਹਾਨੂੰ ਤਾਂ ਬਹੁਤ ਬੁਖਾਰ ਚੜ੍ਹ ਰਿਹਾ। ਨਹੀਂ ਪੁੱਤ ਹੁਣ ਮੈਂ ਪਾਪਾ ਨੂੰ ਆ ਕੇ ਵੀ ਡਾਕਟਰ ਨੂੰ ਬੁਲਾ ਲਓ। ਨਹੀਂ ਪੁੱਤ ਮੈਂ ਠੀਕ ਹਾਂ। ਪੁੱਤ ਆਹ ਕੀ ਹੈ ਤੇਰੇ ਕੋਲ? ਇਹ ਤਾਂ ਪਾਪਾ ਦਾ ਟੱਚ ਫੋਨ ਆ। ਦੇਖਾਂ ਕਿਵੇਂ ਦਾ ਹੁੰਦਾ ਇਹ? ਦਾਦੀ ਦਾਦੀ ਮੈਂ ਇਹ 'ਚ ਵੀਡੀਓ ਵੀ ਖੇਡਦੇ ਹੁੰਦੇ ਨੇ ਅਤੇ ਇਹ 'ਚ ਰਿਕਾਰਡਿੰਗ ਵੀ ਹੁੰਦੀ ਆ। ਅੱਛਾ ਪੁੱਤ ਮੇਰੀ ਵੀਡੀਓ ਅਤੇ ਮੇਰੀ ਰਿਕਾਰਡਿੰਗ ਹੋ ਜੂ ਇਹ 'ਚ? ਹਾਂ ਦਾਦੀ ਮਾਂ। ਇਦੋਂ ਵਧੀਆ ਤਰੀਕਾ ਮੇਰੇ ਮੁੰਡਿਆਂ ਨੂੰ ਸਮਝਾਉਣ ਦਾ ਕੀ ਹੈ? ਉਹ ਤਾਂ ਮੇਰੀ ਗੱਲ ਸੁਣਦੇ ਨਹੀਂ ਹੈਗੇ। ਇਹ ਤਰੀਕਾ ਸਭ ਤੋਂ ਵਧੀਆ ਰਹੂਗਾ। ਲੈ ਪੁੱਤ ਮੈਂ ਠੀਕ ਹੋ ਕੇ ਬਹਿੰਦੀ ਹਾਂ, ਤੂੰ ਨਾ ਮੇਰੀ ਆਵਾਜ਼ ਰਿਕਾਰਡਿੰਗ ਕਰ, ਨਾਲੇ ਮੇਰੀ ਫੋਟੋ ਖਿੱਚਦੀ ਪੁੱਤ ਚੰਗਾ। ਮੈਨੂੰ ਪਤਾ ਹੈ ਪੁੱਤ ਤੁਸੀਂ ਕੰਮਾਂ ਕਾਰਾਂ ਤੋਂ ਥੱਕੇ ਅੱਕੇ ਆਉਂਦੇ ਹੋ, ਤੁਹਾਡੇ ਗਾਲ ਹੁਣ ਜ਼ਿੰਮੇਵਾਰੀਆਂ ਦਾ ਬੋਝ ਹੈ। ਮਾਂ ਨੇ ਤੁਹਾਨੂੰ ਪਾਲ ਪੋਸ ਕੇ ਐਡਾ ਵੱਡਾ ਕੀਤਾ, ਉਹੀ ਮਾਂ ਅੱਜ ਤੁਹਾਨੂੰ ਕਮਲੀ ਲੱਗਦੀ ਹੈ। ਪੁੱਤ ਹੁਣ ਤੱਕ ਮੇਰੀਆਂ ਪੱਕੀਆਂ ਰੋਟੀਆਂ ਖਾ ਕੇ ਵੱਡੇ ਹੋਏ ਹੋ, ਹੁਣ ਤੁਹਾਨੂੰ ਮੇਰੀ ਬਣਾਈ ਰੋਟੀ ਚੰਗੀ ਨਹੀਂ ਲੱਗਦੀ। ਨਿੱਕੇ ਹੁੰਦੇ ਮੇਰੀ ਬੁੱਕੋ 'ਚ ਬੜੇ ਰਹਿੰਦੇ ਸੀ, ਹੁਣ ਮੇਰੇ ਕੋਲ ਬਹਿੰਦੇ ਵੀ ਨਹੀਂ। ਹੁਣ ਸੁਪਸੀ ਕਹਿੰਦੇ ਹੋ ਬੁੜੀ 'ਚ ਮੁਸਕ ਆਉਂਦੀ ਹੈ, ਮੈਂ ਆਪ ਘੱਟ ਖਾ ਕੇ ਤੁਹਾਡਾ ਢਿੱਡ ਭਰਦੀ ਰਹੀ, ਤੁਹਾਨੂੰ ਮੇਰੀਆਂ ਦੋ ਰੋਟੀਆਂ ਵੀ ਜ਼ਿਆਦਾ ਲੱਗਦੀਆਂ ਨੇ, ਮੇਰੇ ਹੱਥਾਂ ਦੀਆਂ ਚੂਲੀਆਂ 'ਚ ਪਾਣੀ ਪਿਲਾਉਂਦੀ ਰਹੀ, ਅਤੇ ਤੁਸੀਂ ਇੱਕ ਪੁਰਾਣਾ ਜਿਹਾ ਤੌੜਾ ਮੇਰੇ ਕੋਲ ਭਰ ਕੇ ਧਰਤਾ ਵੀ ਆਪੇ ਚੱਕ ਕੇ ਪੀ ਲਿਆ ਕਰੂਗੀ। ਕਦੇ ਤੁਸੀਂ ਮਾਂ ਦਾ ਹਾਲ ਵੀ ਨਹੀਂ ਪੁੱਛਿਆ। ਜੇ ਤੁਹਾਡਾ ਬਾਪੂ ਜਿਉਂਦਾ ਹੁੰਦਾ ਮੈਂ ਉਹਦੇ ਆਸਰੇ ਦਿਨ ਕੱਟ ਲੈਂਦੀ, ਹੁਣ ਕਿਹਦੇ ਆਸਰੇ ਜੀਵਾਂ ਪੁੱਤ? ਜਿਉਂਦੇ ਜੀ ਤਾਂ ਮੇਰਾ ਢਿੱਡ ਭਰ ਨਹੀਂ ਸਕੇ, ਹੁਣ ਮਰਨ ਤੋਂ ਬਾਅਦ ਕੀ ਫਾਇਦਾ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਉਣ ਦਾ? ਜੇ ਚਾਰ ਲੱਕੜਾਂ ਤੁਹਾਨੂੰ ਜੁੜੀਆਂ ਤਾਂ ਮੈਨੂੰ ਫੂਕ ਦਿਓ, ਨਹੀਂ ਹੱਡਾ ਰੋੜੀ 'ਚ ਸਿੱਟ ਦਿਓ, ਉੱਥੇ ਕਾਂ ਕੁੱਤੇ ਖਾ ਲੈਣਗੇ। ਤੁਹਾਡੀ ਔਲਾਦ ਨੇ ਵੀ ਵੱਡੇ ਹੋਣਾ ਪੁੱਤ, ਤੁਸੀਂ ਵੀ ਬਜ਼ੁਰਗ ਹੋਣਾ। ਰੱਬ ਕਰਕੇ ਜੋ ਤੁਸੀਂ ਮੇਰੇ ਨਾਲ ਕੀਤੀ ਹੈ ਤੁਹਾਡੀ ਔਲਾਦ ਤੁਹਾਡੇ ਨਾਲ ਨਾ ਕਰੇ। ਬੇਸ਼ੱਕ ਤੁਸੀਂ ਮੈਨੂੰ ਆਪਦਾ ਬਣਦਾ ਪਿਆਰ ਨਹੀਂ ਦੇ ਸਕੇ, ਪਰ ਮੈਂ ਤਾਂ ਤੁਹਾਡੀ ਮਾਂ ਨਾ, ਮੈਂ ਤਾਂ ਰੱਬ ਤੋਂ ਤੁਹਾਡੀ ਮਰਨ ਵੇਲੇ ਵੀ ਸੁੱਖ ਹੀ ਮੰਗੂੰਗੀ। ਲੱਗਦਾ ਹੁਣ ਹੋਰ ਤੁਹਾਡੇ ਕੋਲ ਹੋਰ ਸਮਾਂ ਨਹੀਂ ਰਹਿ ਸਕਦੀ, ਮੇਰੇ ਕਰਮਾਂ 'ਚ ਇੰਨੇ ਦੁੱਖ ਸਹਿਣੇ ਲਿਖੇ ਸੀ, ਮੇਰਾ ਟਾਈਮ ਆ ਗਿਆ ਤੁਹਾਡੇ ਬਾਪੂ ਕੋਲ ਜਾਣ ਦਾ। ਜਾ ਹੁਣ ਤੂੰ ਖੇਡ ਲੈ ਇਹ ਵੀਡੀਓ ਨਾ ਤੇਰੇ ਪਾਪਾ ਨੂੰ ਦਿਖਾ ਦੀ। ਪਾਪਾ ਪਾਪਾ ਹਾਂ ਮੈਨੇ ਦਾਦੀ ਮਾਂ ਦੀ ਵੀਡੀਓ ਬਣਾਈ ਆ।
ਤੂੰ ਫੋਨ ਕਿੱਥੇ ਲਈ ਫਿਰਦਾ? ਮੈਂ ਕੱਦਾਂ ਟੋਲ ਰਿਹਾ, ਕਿੱਥੇ ਲੈ ਗਿਆ ਸੀ ਫੋਨ? ਦਾਦੀ ਮਾਂ ਦੀ ਵੀਡੀਓ ਬਣਾਈ ਆ। ਕਾਹਦੇ ਵਾਸਤੇ? ਤੁਸੀਂ ਦੇਖੋ। ਉਹ ਕੀ ਆ? ਤੁਸੀਂ ਦੇਖੋ। ਕੀ ਆ ਯਾਰ? ਆਏ ਹਾਏ ਭਰਾਓ। ਉਹਨੂੰ ਪੁੱਛਦੇ ਹੈ ਨੀ ਦੋਵੇਂ ਜਾਣੇ, ਵਿਚਾਰੀ ਕਿਤੇ ਦੁਖੀ ਹੋ ਕੇ ਵਗ ਗਈ ਹੋਣੀ ਆ, ਹੁਣ ਲੱਭਦੀ ਨੀ। ਅੱਛਾ ਰੱਬਾ, ਤੇਰੀਆਂ ਤੂੰ ਹੀ ਜਾਣੇ, ਮਾਂ ਦੀ ਤਾਂ ਜੂਨ ਹੀ ਬੁਰੀ ਆ। ਰੱਬ ਜਾ ਕੇ ਤੀਰਥਾਂ ਤੋਂ ਮਾਪਿਆਂ ਨੂੰ ਠੇਡੇ।
ਜੱਸੀ ਪਾਣੀ ਲੈ ਗਈ ਕੀ ਗੱਲ ਹੋ ਗਈ ਜੀ ਤੁਸੀਂ ਤੜਕੇ ਵੀ ਆਈ ਬਾਗੇ ਹੜਬੜਾਹਟ ਜੀ ਚ ਦੱਸ ਦਿੰਦਾ ਪਹਿਲਾਂ ਪਾਣੀ ਤਾਂ ਲੈ ਕੇ ਆ ਚੱਲ ਮੈਂ ਪਾਣੀ ਲਿਆਉਣੀ ਆ ਆ ਲਓ ਪਾਣੀ ਹੁਣ ਤਾਂ ਦੱਸ ਦਿਓ ਕੀ ਗੱਲ ਹੋ ਗਈ ਤੁਸੀਂ ਅੱਜ ਪਰੇਸ਼ਾਨ ਜੇ ਕਿਉਂ ਲੱਗੇ ਆਨੇ ਹੋ ਉਹ ਪਰੇਸ਼ਾਨ ਨਾ ਹੋਵਾਂ ਹੋਰ ਕੀ ਹੋਵਾਂ ਆ ਬੁੜੀ ਤਾਂ ਆਪਾਂ ਨੂੰ ਸੂਲੀ ਤੇ ਟੰਗ ਕੇ ਹਟੂ ਕੀ ਕਰਤਾ ਹੁਣ ਆ ਦੇਖ ਲਾ ਉਹਦੇ ਕਾਰਨਾਮੇ ਦੇਖਾਂ ਹਾਏ ਮੈਂ ਮਰ ਜਾ ਜੇ ਬੁੜੀ ਨੇ ਕੁਛ ਕਰ ਲਿਆ ਆਪਾਂ ਤਾਂ ਕਾਸੇ ਜੋਗੇ ਨਹੀਂ ਰਹਿਣੇ ਉਹ ਇਸੇ ਚੀਜ਼ ਤੋਂ ਤਾਂ ਮੈਂ ਡਰ ਰਿਹਾ ਲੋਕ ਕੀ ਕਹਿਣਗੇ ਨਾ ਤੂੰ ਆਪਦੀ ਮਾਂ ਨਹੀਂ ਸੰਭਾਲੀ ਗਈ ਤੁਸੀਂ ਹੁਣ ਐਂ ਕਰੋ ਜੀ ਛੋਟੇ ਨਾਲ ਲੈ ਕੇ ਜਾਓ ਥੋੜੀ ਕਿਹੜਾ ਕੱਲਿਆਂ ਦੀ ਮਾਂ ਗੀ ਤੇ ਬੁੜੀ ਨੂੰ ਲੱਭ ਕੇ ਲਿਆਓ ਤੈਨੂੰ ਕੀ ਲੱਗਦਾ ਉਹ ਛੇਤੀ ਤੁਰਪੂ ਆਪਦੀ ਜਨਾਨੀ ਦਾ ਪਿੱਛੇ ਲੱਗਿਆ ਪਿਆ ਉਹੀ ਤਾਂ ਮੇਰਾ ਕਹਿਣਾ ਨਹੀਂ ਮੰਨਣਾ ਉਹਨੇ ਕਿਵੇਂ ਨਹੀਂ ਮੰਨੂਗਾ ਤੁਸੀਂ ਕਹਿ ਦਿਓ ਕਹ ਜੇ ਬੁੜੀ ਨੇ ਕੁਛ ਕਰ ਲਿਆ ਨਾ ਤੂੰ ਵੀ ਭਾਈ ਬਰਾਬਰ ਦਾ ਜ਼ਿੰਮੇਵਾਰ ਆ ਜਾਂ ਲੈ ਕੇ ਜਾਓ ਉਹਨੂੰ ਨਾਲ ਚੱਲ ਫਿਰ ਮੈਂ ਦੇਖਦਾ ਜਾ ਉਹਨਾਂ ਹੋਰ ਕੀ ਆ ਜਾ ਜਾ ਜਾਓ ਛੇਤੀ ਆ ਹੋਰ ਹੀ ਸਿਆਪਾ ਖੜਾ ਹੋ ਗਿਆ ਉਹ ਛੋਟੇ ਕਰੀਆਂ ਹਾਂ ਬਾਈ ਹਾਂ ਕਰੀਆਂ ਦੱਸ ਉਹ ਬਾਈ ਮਾਂ ਤਾਂ ਨਹੀਂ ਆਈ ਉਰੇ ਹਜੇ ਕਿਹੜਾ ਬਾਈ ਮਹੀਨਾ ਪੂਰਾ ਹੋ ਗਿਆ ਇੱਥੇ ਕੀ ਕਰਨ ਆਊਗੀ ਉਹ ਬਾਈ ਉਹ ਤਾਂ ਮੈਨੂੰ ਵੀ ਪਤਾ ਮੈਂ ਸਾਰੇ ਲੱਭਿਆ ਮੈਨੂੰ ਦਿਖੀ ਨਹੀਂ ਕਿਤੇ ਉਹ ਯਾਰ ਇੱਥੇ ਹੀ ਹੋਊਗੀ ਕਿਤੇ ਲੱਭ ਜੂਗੀ ਉਹ ਯਾਰ ਇੱਥੇ ਆ ਨਹੀਂ ਰਹੀ ਉਹ ਆ ਦੇਖ ਤੂੰ ਆ ਦੇਖੀ ਆ ਵੀਡੀਓ ਉਹ ਉਹ ਯਾਰ ਕੁਛ ਨਹੀਂ ਹੈਗਾ ਉਹ ਐਵੇਂ ਲੱਛਣ ਕਰਦੀ ਆ ਇੱਥੇ ਹੀ ਹੋਊਗੀ ਕਿਤੇ ਆਪੇ ਆ ਜੂਗੀ ਆਹੋ ਬਾਈ ਤੇਰੇ ਭਾਅ ਦਾ ਲੱਛਣ ਕਰਦੀ ਆ ਉਹ ਆਖਰ ਨੂੰ ਮਾਂ ਆ ਆਪਣੀ ਬਾਈ ਸਾਡੇ ਕੋਲ ਤਾਂ ਟਾਈਮ ਹੈ ਨਹੀਂਗਾ ਤੁਸੀਂ ਆਪੇ ਲੱਭਿਓ ਬਾਈ ਮੈਂ ਤੇਰੇ ਨਾਲ ਨਹੀਂ ਗੱਲ ਕਰਦਾ ਆਪਦੇ ਭਾਈ ਨਾਲ ਗੱਲ ਕਰ ਰਿਹਾ ਮੇਰੀ ਘਰ ਵਾਲੀ ਆ ਉਹ ਬਾਈ ਉਹ ਤਾਂ ਬੋਲੂਗੀ ਸ਼ਰਮ ਆਉਂਦੀ ਆ ਮੈਨੂੰ ਤਾਂ ਤੈਨੂੰ ਭਾਈ ਕਹਿੰਦੇ ਨੂੰ ਵੀ ਬਾਈ ਮਾਂ ਤਾਂ ਮੈਂ ਲੱਭ ਲੂੰ ਪਰ ਜਿਹੜਾ ਤੂੰ ਜਨਾਨੀ ਪਿੱਛੇ ਲੱਗਿਆ ਪਿਆ ਨਾ ਤੇਰਾ ਬਹੁਤ ਔਖਾ ਹੋ ਜੂ ਉਹ ਕੋਈ ਗੱਲ ਨਹੀਂ ਬਾਈ ਮੇਰਾ ਔਖਾ ਹੋਊਗਾ ਮੈਂ ਆਪੇ ਦੇਖ ਲੂੰਗਾ ਲੈ ਦੇਖਿਓ ਤੀਜੇ ਦਿਨ ਹੀ ਮੂੰਹ ਚੱਕ ਕੇ ਆ ਜਾਂਦਾ ਇਹ ਤਾਂ ਨਾਲੇ ਮੇਰੀ ਗੱਲ ਸੁਣ ਲਓ ਬੁੜੀ ਨੂੰ ਭਾਲਣ ਜਾਣ ਦੀ ਕੋਈ ਲੋੜ ਨਹੀਂ ਹੈਗੀ ਆਪਣੇ ਨਾਲ ਕਿਹੜਾ ਲੜ ਕੇ ਗਈ ਆ ਉਹ ਪੱਕਾ ਇਹਨਾਂ ਨਾਲ ਲੜ ਕੇ ਗਈ ਹੋਊਗੀ ਉਹ ਯਾਰ ਚੱਲ ਠੀਕ ਆ ਨਹੀਂ ਜਾਂਦਾ ਮੈਂ ਤੂੰ ਚਾਹ ਬਣਾ ਕੇ ਲਿਆ ਇੱਕ ਤਾਂ ਉੱਪਰ ਸਕੂਲ ਦੀਆਂ ਟੈਨਸ਼ਨਾਂ ਕਾ ਆ ਗਿਆ ਖੜੀ ਹੋ ਜਾ ਚਾਹ ਲਿਆ ਕੀ ਹਾਲ ਹੈ ਦੀਪੇ ਵਧੀਆ ਬਾਈ ਤੂੰ ਦੱਸ ਹੋਰ ਵਧੀਆ ਹਾਂ ਠੀਕ ਆ ਬਾਈ ਹੋਰ ਕਿਵੇਂ ਟੈਨਸ਼ਨ ਜੀ ਚ ਲੱਗ ਰਹੇ ਨਾ ਨਾ ਠੀਕ ਆ ਤੈਨੂੰ ਹੀ ਲੱਗਦਾ ਉਹ ਸੱਚ ਦੀਪੇ ਇੱਧਰ ਤਾਈ ਮੈਂ ਨਹਿਰ ਕ ਨਹੀਂ ਜਾਂਦੀ ਦੇਖੀ ਸੀਗੀ
ਕਦੋਂ ਹੋਏ? ਅੱਧਾ ਘੰਟਾ ਹੋ ਗਿਆ। ਤਾਂ ਬੁਲਾਇਆ ਨਹੀਂ ਹੋਏ? ਮੈਨੂੰ ਲੱਗਿਆ ਮਾਂ ਸਾਗ ਸੂਗ ਲੈਣ ਜਾਂਦੀ ਹੋਊਗੀ। ਤੂੰ ਚੱਲ ਛੇਤੀ ਮੇਰੇ ਨਾਲ ਯਾਰ। ਕੋਈ ਕੰਮ ਸਵਾਰ ਲਾ, ਆ ਤਾਂ ਤੂੰ ਕੰਮ ਕਰਤਾ ਖਰਾਬ। ਜਾ ਕੇ ਭਾਂਡੇ ਮਾਂਜ ਲਾ, ਨਾ ਮਰੇ ਨਾ ਖੜਾ ਛੁੱਟੇ। ਉਹ ਮਾਂ, ਤੇਰਾ ਦਿਮਾਗ ਖਰਾਬ ਹੋ ਗਿਆ, ਕੀ ਕਰਨ ਲੱਗੀ ਆ? ਹੋਰ ਕੀ ਕਰਾਂ, ਜਿਉਣ ਤਾਂ ਨਹੀਂ ਦਿੰਦੇ, ਮਰ ਵੀ ਨਾ ਸਕਾਂ ਚੈਨ ਨਾਲ, ਹੁਣ ਵੀ ਇੱਥੇ ਆ ਗਿਆ। ਉਹ ਤੂੰ ਮਾੜੀ ਮੋਟੀ ਸ਼ਰਮ ਕਰ, ਕਿਉਂ ਸਾਡਾ ਜਿਉਣਾ ਦੁੱਬਰ ਕਰਿਆ? ਇਸ ਉਮਰੇ ਸਾਡਾ ਜਲੂਸ ਲੱਗਿਆ ਕੱਢਣਾ ਹੈ? ਇੰਨੇ ਡਰਾਮੇ ਵੀ ਚੰਗੇ ਨਹੀਂ ਹੁੰਦੇ। ਆਹੋ ਭਾਈ, ਤੁਹਾਨੂੰ ਤਾਂ ਡਰਾਮੇ ਹੀ ਲੱਗਣੇ, ਤੁਹਾਡੇ ਘਰ ਵਾਲੀਆਂ ਨੇ ਤੁਹਾਡੀਆਂ ਅੱਖਾਂ 'ਤੇ ਪੱਟੀਆਂ ਜੋ ਬੰਨ ਰੱਖੀਆਂ ਨੇ ਨਾ। ਉਹ ਤੂੰ ਚੁੱਪ ਕਰਕੇ ਘਰ ਨੂੰ ਚੱਲ, ਇੱਥੇ ਜਲੂਸ ਨਾ ਕੱਢ ਮੇਰਾ। ਵਾਗ ਜਾ ਮੇਰਾ ਪੁੱਤ, ਤੂੰ ਵਾਗ ਜਾ, ਮੈਂ ਤਾਂ ਹੁਣ ਘੁੱਟ ਘੁੱਟ ਕੇ ਜਿਉਂ ਨਹੀਂ ਜਾਂਦਾ, ਮਰ ਲੈਂਦੇ ਮੈਨੂੰ। ਮਰਨਾ ਨਾ ਫਿਰ ਮਾਰ ਸਾਲ, ਪਹਿਲਾਂ ਲਿਖ ਕੇ ਦੇ ਜਾ ਪੰਚਾਇਤ ਨੂੰ ਵੀ ਮੇਰੇ ਮੁੰਡਿਆਂ ਦਾ ਕੋਈ ਕਸੂਰ ਨਹੀਂ। ਕਿਉਂ ਲਿਖ ਕੇ ਦੇਵਾਂ, ਕਸੂਰਵਾਰ ਤਾਂ ਤੁਸੀਂ ਹੁੰਦਾ ਰਹੇ। ਆਹੋ, ਸਾਨੂੰ ਪੁਲਿਸ ਨਹੀਂ ਕਿਹੜੀ ਸੂ ਪਿੱਛੋਂ, ਅਨੇ ਹੋਰ ਨਰਕ ਭੋਗਣਾ ਰਹਿੰਦਾ ਮੇਰੇ ਕਰਮਾਂ 'ਚ, ਭੋਗ ਲੈਂਦੀ ਆ ਕੋਈ ਨਾ। ਉਹ ਬਾਈ ਸੋਨੀ, ਇਹਨੂੰ ਲੈ ਕੇ ਜਾ ਯਾਰ। ਕੋਈ ਤਾਂ ਹੀ ਨਹੀਂ, ਆ ਜਾ, ਜਿੱਦ ਨਹੀਂ ਕਰਦੇ ਹੁੰਦੇ, ਆ ਜਾ ਤਾਈ, ਆ ਜਾ ਬਾਈ, ਤੂੰ ਵੀ ਆ ਜਾ। ਯਾਰ ਮੈਨੂੰ ਨਹੀਂ ਪਤਾ, ਕੁਛ ਮਰਜ਼ੀ ਕਰੋ, ਇਸ ਵਾਰੀ ਆਪਾਂ ਗੱਡੀ ਲੈਣੀ ਹੈ ਤਾਂ ਲੈਣੀ ਹੈ ਬਸ। ਉਹ ਯਾਰ ਤੂੰ ਆਪ ਸਿਆਣੀ ਆ ਲਾਪਰੀ, ਤੇ ਇਸ ਵਾਰੀ ਆਪਣਾ ਹੱਥ ਤੰਗ ਆ, ਆਪਾਂ ਅਗਲੀ ਵਾਰੀ ਲੈ ਲਾਂਗੇ। ਉਹ ਯਾਰ ਅਗਲੀ ਵਾਰ ਕਿਹਨੇ ਦੇਖਿਆ ਹੈ, ਮੈਂ ਤਾਂ ਇਸ ਵਾਰੀ ਕਾਲ 'ਚ ਫੂਕਣਾ ਸ਼ਰੀਕਾਂ ਦੇ ਬਸ। 50,000 ਘੱਟਦਾ ਲਾਪਰੀ, ਤੇ ਤੂੰ ਸਿਆਣੀ ਬਣਿਆ ਕਰ, ਮੈਂ ਤੈਨੂੰ ਕਿਹਾ ਨਾ ਆਪਾਂ ਅਗਲੀ ਵਾਰੀ ਗੱਡੀ ਲੈ ਲਾਂਗੇ, ਤੂੰ ਐਵੇਂ ਜਵਾਕਾਂ ਵਾਂਗੂ ਹਿੰਡ ਲੱਗ ਜਾਂਦੀ ਆ ਕਰਨ। ਅੱਛਾ ਮੈਂ ਹਿੰਡ ਕਰਦੀ ਹੈ? ਮੇਰੀ ਹਿੰਡ ਪੂਰੀ ਵੀ ਕਿਹੜੀ ਕੀਤੀ ਆ ਤੁਸੀਂ ਨੇ? ਆਹ ਹੁਣ ਤੁਹਾਡਾ ਵੱਡਾ ਭਰਾ ਜੇ ਪੈਸੇ ਮੰਗਣ ਵਾਸਤੇ, ਉਹਦੀ ਦੇ ਦੇਣਗੇ। ਨਾਲੇ ਇਹਨੇ ਇੱਕ ਗੱਲ ਨਾ ਭੁੱਲੋ, ਆਪਾਂ ਦੋਵੇਂ ਸਰਕਾਰੀ ਜੌਬ ਤੇ ਲੱਗੇ ਹੋਏ ਆ, ਮੋਟਰਸਾਈਕਲਾਂ ਦੇ ਧੱਕੇ ਖਾਂਦੇ ਨਾ ਬਹੁਤ ਬੁਰੇ ਲੱਗਦੇ ਆ। ਉਹ ਯਾਰ ਬਾਈ, ਮੈਂ ਵੀ ਤਾਂ ਤੇਰੇ ਨਾਲ ਹੀ ਹੁੰਨਾ, ਫਿਰ ਕੀ ਹੋ ਗਿਆ? ਨਾਲੇ ਕੋਈ ਗੱਲ ਨਹੀਂ, ਸੰਦ ਵੀ ਹੌਲੀ ਹੌਲੀ ਕਰਕੇ ਬਣਦੇ ਹੁੰਦੇ ਨੇ। ਮੈਂ ਤੈਨੂੰ ਕਿਹਾ ਆਪਾਂ ਅਗਲੀ ਵਾਰੀ ਗੱਡੀ ਪੱਕਾ ਲੈ ਲਾਂਗੇ। ਮੈਨੂੰ ਨਹੀਂ ਪਤਾ ਹੌਲੀ ਹੌਲੀ ਦਾ, ਇਸ ਵਾਰੀ ਗੱਡੀ ਲੈਣੀ ਹੈ ਤਾਂ ਲੈਣੀ ਹੈ ਬਸ, ਗੱਲ ਖਤਮ। ਉਹ ਯਾਰ ਹੁਣ 50,000 ਘੱਟਦਾ, ਚੱਲ ਜੇ ਇੰਨਾ ਵੀ ਹੋਵਾ ਨਾ ਤੈਨੂੰ ਗੱਡੀ ਲੈਣੀ ਆ, ਗੱਡੀ ਲੈਣੀ ਆ, ਤੈਂ ਕਰ 50,000 ਦਾ ਹਿੱਲਾ ਕਰ ਲਾ, ਲੈ ਆਊਂਗਾ ਗੱਡੀ ਮੈਂ ਵੀ। ਕੋਈ ਨਾ ਕੋਈ ਨਾ, ਤੁਸੀਂ ਗੱਡੀ ਲੈਣ ਵਾਲੇ ਬਣੋ, ਮੰਮੀ ਨੂੰ ਫੋਨ ਕਰਕੇ ਹੀ ਲਿਆ ਤਾਂ ਮੈਂ ਹੁਣ ਕਰ ਲੈਂਦੀ ਹਾਂ।
ਆ ਗਈ ਬੁੜੀਏ? ਹਾਂ ਪੁੱਤ ਆ ਗਈ। ਦੱਸ ਕੀ ਕੰਮ ਹੈ? ਪਹਿਲਾਂ ਤਾਂ ਮੈਨੂੰ ਇਹ ਦੱਸ ਵੀ ਤੂੰ ਕੀ ਢੋਂਗ ਜੇ ਫੜੇ ਹੋਏ ਆ? ਮੈਂ ਕੀ ਕਹਿਤਾ ਪੁੱਤ, ਹੁਣ ਸੁਣ। ਬਾਲੀ ਭੋਲੀ ਬਣਨ ਦੀ ਕੋਈ ਲੋੜ ਨਹੀਂ ਹੈਗੀ, ਵੱਡਾ ਆਇਆ ਸੀ ਤੈਨੂੰ ਲੱਭਣ ਵਾਸਤੇ, ਨਾ ਤੇਰੇ ਤੋਂ ਟਿੱਕੇ ਘਰੇ ਬੈਠਿਆ ਨਹੀਂ ਜਾਂਦਾ। ਪੁੱਤ ਜੇ ਤੁਸੀਂ ਬੈਠਣ ਦਿਓ ਫੇਰ ਬੈਠਾ ਨਾ, ਉੱਧਰ ਜਾਂਦੀ ਆ ਉਹ ਕਹਿੰਦੀ ਆ ਕੰਮ ਕਰ ਲੈ ਆ ਕੰਮ ਕਰ ਲੈ, ਤੇਰੇ ਕੋਲ ਆਉਂਦੀ ਆ ਤੂੰ ਕਹਿ ਦਿੰਦੀ ਆ ਕਰ ਲੈ ਆ ਕਰ ਲੈ, ਹੋਰ ਦੱਸ ਕੀ ਕਰਾਂ ਮੈਂ? ਬਸ ਕਰ, ਐਡਾ ਵੀ ਤੂੰ ਕੋਈ ਪਹਾੜੋਂ ਪੱਥਰ ਤੋੜ ਕੇ ਨਹੀਂ ਲਿਆਉਂਦੀ, ਜੇ ਦੋ ਡੰਗ ਦੀ ਰੋਟੀ ਖਾਣੀ ਆ ਨਾ ਤਾਂ ਕੰਮ ਤਾਂ ਕਰਨਾ ਹੀ ਪੈਣਾ। ਕੋਈ ਨਾ ਪੁੱਤ, ਦੱਸ ਦੇ ਹੁਣ ਕੀ ਕੰਮ ਕਰਨਾ, ਕਰ ਦਿੰਦੀ ਆ। ਪਹਿਲਾਂ ਤਾਂ ਐਂ ਕਰ, ਆ ਗਾਠੜੀ ਜੀ ਧਰ ਕੇ ਨਾ ਟੋਕਰਾ ਚੱਕ ਲੈ, ਗਹਾਰਾ ਮੁੱਲ ਲਿਆ ਆਪਾਂ ਨੇ, ਸਾਰੀਆਂ ਪਾਥੀਆਂ ਨਾ ਘਰੇ ਢੋ ਲਿਆ। ਕੋਈ ਨਾ ਪੁੱਤ, ਢੋ ਲੈਣੀ ਆ। ਵਗ ਜਾ ਹੁਣ। ਜਾਗੀ ਦੇ ਕੋਲ ਫਰੋਲਾ ਮਾਏ, ਫਿਕਰ ਮਨਾ ਦਿਆ ਪਾਰਿਆਂ ਨੂੰ, ਠੀਕ ਨਹੀਂ ਪਰ ਦੱਸਦੀ ਨਹੀਂ ਮੈਂ, ਹੱਸਦੀ ਦਿਖਦੀ ਸਾਰਿਆਂ ਨੂੰ, ਇਹ ਸ਼ਹਿਰ ਭਾਵੇਂ ਵੱਡੇ ਅੰਮੀਏ, ਤੇਰੀ ਲਾਡਲੀ ਨੂੰ ਵੱਡ ਵੱਡ ਖਾਂਦੇ, ਮਾਏ ਨੀ ਮੇਰੇ ਹੰਝੂ ਪੂੰਝਦੇ, ਭਾਰ ਕਿਉਂ ਸਿਰ ਤੇ ਚੱਕ ਰੱਖਿਆ? ਲੈ ਹੋਰ ਕੀ ਕਰਾਂ ਭੈਣੇ, ਹੁਕਮ ਲਾਤਾ ਮਹਾਰਾਣੀ ਨੇ ਵੀ ਗੁਹਾਰਾ ਲਿਆ ਪਾਥੀਆਂ ਢੋ ਦੇ। ਲੈ ਦੱਸ, ਪਿੰਡ ਚੋਂ ਦੋ ਬੁੜੀਆਂ ਪੁੱਛ ਲੈਂਦੀ, ਤੇਰੀ ਤਾਂ ਪਹਿਲੇ ਨਹੀਂ ਸਿਹਤ ਠੀਕ ਰਹਿੰਦੀ। ਉਹਨੇ ਬੁੜੀਆਂ ਪੁੱਛ ਕੇ ਕੀ ਲੈਣਾ, ਮੈਂ ਨੌਕਰਾਣੀ ਹੈਗੀ ਆ। ਚੱਲ ਕੋਈ ਨੀ, ਬਹੁਤਾ ਭਾਰ ਲੈ ਕੇ ਸਿਰ ਤੇ ਖੜਨਾ ਇੱਥੇ, ਤੇਰੀ ਤਾਂ ਪਹਿਲੇ ਨਹੀਂ ਸਿਹਤ ਠੀਕ ਰਹਿੰਦੀ। ਜਾ ਵਗ ਜਾ, ਮੇਰੀ ਸਿਹਤ ਠੀਕ ਹੁੰਦੀ ਨਹੀਂ ਤਾਂ ਮੈਂ ਤੇਰੇ ਨਾਲ ਹੱਥ ਵਟਾ ਦਿੰਦੀ। ਕੁਲਦੀਪ ਤੂੰ ਕਿੱਥੇ ਕਿੱਥੇ ਮੇਰਾ ਹੱਥ ਵਟਾਏਂਗੀ, ਮੇਰੀਆਂ ਲਿਖੀਆਂ ਤਾਂ ਮੈਂ ਹੀ ਭੋਗਣੀਆਂ ਨੇ। ਏਦਾਂ ਨਾ ਕਹਿ ਭੈਣੇ, ਜਾ ਭੱਗ ਜਾ, ਭਾਰ ਹੈ ਤੇਰੇ ਸਿਰ ਤੇ, ਪਤਾ ਨਹੀਂ ਕਿੱਥੇ ਸਿੱਟੇ ਨੇ ਡਾਢੇ ਨੇ, ਕਿੱਦੇ ਕੱਢੂਗਾ ਮੇਰੇ ਵਾਲੇ ਕਾਗਜ਼। ਦੇਖ ਤਾਂ ਸਹੀ ਪਾਪਣਾ ਨੇ ਕੀ ਹਾਲ ਕਰ ਦਿੱਤਾ ਆਪਣੀ ਸੱਸੜੀ ਦਾ। ਅੱਛਾ ਐ ਸੱਥ ਕਰ ਔ ਸੱਥ ਭਰ, ਇੱਥੇ ਨਿਬੇੜੇ ਕਰਦਾ ਉਹ ਵਾਹਿਗੁਰੂ। ਆ ਦੇਖੋ ਬਾਈ ਜੀ, ਡੱਬੇ ਵਰਗਾ ਪਲਾਟ ਆ, ਵੈਸੇ ਤਾਂ ਇਹਦਾ ਰੇਟ ਚੱਕਵਾਂ, ਪਰ ਤੁਹਾਡੇ ਭਰਾ ਕਰਕੇ ਤੁਹਾਨੂੰ ਇਹ 10 ਲੱਖ 'ਚ ਬਣ ਜੂ। ਮੇਰੀ ਗੱਲ ਸੁਣੋ ਜੀ, ਰੇਟ ਤਾਂ ਭਾਵੇਂ ਤੁਸੀਂ ਚੱਕਵਾਂ ਹੀ ਲਾ ਦਿਓ, ਪਰ ਮੇਰੇ ਭਰਾ ਕਰਕੇ ਰਿਆਤ ਕਰਨ ਦੀ ਕੋਈ ਲੋੜ ਨਹੀਂ ਹੈਗੀ। ਕਿਉਂ ਬਾਈ ਜੀ, ਤੁਹਾਡਾ ਭਰਾ ਉਹ ਆ ਦੇਖੀ ਸਾਡੇ ਵਾਲਾ ਡੀਲਰ ਨਾਲ ਖੜ੍ਹਿਆ ਉਰੇ ਕੀ ਕਰਦਾ,
ਮੈਨੂੰ ਲੱਗਦਾ ਪਲੈਟ ਵੀ ਵਿਕਾਊਗਾ, ਜਾ ਕੇ ਦੇਖਦਾ ਕੀ ਹੋ ਰਹੀ ਹੈ ਗੱਲ। ਉਹ ਬਾਈ ਇਹ ਸਭ ਉਸੇ ਦੀ ਮਿਹਰਬਾਨੀ ਆ, ਵੈਸੇ ਸਾਡੇ ਕੋਲ ਬਥੇਰੀ ਥਾਂ ਸੀ ਘਰ ਪਾਉਣ ਨੂੰ ਤਾਂ। ਬਾਈ ਉਹ ਆ ਗਿਆ, ਦੱਸਿਓ ਉਹਨੂੰ ਆਪਾਂ ਕਿਉਂ ਖੜੇ ਹਾਂ ਇੱਥੇ। ਕੀ ਹਾਲ ਆ ਡੀਲਰਾ, ਦੇਖੀ ਸਾਡੇ ਵਾਲੇ ਛੋਟੇ ਨਾਲ ਖੜੇ ਹੋਰੇ ਕੀ ਕਰਦਾ? ਕੁਛ ਨਹੀਂ ਬਾਈ ਜੀ, ਅਸੀਂ ਤਾਂ ਵੈਸੇ ਹੀ ਖੜੇ ਸੀ। ਵੈਸੇ ਤਾਂ ਕਾਹਨੂੰ ਖੜੇ ਹੋਊਗੇ, ਆਹ ਪਲਾਟ ਪਕਾਊਗਾ, ਦੇਖੀ ਸੌਦਾ ਤਾਂ ਨਹੀਂ ਕਰਾ ਰਹੇ? ਉਹ ਚੱਲ ਠੀਕ ਆ ਬਾਈ, ਜੇ ਤੈਨੂੰ ਪਤਾ ਲੱਗ ਹੀ ਗਿਆ ਤਾਂ ਠੀਕ ਆ, ਸਾਡੀ ਆਪਸ ਦੀ ਗੱਲ ਆ, ਤੂੰ ਇੱਥੇ ਕੀ ਕਰਨਾ ਆ? ਉਹ ਦੇਖ ਛੋਟੇ ਭਾਈ, ਮੇਰਾ ਫਰਜ਼ ਆ, ਜੇ ਕਿਸੇ ਪੈਸੇ ਟਕੇ ਦੀ ਲੋੜ ਹੋਈ ਨਾ ਦੱਸ ਦੇ। ਉਹ ਬਸ ਬਾਈ ਹੱਥ ਬੰਨੇ ਤੇਰੇ ਅੱਗੇ, ਸਾਨੂੰ ਕੋਈ ਲੋੜ ਨਹੀਂ ਪੈਸੇ ਪੁਸੇ ਦੀ, ਸੁੱਖ ਨਾਲ ਸਾਡੇ ਕੋਲ ਬਹੁਤ ਪੈਸਾ। ਇਹ ਬਾਈ ਤੂੰ ਨਹੀਂ ਬੋਲ ਰਿਹਾ, ਤੇ ਤੋਂ ਬੁਲਾਇਆ ਜਾ ਰਿਹਾ, ਇੰਨੀ ਆਕੜ ਚੰਗੀ ਨਹੀਂ ਹੁੰਦੀ। ਇਹ ਬਾਈ ਹੰਕਾਰ ਤਾਂ ਫਿਰ ਹੰਕਾਰ ਹੀ ਸਹੀ, ਹੁਣ ਇਹ ਹੰਕਾਰ ਨਾਲ ਨਾ ਸਾਰਿਆਂ ਤੋਂ ਤਗੜੀ ਕੋਠੀ ਪਊਗੀ ਇੱਥੇ। ਅਤੇ ਨਾਲ ਇੱਕ ਗੱਲ ਹੋਰ, ਮੇਰੀ ਜਨਾਨੀ ਨੂੰ ਗੱਲਾਂ 'ਚ ਖਿੱਚਣ ਦੀ ਕੋਈ ਲੋੜ ਨਹੀਂ ਹੈਗੀ, ਕੋਈ ਗੱਲ ਕਰਨੀ ਆ ਤਾਂ ਆਪਣੇ ਆਪਸ 'ਚ ਗੱਲ ਆ। ਚੰਗੀ ਗੱਲ ਆ ਬਾਈ, ਪਾ ਸਾਰੇ ਪਿੰਡ ਤੋਂ ਵੱਡੀ ਕੋਠੀ, ਅੱਜ ਜਨਾਨੀਆਂ ਨੇ ਤਾਂ ਮਹਾਂਭਾਰਤ ਕਰਾਤੀ ਤੀ, ਆਪਾਂ ਕਾਹਦੇ ਵਿਚਾਰੇ ਹਾਂ। ਚੰਗਾ ਜੀ, ਕੋਈ ਗੱਲ ਨਹੀਂ। ਵੈਸੇ ਤਾਂ ਕਾਹਨੂੰ ਖੜੇ ਹੋਊਗੇ, ਆਹ ਪਲਾਟ ਪਕਾਊਗਾ, ਦੇਖੀ ਸੌਦਾ ਤਾਂ ਨਹੀਂ ਕਰਾ ਰਹੇ? ਉਹ ਚੱਲ ਠੀਕ ਆ ਬਾਈ, ਜੇ ਤੈਨੂੰ ਪਤਾ ਲੱਗ ਹੀ ਗਿਆ ਤਾਂ ਠੀਕ ਆ, ਸਾਡੀ ਆਪਸ ਦੀ ਗੱਲ ਆ, ਤੂੰ ਇੱਥੇ ਕੀ ਕਰਨਾ ਆ? ਉਹ ਦੇਖ ਛੋਟੇ ਭਾਈ, ਮੇਰਾ ਫਰਜ਼, ਜੇ ਕਿਸੇ ਪੈਸੇ ਟਕੇ ਦੀ ਲੋੜ ਹੋਈ ਨਾ ਦੱਸ ਦੇ। ਉਹ ਬਸ ਬਾਈ ਹੱਥ ਬੰਨੇ ਤੇਰੇ ਅੱਗੇ, ਸਾਨੂੰ ਕੋਈ ਲੋੜ ਨਹੀਂ ਪੈਸੇ ਪੁਸੇ ਦੀ, ਸੁੱਖ ਨਾਲ ਸਾਡੇ ਕੋਲ ਬਹੁਤ ਪੈਸਾ। ਸਾਲੇ ਨੇ ਬੇਇੱਜ਼ਤੀ ਕਰਕੇ ਰੱਖਤੀ ਮੇਰੀ, ਅੱਜ ਜਮੀ ਲਿਹਾਜ਼ ਨਹੀਂ ਰੱਖੀ ਕੋਈ ਵੱਡੇ ਭਾਈ ਦੀ, ਸਾਲਿਆ ਲਵੇ ਡੀਲਰ ਖੜਿਆ, ਸਮਝਦਾ ਕੀ ਆਪਣੇ ਆਪ ਨੂੰ? ਭਾਈ ਆਪਾਂ ਸਾਰੇ ਪਿੰਡ ਤੋਂ ਉੱਚੀ ਕੋਠੀ ਪਾਵਾਂਗੇ, ਸਾਰਾ ਪਿੰਡ ਖੜ ਖੜ ਦੇਖੂਗਾ। ਉਹ ਨਾ ਛੋਟਿਆ, ਇਹ ਤੇਰੀ ਰੀਝ ਜ਼ਰੂਰ ਪੂਰੀ ਹੋਊਗੀ। ਭਾਈ ਇੱਕ ਗੱਲ ਆਖਾਂ? ਹਾਂ ਹਾਂ ਬੋਲ। ਬਾਈ ਹਮੇਸ਼ਾ ਆਪਣਾ ਹੱਥ ਮੇਰੇ ਸਿਰ ਤੇ ਰੱਖੇਗਾ, ਕਦੇ ਐਡੇ ਤਾਂ ਨਹੀਂ ਹੁੰਦਾ? ਤੂੰ ਤਾਂ ਮੇਰੀ ਜਾਣਾ ਛੋਟਿਆ। Oh,
ਟੈਨਸ਼ਨ ਲਈ ਜਾਂਦੀ ਸੀ ਵੀ ਗੱਡੀ 'ਚੋਂ 50,000 ਰੁਪਇਆ ਘੱਟਦਾ, ਮੁੜੀ ਕਦੋਂ ਕੰਮ ਆਊਗੀ, ਨਾਲੇ ਇਹਨੇ ਹੁਣ ਸੋਨੇ ਦੀਆਂ ਵਾਲੀਆਂ ਪਾ ਕੇ ਕਿੱਥੇ ਜਾਣਾ ਹੈ। ਪਰ ਜੇ ਮੈਂ ਇਹ ਤੋਂ ਐਵੇਂ ਵਾਲੀਆਂ ਮੰਗੂੰਗੀ ਨਾ, ਇਹਨੇ ਕਦੇ ਵੀ ਨਹੀਂ ਦੇਣੀਆਂ, ਕੋਈ ਨਾ ਕੋਈ ਸਕੀਮ ਤਾਂ ਲਾਉਣੀ ਪੈਣੀ ਆ। ਆ ਗੋਲੀਆਂ ਕਦੋਂ ਕੰਮ ਆਉਣਗੀਆਂ ਨੀਂਦ ਵਾਲੀਆਂ? ਬੇਬੇ ਆ ਲੈ ਗਰਮ ਦੁੱਧ ਪੀ ਲੈ। ਦੁੱਧ ਪੀ ਲਾ ਅੱਜ ਕਿਵੇਂ ਬੁੜੀ ਤੇ ਦਿਆ ਗਈ? ਨਹੀਂ ਪੀਣਾ ਨਾ, ਨਾ ਪੀ। ਵੈਸੇ ਵੀ ਤੂੰ ਨਾ ਇੱਜ਼ਤ ਦੇ ਲੈ ਕੇ ਹੈ ਹੀ ਨਹੀਂ, ਮੈਂ ਵਾਪਸ ਹੀ ਲੈ ਜਾਂਦੀ ਹਾਂ। ਲੈ ਫੜਾ, ਲੈ ਕੇ ਆਈਆਂ ਤਾਂ ਪੀਊਂਗੀ। ਇੱਕੋ ਸੜਾਕੇ ਚ ਪੀ ਜੀ, ਠੰਡਾ ਹੋਣ ਵਾਲਾ। ਇਹਨੂੰ ਤਾਂ ਗੋਲੀ ਦਾ ਅਸਰ ਹੀ ਨਹੀਂ ਹੋ ਰਿਹਾ, ਪਤਾ ਨਹੀਂ ਕਦੋਂ ਸੌਗੀ। ਮੰਜੇ ਨਾਲ ਜੁੜੀ ਪਈ ਆ। ਮੈਨੂੰ ਤਾਂ ਲੱਗਦਾ ਜਿਹੜੀਆਂ ਮੈਂ ਰਾਤ ਗੋਲੀਆਂ ਪਾਈਆਂ ਸੀ ਉਹਦਾ ਅਸਰ ਇਹਨੂੰ ਹਲੇ ਤੱਕ ਚੜਿਆ ਹੋਇਆ। ਇਹਨੂੰ ਕਿਤੇ ਮੇਰੇ ਤੇ ਸ਼ੱਕ ਵੀ ਨਾ ਹੋ ਜੇ। ਆ ਸਿਰ ਜਾ ਬਾਹਲਾ ਦੁਖੀ ਜਾਂਦਾ, ਨਾਲੇ ਚੱਕਰ ਜੇ ਆਈ ਜਾਂਦੇ ਨੇ। ਕੁਛ ਨੀ ਹੁੰਦਾ ਤੇਰੇ ਸਿਰ ਨੂੰ, ਮੇਰਾ ਵੀ ਸਿਰ ਤੇਰੇ ਵਾਂਗੂ ਰਾਤ ਦਾ ਦੁਖੀ ਜਾਂਦਾ। ਮੈਂ ਵੀ ਤਾਂ ਕੰਮ ਕਰੀਓ ਜਾਂਦੀ ਹਾਂ, ਉੱਠ ਕੇ ਕੰਮ ਲੱਗ ਜਾ। ਇਹਨੂੰ ਕੀ ਹੋ ਗਿਆ? ਰਾਤ ਤਾਂ ਲੈ ਦੁੱਧ ਲੈ ਕੇ ਆਈ ਮੇਰੇ ਕੋਲ, ਆ ਹੁਣ ਕਿਵੇਂ ਭੱਜ ਭੱਜ ਪੈਂਦੀ ਹੈ। ਇਹਨੂੰ ਵੀ ਸਮਝਣਾ ਔਖਾ ਹੀ ਹੈ।
ਦਿਲ ਵੀ ਬਾਹਲਾ ਹੀ ਦੁਖੀ ਜਾਂਦਾ ਲੋੜਿਆਂ ਦਾ। ਮੇਰੀਆਂ ਬਾਲੀਆਂ, ਮੇਰੀਆਂ ਬਾਲੀਆਂ ਕਿੱਧਰ ਗਈਆਂ? ਮੇਰੇ ਕੋਲੇ ਤਾਂ ਆਹੀ ਇੱਕੋ ਇੱਕ ਨਿਸ਼ਾਨੀ ਸੀ ਇਹਨਾਂ ਦੇ ਪਿਓ ਦੀ, ਇਹ ਵੀ ਕਿੱਧਰ ਗਈਆਂ ਮੇਰੀਆਂ? ਬੁੜੀ ਨੂੰ ਪਤਾ ਲੱਗ ਗਿਆ ਵੀ ਉਹਦੇ ਕੰਨਾਂ ਚ ਵਾਲੀਆਂ ਹੈ ਨੀ। ਲਵਪ੍ਰੀਤ ਸਾਂਭ ਲੈ ਮੌਕਾ, ਗੱਲ ਸੰਭਾਲ ਲੈ, ਨਹੀਂ ਤਾਂ ਸ਼ੱਕ ਸਿੱਧਾ ਮੇਰੇ ਤੇ ਜਾਊਗਾ। ਨਾ ਕੀ ਤਕਲੀਫ ਹੈ ਨੀ ਤੈਨੂੰ? ਸਵੇਰੇ ਸਵੇਰੇ ਤੂੰ ਬੈਂਡ ਪਾਉਣ ਲੱਗ ਗਈ, ਇਸ ਘਰ ਦੇ ਕਦੇ ਸੁੱਖ ਵੀ ਮਨਾ ਲਿਆ ਕਰ। ਨਹੀਂ ਪੁੱਤ, ਮੇਰੇ ਕੋਲ ਨਾ ਇੱਕੋ ਇੱਕ ਮੇਰੀਆਂ ਵਾਲੀਆਂ, ਤੇਰੇ ਪਿਓ ਦੀ ਆਖਰੀ ਨਿਸ਼ਾਨੀ, ਪਤਾ ਨਹੀਂ ਕਿੱਥੇ ਗਈਆਂ। ਕਿੱਧਰ ਗਈਆਂ? ਸਰਾਣੇ ਚੈੱਕ ਕਰ ਆਪਣੇ, ਇੱਥੇ ਪਈਆਂ ਹੋਣਗੀਆਂ, ਹੋਰ ਕਿੱਧਰ ਗਈਆਂ? ਨਹੀਂ ਪੁੱਤ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਰਾਤ ਮੇਰੇ ਕੰਨਾਂ 'ਚ ਪਾਈਆਂ ਹੋਈਆਂ ਦੀ, ਮੈਨੂੰ ਤਾਂ ਨੀਂਦ ਵੀ ਇੰਨੀ ਗਹਿਰੀ ਆ ਗਈ, ਪਤਾ ਹੀ ਨਹੀਂ ਲੱਗਿਆ ਕਿਤੇ ਉਈ ਤਾਂ ਨਹੀਂ ਕੋਈ ਚੋਰ ਚੂਰ ਆ ਗਿਆ ਆਪਣੇ ਘਰੇ। ਚੋਰ ਚੂਰ ਆ ਗਿਆ? ਤੇਰੇ ਕਹਿਣ ਦਾ ਕੀ ਮਤਲਬ ਹੈ? ਵੇਖ, ਤੂੰ ਆਪਣੇ ਪੁੱਤ ਨੂੰ ਤਾਂ ਕਹਿ ਨਹੀਂ ਸਕਦੀ, ਤੇਰਾ ਸ਼ੱਕ ਮੇਰੇ ਤੇ ਆ, ਮਤਲਬ ਮੈਂ ਚੋਰ ਨਹੀਂ ਆ। ਨਹੀਂ ਪੁੱਤ, ਮੈਂ ਤੈਨੂੰ ਚੋਰ ਕਦੋਂ ਕਹਿਣੀ? ਇਹ ਤਾਂ ਨਹੀਂ ਮੈਂ ਤਾਂ ਇਹ ਕਹਿਣੀ ਆ ਵੀ ਕੋਈ ਕਿਤੇ ਆ ਤਾਂ ਨਹੀਂ ਹੋਰ ਆਪਣੇ ਘਰੇ। ਕੋਈ ਨਾ, ਆ ਜਾਣ ਦੇ ਇਹਨਾਂ ਨੂੰ, ਕਰਦੀ ਆ ਗੱਲ ਇਹਨਾਂ ਨਾਲ ਵੀ। ਚੰਗੇ ਤਾਂ ਤੈਨੂੰ ਮੈਂ ਦੁੱਧ ਬਣਾ ਕੇ ਦੇਵਾਂ, ਚੰਗੀਆਂ ਰੋਟੀਆਂ ਬਣਾ ਕੇ ਦੇਵਾਂ, ਤੇ ਤੂੰ ਮੇਰੇ ਤੇ ਤੋਮਤਾ ਲਾਵੇਂ, ਹੈ ਨਾ? ਨਹੀਂ ਪੁੱਤ, ਕਿਉਂ ਐਵੇਂ ਲੜਾਈ ਨੂੰ ਵਧਾਵਾ ਦਿੰਦੀ ਹੈ ਬਿਨਾਂ ਗੱਲੋਂ? ਮੈਂ ਤਾਂ ਨਹੀਂ ਆਖਿਆ ਤੈਨੂੰ ਵੀ ਤੂੰ ਚੋਰ ਹੈ। ਚੱਲ ਚੱਲ ਮੇਰੇ ਨਾਲ, ਕਰ ਤਲਾਸ਼ੀ ਮੇਰੇ ਕਮਰੇ ਦੀ, ਚੱਲ। ਲੈ ਹੈ ਦੇਖ ਲੈ ਪੁੱਤ, ਕੋਈ ਆਪਦੇ ਜਵਾਕਾਂ ਦੀ ਵੀ ਤਲਾਸ਼ੀ ਕਰਦਾ ਹੁੰਦਾ ਭਲਾ, ਕਿਉਂ ਐਵੇਂ ਗਾਹਾਂ ਵੱਧਦੀਆਂ ਕਮਲੀਏ? ਆਪਦੇ ਜਵਾਕਾਂ ਦੀ, ਜੇ ਤੂੰ ਆਪਦਾ ਸਮਝਦੀ ਹੁੰਦੀ ਨਾ, ਤੂੰ ਇਹੋ ਜਿਹਾ ਇਲਜ਼ਾਮ ਨਾ ਲਾਉਂਦੀ ਮੇਰੇ ਤੇ, ਮੈਨੂੰ ਚੋਰ ਨਹੀਂ ਬਣਾਤਾ ਤੂੰ। ਆ ਜਾਣ ਦੇ, ਕਰਦੀ ਮੈਂ ਇਹਨਾਂ ਨਾਲ ਵੀ ਗੱਲ। ਲਵਪ੍ਰੀਤ ਯਾਰ, ਲੈ ਰੋਟੀ ਲਿਆ ਫਟਾਫਟ, ਮੈਂ ਜਾਵਾਂ ਡਿਊਟੀ ਤੇ। ਰੋਟੀ ਤਾਂ ਮੈਂ ਬਣਾ ਦੂੰਗੀ, ਪਹਿਲਾਂ ਆਪਣੀ ਮਾਂ ਨੂੰ ਪੁੱਛੋ ਕੀ ਪਖੰਡ ਫੜਿਆ ਨੇ ਸਵੇਰ ਦਾ। ਓ ਯਾਰ, ਹੁਣ ਕੀ ਗੱਲ ਹੋ ਗਈ? ਸਵੇਰ ਦੀਆਂ ਦੀ ਬਾਲੀਆਂ ਚੋਰੀ ਹੋ ਗਈਆਂ, ਕਹਿੰਦੀ ਇਸ ਘਰ 'ਚ ਚੋਰੀ ਹੋਈਆਂ ਨੇ। ਦੇਖੋ ਜੀ, ਤੁਸੀਂ ਤੇ ਪੁੱਤੋਂ ਸਕੇ, ਤੁਹਾਡੇ ਤੇ ਤਾਂ ਸ਼ੱਕ ਜਾਂਦਾ ਨਹੀਂ, ਮੇਰੇ ਤੇ ਸ਼ੱਕ ਕਰਦੀ ਹੈ ਇਹ। ਨਹੀਂ ਪੁੱਤ, ਮੈਂ ਸ਼ੱਕ ਨਹੀਂ ਕਰਦੀ, ਮੈਂ ਤਾਂ ਇਹ ਪੁੱਛਿਆ ਹੀ ਆ ਵੀ ਰਾਤ ਤਾਂ ਮੇਰੇ ਕੰਨਾਂ 'ਚ ਪਾਈਆਂ ਹੋਈਆਂ ਤੇ ਬਾਲੀ ਸਵੇਰੇ ਹੈ ਨੀ। ਉਹ ਮਾਤਾ, ਤੂੰ ਨਾ ਹੁਣ ਮੈਨੂੰ ਲੱਗਦਾ ਬੁੱਢੀ ਹੋ ਗਈ, ਨਾਲੇ ਬੁੱਢੀ ਹੋਣ ਦੇ ਨਾਲ ਨਾਲ ਨਾ ਤੇਰਾ ਦਿਮਾਗ ਵੀ ਬੁੱਢਾ ਹੋ ਗਿਆ। ਉਹ ਜਾ ਦੇਖ ਲਾ, ਸਰਾਣੇ ਸੁਣ ਥੱਲੇ ਪਈਆਂ ਹੋਣੀਆਂ ਕਿਤੇ। ਨਹੀਂ ਪੁੱਤ, ਇੰਨੀ ਵੀ ਕਮਜ਼ੋਰ ਨਹੀਂ ਹੋਈ ਮੈਂ ਜਿੰਨੀ ਤੁਸੀਂ ਕਹਿੰਦੇ ਹੋ। ਇਹ ਹੁਣ ਕਾਹਨੂੰ ਮੰਨਦੀ ਆ ਜੀ, ਇਹਦੀ ਨਿਗਾਹ 'ਚ ਤਾਂ ਮੈਂ ਚੋਰ ਨਹੀਂ ਆ। ਜੇ ਤੈਨੂੰ ਲੱਗਦਾ ਨਾ ਵੀ ਮੈਂ ਚੋਰੀ ਕੀਤੀ ਆ, ਇਸ ਘਰ ਨੂੰ ਛੱਡ ਕੇ ਮੈਂ ਹੀ ਕਿਸੇ ਪਾਸੇ ਚਲੀ ਜਾਂਦੀ ਆ, ਤੂੰ ਹੋ ਜੀ ਲੰਮੀ ਚੌੜੀ। ਨਹੀਂ ਪੁੱਤ, ਤੇਰੇ ਮੁਰੇ ਹੱਥ ਬੰਨੇ ਘਰ ਛੱਡ ਕੇ ਨਾ ਜਾਈ ਮੇਰੀ ਧੀ। ਉਹ ਮਾਤਾ, ਉਹ ਤੂੰ ਕਿਉਂ ਮੇਰਾ ਘਰ ਪੱਟਣਾ? ਉਹ ਸਾਨੂੰ ਬੱਸਦਿਆਂ ਦੇਖ ਕੇ ਤੂੰ ਖੁਸ਼ ਨਹੀਂ ਨਾ ਹੈਗੀ?
ਦੇਖ ਲੋ ਜੀ, ਅੱਜ ਤਾਂ ਬਾਲੀਆਂ ਸਿਰ ਲਾਈਆਂ ਨੇ ਮੇਰੇ, ਕੱਲ ਨੂੰ ਕੋਈ ਹੋਰ ਵੀ ਮੇਰੇ ਸਿਰ ਲਾਊਗੀ ਚੋਰੀ ਇਹ। ਨਹੀਂ ਪੁੱਤ, ਕਿਉਂ ਮੇਰੇ ਪੁੱਤ ਦੇ ਸਾਹਮਣੇ ਜਲੀਲ ਕਰਦੀ ਹੈ ਮੈਨੂੰ? ਜਲੀਲ ਤਾਂ ਤੂੰ ਕਰਦੀ ਆ ਸਾਨੂੰ, ਕਿਸੇ ਜੋਗਾ ਛੱਡੇਂਗੀ ਵੀ ਸਾਨੂੰ ਤੂੰ? ਉਹ ਜਾ ਯਾਰ, ਤੂੰ ਵੀ ਐਂ ਕਰ, ਜਾ ਕੇ ਰੋਟੀ ਬਣਾ ਫਟਾਫਟ, ਮੈਂ ਕੰਮ ਤੇ ਜਾਵਾਂ। ਉਹ ਨਾਲੇ ਬੁੱਢੜੀ ਹੈ ਤੂੰ, ਉਹ ਜਾ ਕੇ ਉੱਥੇ ਦੇਖ ਲੈ ਤੇਰੀ ਕੋਠੜੀ 'ਚ ਕਿਧਰੇ ਪੰਜਾਂ ਆਉਣੀਆਂ ਵਾਲੀਆਂ। ਜਾ ਵਗ ਜਾ ਹੁਣ। ਇਹ ਹਲੇ ਤੱਕ ਆਈ ਨਹੀਂ ਹੈਗੀ, ਚੱਲ ਇਹਨਾਂ ਦੇ ਆਇਆਂ ਤੇ ਬਣਾਉਂਗੀ ਰੋਟੀ। ਕੀ ਗੱਲ ਜੀ, ਬੜੇ ਪਰੇਸ਼ਾਨ ਜੇ ਲੱਗ ਰਹੇ ਹੋ। ਓਏ ਹੋਮਾ ਨਾ ਪਰੇਸ਼ਾਨ, ਅੱਜ ਆਪਣੇ ਵਾਲੇ ਮਾਸਟਰ ਨੇ ਦੋ ਬੰਦਿਆਂ 'ਚ ਮੇਰੀ ਬੇਇੱਜ਼ਤੀ ਕਰਕੇ ਰੱਖਤੀ। ਕਿਉਂ ਐਂ ਕਾਹਤੋਂ ਕਰਤੀ ਉਹਨੇ ਬੇਇੱਜ਼ਤੀ? ਫਿਰ ਤੁਹਾਡੇ ਤੋਂ ਕੁਝ ਸਰਿਆ ਨਾ? ਮੇਰੀ ਉਹ ਗਲਤੀ ਆ, ਮੈਂ ਜਿਹੜਾ ਲਵੇ ਗਿਆ। ਫਿਰ ਤੁਸੀਂ ਕੀ ਕਰਨ ਗਏ ਸੀ ਉਹਦੇ ਕੋਲੇ? ਓਏ ਭਰਾ ਆ, ਮਹਾ ਭਰਾ ਦੇ ਭਰਾ ਹੀ ਕੰਮ ਆਉਂਦਾ ਨਾ। ਉਹਨੇ ਕਦੇ ਸਮਝਿਆ ਵੀ ਮੇਰਾ ਵੱਡਾ ਭਰਾ ਗਾ? ਐਵੇਂ ਵਗ ਜਾਂਦੇ ਉਹਦੇ ਕੋਲੇ, ਨਾਲੇ ਗੱਲਾਂ ਸੁਣਦੇ ਹੋ ਫਿਰ। ਓਏ ਕਿਹੜੀਆਂ ਗੱਲਾਂ ਸੁਣਨ ਗਿਆ, ਆ ਖੂੰਜੇ 'ਚ ਪਲਾਟ ਦਾ ਨਹੀਂ ਹੈਗਾ, ਉੱਥੇ ਖੜਿਆ ਸੀ ਡੀਲਰ ਕੋਲ। ਮਹਾ ਲਵੇ ਜਾ ਕੇ ਦੇਖਦਾ ਕੀ ਗੱਲ ਹੋ ਰਹੀ ਆ, ਮੈਨੂੰ ਦੇਖ ਕੇ ਤਾਂ ਚੁੱਪੇ ਕਰ ਗਏ। ਫਿਰ ਤੁਹਾਨੂੰ ਕੀ ਲੋੜ ਪਈ ਸੀ? ਉਹ ਯਾਰ ਹੱਦ ਹੋ ਗਈ, ਛੋਟਾ ਭਾਈ ਆ ਮੇਰਾ, ਮੈਂ ਕਿਹਾ ਸੋਚਿਆ ਪਲਾਟ ਫੂਟ ਲੈਣਾ ਹੋਣਾ, ਮੈਂ ਤਾਂ ਪੈਸੇ ਪੁੱਛ ਬੈਠਾ ਜੇ ਦਾਦੀ ਲੋੜ ਆ, ਮੈਨੂੰ ਤਾਂ ਦੱਬੇ ਪੈਰੀ ਪੈ ਗਿਆ, ਕਹਿੰਦਾ ਮੈਂ ਨੰਗ ਆ ਤੇਰੇ ਮੂਹਰੇ ਹੱਥ ਕੱਢੂ। ਮੈਨੂੰ ਤਾਂ ਐਂ ਲੱਗਦਾ ਜੀ ਉਹ ਗੱਡੀ ਲੈਣ ਦੀ ਸਕੀਮ 'ਚ ਨੇ। ਆ ਲੈ ਲੈਣਗੇ ਬਾਈ, ਤਕੜੇ ਬੰਦੇ ਨੇ, ਕੀ ਪਤਾ ਜ਼ਮੀਨ ਚੱਕਤੀ ਹੋਵੇ, ਮਾਸਟਰ ਦੇ ਘਰ ਵਾਲੀ ਤੇਜ਼ ਬਹੁਤ ਆ। ਚੱਲ ਛੱਡੋ ਜੀ, ਪਰ ਆਪਾਂ ਕੀ ਲੈਣਾ, ਜਿਹਦੀਆਂ ਅੱਖਾਂ ਦੁਖਣਗੀਆਂ ਆਪੇ ਪੱਟੀਆਂ ਬੰਨੂ। ਆ ਮੈਂ ਤੁਹਾਡੇ ਵਾਸਤੇ ਰੋਟੀ ਬਣਾਉਣੀ ਆ। ਹੈਲੋ, ਸਤਿ ਸ਼੍ਰੀ ਅਕਾਲ ਮੰਮੀ। ਸਤਿ ਸ਼੍ਰੀ ਅਕਾਲ ਪੁੱਤ। ਹੋਰ ਠੀਕ ਹੋ ਵੀਰੇ ਹੋਰੀ? ਠੀਕ ਨੇ? ਹਾਂ ਠੀਕ ਆ ਪੁੱਤ, ਤੂੰ ਦੱਸ? ਵਧੀਆ, ਹੋਰ ਸੁਣਾਓ ਵੀਰੇ ਹੋਰੀ ਠੀਕ ਨੇ ਸਾਰੇ? ਹਾਂ ਠੀਕ ਆ ਪੁੱਤ, ਤੂੰ ਦੱਸ? ਮੰਮੀ ਮੈਂ ਨਾ ਐਵੇਂ ਕਹਿੰਦੀ ਸੀਗੀ, ਉਹ ਤੁਹਾਨੂੰ ਪਤਾ ਤਾਂ ਹੈਗਾ ਅਸੀਂ ਗੱਡੀ ਲੈਣੀ ਆ, ਥੋੜੇ ਜਿਹੇ ਪੈਸਿਆਂ ਦੀ ਲੋੜ ਸੀ। ਅੱਛਾ, ਮੈਂ ਵੀ ਕਹਾ ਅੱਜ ਕਿਵੇਂ ਫੋਨ ਲਾ ਲਿਆ, ਲੋੜ ਬਾਰੀ ਨੂੰ ਫੋਨ ਲਾਉਂਦੀ ਆ ਪੁੱਤ, ਤੂੰ ਤਾਂ ਜਮਾ ਨਹੀਂ ਲਾਉਂਦੀ ਤੂੰ, ਨਾਲੇ ਗੱਡੀ ਦੀ ਗੱਲ ਤੇ ਸਾਰਾ ਕੁਝ ਤਾਂ ਕੁੜਾ ਤੈਨੂੰ ਦੇ ਕੇ ਤੋਰਿਆ ਸੀ, ਐਡੀ ਛੇਤੀ ਗੱਡੀਆਂ ਗੁੱਡੀਆਂ ਨੂੰ ਕੀ ਹੋ ਗਿਆ ਸੀ? ਮੰਮੀ ਮੈਨੂੰ ਨਹੀਂ ਪਤਾ, ਤੁਸੀਂ ਦੱਸੋ ਪੈਸੇ ਹੈਗੇ ਨੇ ਕਿ ਨਾ, ਗੱਡੀ ਲੈਣੀ ਆ। ਪੁੱਤ ਪੈਸੇ ਕਿੱਥੇ ਨੇ, ਹੱਥ ਟੈਟ ਹੈਗਾ, ਤੈਨੂੰ ਪਤਾ ਤੇਰੇ ਵਿਆਹ ਤੇ ਕਿੰਨਾ ਪੈਸਾ ਲੱਗਿਆ? ਮੰਮੀ ਮੈਨੂੰ ਪਤਾ ਹੀ ਆ ਤੁਹਾਡਾ ਕਿੰਨਾ ਕੁ ਹੱਥ ਟੈਟ ਹੈ, ਨਾਲੇ ਮੈਂ ਨਾ ਵਿਆਜ ਤੇ ਪੈਸੇ ਨਹੀਂ ਮੰਗਦੀ ਹੈਗੀ। ਕੋਈ ਚੀਜ਼ ਗਹਿਣੇ ਰੱਖੋ ਤੁਹਾਡੇ ਲਈ। ਅੱਛਾ, ਕੀ ਹੈ ਤੇਰੇ ਕੋਲ ਗਹਿਣੇ ਰੱਖਣ ਨੂੰ, ਕੀ ਰੱਖੇਂਗੀ? ਪਤਾ ਕੀ ਸੀ, ਮੈਂ ਨਾ ਰਾਤ ਸਾਡੀ ਬੁੜੀ ਦੇ ਦੁੱਧ 'ਚ ਨੀਂਦ ਵਾਲੀਆਂ ਗੋਲੀਆਂ ਪਾ ਦੀਆਂ, ਜਦੋਂ ਉਹ ਬੇਹੋਸ਼ ਹੋ ਗਈ ਮੈਂ ਉਹਦੇ ਵਾਲੀਆਂ ਵਾਲੀਆਂ ਲਾ ਲਈਆਂ। ਅੱਛਾ, ਉਹ ਤੇਰੇ ਕੋਲੇ ਨੇ? ਹਾਂ ਮੰਮੀ, ਬਸ ਮੈਂ ਕਰੂੰਗੀ, ਕੱਲ ਨੂੰ ਆ ਜੂਗੀ ਵਾਲੀਆਂ ਸੌਂਦੇ ਜੂ, ਤੁਸੀਂ ਮੈਨੂੰ ਪੈਸੇ ਦੇ ਦਿਓ। ਚੱਲ ਕੋਈ ਨਾ, ਪੈਸਿਆਂ ਦਾ ਫਿਰ ਮੈਂ ਕਰਦੀ ਹਾਂ ਕੋਈ ਇੰਤਜ਼ਾਮ, ਤੂੰ ਐਂ ਕਰੀ ਭੁੱਲ ਨਾ ਜਾਈ, ਯਾਦ ਕਰਕੇ ਚੱਕ ਲਈ ਵਾਲੀਆਂ। ਆਹੋ ਮੰਮੀ, ਵਾਲੀਆਂ ਲੈ ਕੇ ਆਉਂਗੀ, ਤੂੰ ਵੀ ਵਾਲੀ ਭੁੱਖੀ ਆ। ਚੰਗਾ। ਕੀ ਗੱਲ ਹੋ ਗਈ ਲਵਪ੍ਰੀਤ, ਤੂੰ ਅੱਜ ਅੰਦਰੇ ਬੈਠੀ ਆ, ਘਰ ਦਾ ਸਾਰਾ ਕੰਮ ਪਿਆ, ਨਾਲੇ ਯਾਰ ਉਦਾਸ ਹੈ। ਮੇਰਾ ਨਾ ਜੀ ਮੂਡ ਬਹੁਤ ਅਪਸੈਟ ਅੱਜ। ਕਿਉਂ, ਕੀ ਗੱਲ ਹੋ ਗਈ? ਓ ਯਾਰ, ਮੈਨੂੰ ਲੱਗਦਾ ਤੂੰ ਮੰਮੀ ਵਾਲੀ ਗੱਲਾਂ ਨਾ ਹਜੇ ਵੀ ਦਿਲ ਤੇ ਲਾਈ ਬੈਠੀ ਆ। ਨਹੀਂ ਯਾਰ, ਇਹ ਜੀ ਤਾਂ ਕੋਈ ਗੱਲ ਨਹੀਂ, ਮੈਨੂੰ ਨਾ ਆਪਣੀ ਮੰਮੀ ਦੀ ਯਾਦ ਬਹੁਤ ਆਉਂਦੀ ਸੀ, ਜੀ ਕਰਦਾ ਸੀ ਪਿੰਡ ਜਾ ਕੇ ਮਿਲਿਆ ਵਾਂ। ਲੈ ਯਾਰ, ਇਹ ਵੀ ਕੋਈ ਗੱਲ ਆ,
ਆਪਾਂ ਜਾ ਆਉਂਦੇ ਹਾਂ। ਕਦੋਂ? ਕਦੋਂ ਕੀ, ਤੂੰ ਆਪਾਂ ਐਂ ਕਰਦੇ ਹਾਂ ਕੱਲ੍ਹ ਨੂੰ ਸਕੂਲ ਦੀ ਛੁੱਟੀ ਲੈ ਲਓ, ਤੁਸੀਂ ਵੀ ਲੈ ਲਓ, ਮੈਂ ਵੀ ਲੈ ਲੈਣਾ, ਆਪਾਂ ਕੱਲ੍ਹ ਚੱਲਦੇ ਹਾਂ। ਠੀਕ ਹੈ, ਪੱਕਾ? ਹਾਂ ਪੱਕਾ, 100%। ਥੈਂਕ ਯੂ। ਹੋਰ ਵੀ ਚਲੋ, ਮੈਂ ਵੀ ਫਿਰ ਤਿਆਰੀ ਵਿਆਰੀ ਕਰਦੀ ਹਾਂ, ਕੋਈ ਸਵੇਰੇ ਚੱਲਦੇ ਹਾਂ। ਤਿਆਰੀ ਨੂੰ ਦੱਸ, ਉੱਤੇ ਆਪਾਂ ਨੇ ਮਹੀਨਾ ਲਾ ਕੇ ਆਉਣਾ, ਉਹ ਸਵੇਰੇ ਜਾਵਾਂਗੇ, ਸ਼ਾਮ ਨੂੰ ਮੁੜੇ ਆਵਾਂਗੇ ਯਾਰ। ਕੁੜੀਆਂ ਦੀਆਂ 100 ਤਿਆਰੀ ਹੁੰਦੀਆਂ ਨੇ ਜੀ। ਉਹ ਚਲੋ ਠੀਕ ਆ ਜੀ, ਤੁਸੀਂ ਕਰ ਲਓ ਤਿਆਰੀ, ਠੀਕ ਹੈ? ਨਾਲੇ ਮੈਂ ਬੜਾ ਦੋਸਤਾਂ ਕੋਲ ਜਾਇਆ ਵਾਂ, ਤੁਸੀਂ ਵੀ ਨਾਲੇ ਆ ਕੰਮ ਕਾਰ ਨਿਬੇੜ ਦਿਓ ਸਾਰਾ। ਹੁਣ ਬਣੀ ਨਾ ਗੱਲ। ਚਲੋ ਜੀ, ਫਟਾਫਟ ਜਿੰਦਾ ਲਾਓ, ਬਹੁਤ ਲੇਟ ਹੋ ਗਿਆ। ਦੇਖਿਓ ਮੰਮੀ ਕਿੰਨੀ ਖੁਸ਼ ਹੋ ਗਈ ਆਪਾਂ ਨੂੰ ਵੇਖ ਕੇ। ਮੈਂ ਤੈਨੂੰ ਕਿਹਾ ਸੀ ਵੀ ਜਲਦੀ ਜਲਦੀ ਤਿਆਰ ਹੋ ਜਾ, ਛੇਤੀ ਚੱਲਦੇ ਆ। ਲੈ ਮੈਂ ਕਿਹੜਾ ਟਾਈਮ ਲਾਇਆ। ਪੁੱਤ ਤੁਸੀਂ ਕਿੱਧਰ ਚੱਲੇ? ਆ ਨਾ ਕਾਲੀ ਜ਼ਬਾਨ ਆਪਦੀ ਬੰਦ ਵੀ ਕਰ ਲਿਆ ਕਰ ਕਿਸੇ ਵੇਲੇ ਤੋਂ। ਹਰ ਵਾਰੀ ਤੈਨੂੰ ਪੁੱਛ ਕੇ ਜਾਣਾ ਪਿਆ ਕਰੂਗਾ। ਹੈ, ਤੇਰੀ ਆਗਿਆ ਲਿਆ ਕਰਾਂਗੇ, ਹੈ ਨਾ? ਜੇ ਤੂੰ ਕਿਹਾ ਕਰੇਂਗੀ ਤਾਂ ਵਗ ਜਾਇਆ ਕਰਾਂਗੇ, ਨਹੀਂ ਅਸੀਂ ਟਾਲ ਕਰ ਦਿਆ ਕਰਾਂਗੇ। ਨਹੀਂ ਪੁੱਤ, ਮੈਂ ਤਾਂ ਇਹ ਕਹਿੰਦੀ ਸੀ ਵੀ ਮੇਰੇ ਤੋਂ ਰੋਟੀ ਹੱਥ ਲਾ ਜਾਂਦੀ। ਓਹੋ ਮਾਤਾ, ਹੋਰ ਨਾ ਤੈਨੂੰ ਕਿਤੇ ਪਰੌਂਠੇ ਖਵਾ ਦਈਏ ਹੁਣ। ਮੇਰੀ ਗੱਲ ਸੁਣ, ਬਾਹਲੇ ਡਰਾਮੇ ਜੇ ਕਰਨ ਦੀ ਲੋੜ ਨੀ, ਤੂੰ ਦੋ ਰੋਟੀਆਂ ਦੀ ਮੁਹਤਾਜ ਹੈ, ਵੱਡੇ ਕੋਲੇ ਖਾਈ, ਵੱਡੀ ਨੂੰ ਖਵਾ ਦੂ ਤੇਰੀ। ਲੈ, ਉਹ ਕਿਉਂ ਦੇਣਗੇ ਰੋਟੀ ਮੈਨੂੰ, ਬਾਰੀ ਤਾਂ ਤੁਹਾਡੀ ਹੈ। ਬਾਰੀ ਸਾਡੀ ਹੈ ਨਾ, ਐਂ ਕਰੀ ਡੱਬਾ ਚੈੱਕ ਕਰ ਲਈ, ਰਾਤ ਵਾਲੀ ਰੋਟੀ ਬੱਚੀ ਪਈ ਹੋਣੀ, ਉਹ ਗਰਮ ਕਰਕੇ ਖਾ ਲਈ। ਚੰਗਾ ਪੁੱਤ। ਠੀਕ ਹੈ, ਤੇ ਨਾਲੇ ਅਸੀਂ ਨਾ ਜਿੰਦੇ ਕੁੰਡੇ ਲਾ ਕੇ ਚੱਲੇ ਹਾਂ, ਮਗਰੋਂ ਹੱਥਾਂ ਰੋਲੀਆਂ ਨਾ ਮਾਰੀ ਜਾਈ। ਮੈਂ ਕਾਹਦੀਆਂ ਹੱਥ ਰੋਲੀਆਂ ਮਾਰਨੀਆਂ ਨੇ ਪੁੱਤ। ਕੋਈ ਨਾ ਪੁੱਤ, ਜਿਵੇਂ ਤੁਸੀਂ ਆਖੋ। ਉਹ ਚਾਲੇ ਲਾਪਰੀ ਚੱਲੀ, ਹੁਣ ਪਹਿਲਾਂ ਹੀ ਲੇਟ ਹੋ ਜਾਂਦੇ ਆਪਾਂ। ਮਾੜੇ ਕਰਮ ਵਾਲੀ, ਜਿੱਥੇ ਕਿਤੇ ਜਾਣਾ ਹੋਵੇ ਮੂਡ ਖਰਾਬ ਕਰਕੇ ਰੱਖ ਦਿੰਦੀ ਆ, ਰੋਂਦੂ ਜੀ ਨਾ ਹੋਵੇ ਤਾਂ। ਚਲੋ ਜੀ। ਕਿੱਧਰ ਆਉਂਦੀ ਆ, ਇਹ ਤਾਂ ਉਹਨਾਂ ਕੰਨੀ ਮਹੀਨਾ ਪੂਰਾ ਹੋ ਵੀ ਗਿਆ। ਆਏ ਬੁੜੀਏ, ਕਿੱਧਰ ਮੂੰਹ ਚੱਕਿਆ ਤੇਰਾ, ਉਹਨਾਂ ਕੰਨੀ ਮਹੀਨਾ ਪੂਰਾ ਹੋ ਵੀ ਗਿਆ। ਪੁੱਤ ਮੈਂ ਤਾਂ ਕੀ, ਪਰ ਸਾਡੇ ਘਰੇ ਕੀ ਲੈਣ ਆਈ ਆ? ਮੈਨੂੰ ਰੋਟੀਆਂ ਦੇ ਦੇ ਦੋ, ਮੈਂ ਤਾਂ ਰੋਟੀ ਖਾਣ ਆਈ ਆ। ਨਾ, ਰੋਟੀ ਨੂੰ ਇੱਥੇ ਕੰਮ ਕਰਕੇ ਗਈ ਸੀ, ਜਿੱਥੇ ਕੰਮ ਕਰਦੀਆਂ ਨਾ ਰੋਟੀਆਂ ਵੀ ਉੱਥੇ ਹੀ ਖਾ। ਪੁੱਤ ਉਹ ਅੱਜ ਪਾਸੇ ਗਏ ਨੇ, ਉਹ ਮੈਨੂੰ ਕਹਿੰਦੀ ਵੱਡੇ ਕਨੀ ਖਾ ਲਈ ਅੱਜ। ਕਿਉਂ ਵੱਡੇ ਕਨੀ, ਉਹ ਆਟਾ ਸਿੱਟ ਕੇ ਗਈ ਸੀ, ਲਾ ਗਈ ਮਹਾਰਾਣੀ ਹੁਕਮ, ਵੱਡੇ ਕਨੀ ਖਾ ਲਈ। ਕੁੜੇ ਐਂ ਕਿਉਂ ਕਰਦੀ ਹੈ, ਜੇ ਦੋ ਰੋਟੀਆਂ ਦੇ ਦੇਗੀ ਫੇਰ ਕੀ ਹੋਜੂ? ਕਿਉਂ ਨੀ ਹੋਜੂਗਾ, ਉਹਨੂੰ ਦੀਦਾ ਨੀ ਸੀ ਮਹਾਰਾਣੀ ਨੂੰ, ਹੁਕਮ ਲਾ ਗਈ, ਜਿੱਥੇ ਗਈ ਹੈ ਤੇਰਾ ਤਾਂ ਮੱਥਾ ਡੰਮ ਕੇ ਜਾਂਦੀ। ਚੰਗਾ ਭਾਈ, ਮਰਜ਼ੀ ਹੈ ਤੇਰੀ, ਮੈਂ ਤਾਂ ਪਾਣੀ ਪੀ ਕੇ ਦਿਨ ਕੱਟ ਲੂੰਗੀ। ਡੇਡਰੇ ਜੇ ਨਾ ਲਾ, ਜਾ ਜਾ ਇੱਥੋਂ। ਲੱਗ ਜੂਗੀ ਡੇਡਰੇ ਜੇ ਲਾਉਣ, ਵੱਡੇ ਕਨੀ ਵਗ ਜੀ ਆ ਕੇ। ਤਾਂ ਵੱਡੇ ਬਣੀ ਤੁਸੀਂ ਕਣਕ ਸਿੱਟ ਕੇ ਗਈ ਹੋ ਨਾ ਰੋਟੀਆਂ ਨੂੰ। ਮਾਂ ਗੱਲ ਸੁਣ ਮੇਰੀ,
ਤੈਨੂੰ ਸੱਚੋ ਸੱਚ ਦੱਸਾਂ, ਨੀ ਮੈਂ ਅੰਦਰੋਂ ਤਾਂ ਰੋਵਾਂ ਬਸ ਉਤੋਂ ਉਤੋਂ ਹੱਸਾਂ, ਨੀ ਮੈਂ ਅੰਦਰੋਂ ਤਾਂ ਰੋਵਾਂ ਬਸ ਉਤੋਂ ਉਤੋਂ ਹੱਸਾਂ। ਮੈਂ ਸਹੁਰਿਆਂ ਦੇ ਬਾਰੇ ਪਹਿਲਾਂ, ਸਹੁਰਿਆਂ ਦੇ ਬਾਰੇ ਪਹਿਲਾਂ ਭੇਤ ਤਾਂ ਨਹੀਂ ਦਿੱਤਾ, ਮੈਨੂੰ ਵਿਆਹਿਆ ਤੁਸੀਂ ਨੇ ਕਿਤੇ ਵੇਚ ਤਾਂ ਨਹੀਂ ਦਿੱਤਾ, ਮੈਨੂੰ ਵਿਆਹਿਆ ਤੁਸੀਂ ਨੇ ਕਿਤੇ ਵੇਚ ਤਾਂ ਨਹੀਂ ਦਿੱਤਾ। ਰਾਣੀ ਭੈਣ, ਕੀ ਗੱਲ ਹੋਈ, ਆ ਕੀ ਹਾਲ ਬਣਾ ਰੱਖਿਆ, ਰੋਂਦੀ ਕਿਉਂ ਆ? ਤੈਨੂੰ ਪਤਾ ਹੀ ਆ ਭੈਣੇ, ਠੋਕਰਾਂ ਖਾਂਦੀ ਫਿਰਦੀ ਆ। ਹੋਇਆ ਕੀ? ਕੀ ਦੱਸਾਂ, ਉਹ ਛੋਟੀ ਗਈ ਆ ਮੁੰਡੇ ਨੂੰ ਲੈ ਕੇ ਕਿਸੇ ਪਾਸੇ, ਕਿਹਾ ਵੀ ਤੂੰ ਰੋਟੀਆਂ ਲਾ ਜਾ, ਲਾ ਕੇ ਨਹੀਂ ਗਈ। ਕੋਈ ਨਾ, ਤੂੰ ਮਨ ਨਾ ਹੌਲਾ ਕਰ, ਦੇਖ ਲੈ। ਕਦੀ ਸੋਚਿਆ ਵੀ ਨਹੀਂ ਸੀ ਵੀ ਜਿਨ੍ਹਾਂ ਪੁੱਤਾਂ ਨੂੰ ਆਪਾਂ ਜੰਮਿਆ, ਪੜ੍ਹਾਇਆ, ਲਿਖਾਇਆ, ਵਿਆਹਿਆ, ਇੰਨੇ ਚਾਲਾੜ ਇਹਨਾਂ ਦੇ ਕੀਤੇ, ਲੋਹੜੀਆਂ ਦਿਵਾਲੀਆਂ ਮਨਾਈਆਂ, ਉਹਨਾਂ ਨੇ ਆਪਣਾ ਇਹ ਹਾਲ ਕਰ ਦੇਣਾ, ਕਦੀ ਨਹੀਂ ਸੀ ਸੋਚਿਆ। ਬਾਪੀ ਪੇਟ ਦਾ ਮਸਲਾ ਭੈਣੇ, ਨਹੀਂ ਕਾਹਨੂੰ ਰੋਂਦੀ? ਕੋਈ ਨਹੀਂ, ਤੂੰ ਮਨ ਨਾ ਹੌਲਾ ਕਰ, ਚੱਲ ਮੇਰੇ ਨਾਲ ਮੇਰੇ ਘਰ, ਮੈਂ ਤੈਨੂੰ ਰੋਟੀ ਖਵਾਉਣੀ ਹੈ, ਮੇਰੇ ਘਰ ਰੋਟੀ ਖਾ ਲੈ, ਆ ਜਾ। ਨਹੀਂ ਭੈਣੇ, ਤੇਰਾ ਤਾਂ ਆਪ ਮੇਰੇ ਵਾਲਾ ਹਾਲ, ਤੇਰੀਆਂ ਨੂੰਹਾਂ ਲੜਨਗੀਆਂ ਤੇਰੇ ਨਾਲ। ਚੱਲ ਕੋਈ ਨਾ, ਮੈਂ ਪਾਣੀ ਪੀ ਕੇ ਸਾਰ ਲੂੰਗੀ। ਨਾ ਨਾ ਭੈਣੇ, ਕੋਈ ਨਹੀਂ, ਲੜਦੀਆਂ ਲੜੀ ਜਾਣ, ਤੂੰ ਆ ਮੇਰੇ ਘਰ ਨੂੰ, ਮੈਂ ਤੈਨੂੰ ਰੋਟੀ ਦਿੰਦੀ ਹਾਂ। ਮੇਰੇ ਤਾਂ ਰੋਜ਼ ਦੇ ਹੀ ਆ ਹਾਲ ਹੈ। ਕੋਈ ਨਹੀਂ ਰਾਣੀ ਭੈਣ, ਤੂੰ ਚੱਲ ਮੇਰੇ ਨਾਲ, ਹੋਈ ਜਾ ਵਿਕਲੇ, ਆ ਜਾ, ਆ ਜਾ ਮੇਰੀ ਭੈਣ, ਐਵੇਂ ਨਾ ਮਨ ਹੌਲਾ ਕਰ। ਕਦੇ ਸੋਚਿਆ ਵੀ ਨਹੀਂ ਸੀ ਕੁਲਦੀਪ ਵੀ ਆਹ ਦਿਨ ਵੀ ਮੇਰੇ 'ਤੇ ਆਉਣਗੇ। ਦਿਨ ਤਾਂ ਮੇਰੇ 'ਤੇ ਵੀ ਆਹੀ ਨੇ, ਕੀ ਕਰੀਏ। ਚੱਲ ਕੋਈ ਨਹੀਂ, ਆ ਜਾ ਤੂੰ ਘਰ ਨੂੰ। ਸਾਲ ਹੋ ਗਏ ਬਥੇਰੇ, ਕੋਈ ਮਿਲਣ ਨਾ ਆਵੇ, ਨੀ ਮੈਂ ਸਭ ਨੂੰ ਬੁਲਾਵਾਂ ਮੈਨੂੰ ਕੋਈ ਨਾ ਬੁਲਾਵੇ, ਨੀ ਮੈਂ ਸਭ ਨੂੰ ਬੁਲਾਵਾਂ ਮੈਨੂੰ ਕੋਈ ਨਾ ਬੁਲਾਵੇ। ਮੇਰੀ ਕਿਸਮਤ ਤੰਗ, ਕਿਸਮਤ ਤੰਗ, ਤੁਸੀਂ ਮੇਚ ਤਾਂ ਨਹੀਂ ਦਿੱਤਾ, ਮੈਨੂੰ ਵਿਆਹਿਆ ਤੁਸੀਂ ਨੇ ਕਿਤੇ ਵੇਚ ਤਾਂ ਨਹੀਂ ਦਿੱਤਾ, ਮਾਏ ਵਿਆਹਿਆ ਤੁਸੀਂ ਨੇ ਕਿਤੇ ਵੇਚ ਤਾਂ ਨਹੀਂ ਦਿੱਤਾ। ਬਾਲੀਆਂ ਦੇਖ ਲੈ ਹੁਣ। ਨਹੀਂ ਲਿਆ, ਦੇਖਾਂ ਤੇਰੀ ਸੱਸ ਦੀਆਂ ਬਾਲੀਆਂ ਕਿੰਨੀਆਂ ਆਈਆਂ ਨੇ। ਮੈਨੂੰ ਤਾਂ ਪਰੀ ਤਾਂ ਖਾਸੀਆਂ ਭਾਰੀ ਲਾ ਦੇਣੇ, ਹੈਗੀਆਂ ਨੇ ਨੀ ਤੋਲੇ ਦੀਆਂ ਤਾਂ ਨਾ? ਸਵਾ ਤੋਲੇ ਦੀਆਂ ਆ। ਚਲ ਕੋਈ ਨਾ, ਪਸੰਦ ਨੇ? ਆਹੋ ਪਸੰਦ ਨੇ, ਤੇ ਲੈ ਮੈਂ ਤੈਨੂੰ ਪੈਸੇ ਫੜਾ ਦਿਆਂ, ਫਿਰ ਤੂੰ ਆਪਦੇ ਸਾਂਭ ਲਾ। ਮੰਮੀ ਵੈਸੇ ਇੱਕ ਗੱਲ ਤਾਂ ਹੈਗੀ ਹੈ, ਲਾਲਚੀ ਬਹੁਤ ਹੈ ਤੂੰ। ਤੂੰ ਮੇਰੇ ਨਾਲ ਘੱਟ ਹੈ, ਤੂੰ ਮੇਰੇ ਨਾਲ ਚਾਰ ਚੰਦ ਉੱਤੇ ਦੀ ਹੈ। ਚੱਲ ਚੰਗਾ ਫਿਰ ਮੇਰੀ ਮਾਇਆ। ਮਾਇਆ ਮੈਂ ਦਿੰਨੀ ਆ ਲਿਆ ਕੇ ਤੈਨੂੰ। ਮੇਰੀ ਗੱਲ ਸੁਣੋ ਸੱਚ, ਉਹਨਾਂ ਨੂੰ ਫੜਾ ਦਿਓ, ਬਾਹਰ ਬੈਠੇ ਨੇ ਉਹ, ਨਾਲੇ ਮੈਂ ਨਹੀਂ ਫੜਦੀ ਫੁੜਦੀ ਪੈਸੇ। ਚੱਲ
ਤੂੰ ਐਂ ਕਰੀ, ਪੈਸੇ ਮੈਂ ਤੈਨੂੰ ਫੜਾਉਂਦੀ, ਤੂੰ ਸਾਂਭ ਲੈ, ਤੂੰ ਫੜਾ ਦੀ, ਮੈਂ ਬਣਾਉਂਦੀ ਹਾਂ ਚਾਹ ਪਾਣੀ। ਪ੍ਰਾਹੁਣਾ ਆਖੂਗਾ ਮਾਮਾ ਧੀ ਅੰਦਰ ਵੜ ਗਿਆ, ਮੈਨੂੰ ਤਾਂ ਚਾਹ ਪਾਣੀ ਨਹੀਂ ਪੁੱਛਿਆ। ਯਾਦ ਕਰਕੇ ਵੈਸੇ ਫੜਾ ਦੀ ਜਾਂਦਾ, ਇਹਨੂੰ ਕਿਤੇ ਭੁੱਲ ਜੇ। ਫੜਾ ਦੂ ਪੁੱਤ, ਨਹੀਂ ਭੁੱਲਦੀ। ਚੰਗਾ ਮੈਂ, ਹਾਂ ਮੈਂ ਸਾਂਭ ਲਿਆ। ਫਿਰ ਆਏ ਨਾ, ਆਏ ਗਏ ਦਾ ਘਰ ਹੈ, ਕੀ ਪਤਾ ਹੁੰਦਾ ਆਂਢੀ ਗੁਆਂਢੀ ਆ ਜਾਵੇ। ਸਿਰ ਬਹੁਤ ਦੁਖ ਰਿਹਾ। ਚੱਲ ਐ ਕਰੋ, ਪੈ ਜਾਓ, ਲਿਆਓ ਮੈਂ ਘੁੱਟ ਦਿੰਦੀ ਹਾਂ, ਠੀਕ ਹੋ ਜਾਊਗੀ। ਫਿਰ ਉਹੀ ਗੱਲਾਂ, ਐ ਕਰਦਾ ਮੈਂ ਡਾਕਟਰ ਨੂੰ ਚੈੱਕ ਕਰਾਇਆ ਮੈਂ, ਐ ਨਹੀਂ ਠੀਕ ਹੋਣਾ। ਚੱਲ ਕਰਾਇਓ ਫਿਰ ਡਾਕਟਰ ਨੂੰ ਚੈੱਕ, ਨਾਲੇ ਐਵੇਂ ਕਮਲ ਜਾ ਮਰੀ ਜਾਂਦੇ ਹੋ। ਡਾਕਟਰ ਸਾਹਿਬ ਪਲੀਜ਼ ਛੇਤੀ ਚੈੱਕ ਕਰ ਦਿਓ, ਉਹਨਾਂ ਨੂੰ ਕੀ ਹੋਇਆ। ਮੈਡਮ ਮੈਂ ਚੈੱਕ ਕਰਕੇ ਦੱਸਦਾ ਤੁਹਾਨੂੰ। ਹੇ ਵਾਹਿਗੁਰੂ, ਇਹ ਸਾਰਾ ਕੁਛ ਮੇਰੀਆਂ ਗਲਤੀਆਂ ਦਾ ਨਤੀਜਾ ਹੀ ਹੈ। ਜਿਹੜਾ ਕੁਛ ਹੋਣਾ ਮੈਨੂੰ ਹੋ ਜਾਏ, ਇਹਨਾਂ ਨੂੰ ਕੁਛ ਨਾ ਹੋਵੇ। ਸਰ ਕੋਈ ਗੱਲ ਨੀ, ਮੈਂ ਅਰੇਂਜ ਕਰ ਲੂੰਗੀ, ਤੁਸੀਂ ਨਾ ਆਪਰੇਸ਼ਨ ਜਲਦੀ ਕਰਵਾ ਦਿਓ ਤੇ ਨਾਲੇ ਤੁਸੀਂ 5 ਲੱਖ ਰੁਪਏ ਜਮਾ ਕਰਾਓ ਪਲੀਜ਼। 5 ਲੱਖ ਰੁਪਇਆ? ਪਰ ਇੰਨੇ ਪੈਸੇ ਮੈਂ ਕਿੱਥੋਂ ਲੈ ਕੇ ਆਉਂਗੀ? ਤੁਸੀਂ ਦੇਖੋ, ਨਹੀਂ ਫਿਰ ਸਰਕਾਰੀ ਹਸਪਤਾਲ 'ਚ ਦਾਖਲ ਕਰ ਲਓ, ਪੂਰੇ ਸਾਡੇ ਤੋਂ ਨਹੀਂ। ਸਰ ਮੈਂ 5 ਲੱਖ ਰੁਪਏ ਦਾ ਅਰੇਂਜ ਕਰ ਲੂੰਗੀ, ਤੁਸੀਂ ਛੇਤੀ ਇਲਾਜ ਸ਼ੁਰੂ ਕਰਵਾ ਦਿਓ। ਬਸ ਕਰ ਦਿਆ ਕਰੋ, ਮਾਂ ਨੂੰ ਫੋਨ ਕਰਦੀ ਹਾਂ। ਉਹਨਾਂ ਨੂੰ ਬਚਾ ਲਓ, ਉਹਨਾਂ ਨੂੰ ਬਚਾ ਲਓ ਵੀਰੇ।
ਅਖੇਖਣ ਕਰਦੀ ਹੈ ਜੀ, ਤੁਹਾਨੂੰ ਪਤਾ ਸ਼ੁਰੂ ਤੋਂ ਡਰਾਮੇਬਾਜ਼ ਹੈ ਇਹ। ਉੱਠ ਲਾ ਪ੍ਰੀਤ, ਖੜਿਓ। ਹਣੇ ਮੈਨੂੰ ਪਤਾ ਮੈਂ ਤੁਹਾਡੇ ਨਾਲ ਬਹੁਤ ਵਧੀਕੀਆਂ ਕੀਤੀਆਂ ਨੇ, ਮੇਰੀਆਂ ਕੀਤੀਆਂ ਹੋਈਆਂ ਗਲਤੀਆਂ ਦੀ ਸਜ਼ਾ ਤਾਂ ਮੈਨੂੰ ਵਾਹਿਗੁਰੂ ਨੇ ਪਹਿਲੀ ਦੇ ਦਿੱਤੀ, ਮੈਨੂੰ ਤੁਹਾਡੀ ਹੈਲਪ ਦੀ ਬਹੁਤ ਲੋੜ ਹੈ। ਭੈਣ ਵਾਣ ਹੁਣ ਭੈਣ ਯਾਦ ਆ ਗਈ, ਉਦੋਂ ਹੀ ਤਾਂ ਭੈਣ ਯਾਦ ਨਹੀਂ ਆਈ ਹੈਗੀ। ਮਾਫ ਕਰ ਦੋ, ਚੁੱਪ ਕਰ ਲੈ, ਉੱਠ ਲਾ ਪ੍ਰੀਤ, ਤੂੰ ਬੈਠ ਇੱਥੇ, ਮੈਂ ਪੈਸੇ ਲੈ ਕੇ ਆਇਆ। ਆਹ ਸਾਡਾ ਘਰ ਦੇਖ ਜਾਂਦਾ ਜਦੋਂ ਕੋਈ ਆ ਪੈਂਦੀ ਹੈਗੀ, ਲੂੰ ਵਰਤ ਵਰਤੇ ਇਹਨਾਂ ਦੇ ਲੋਕਾਂ ਨਾਲ ਨੇਗੇ, ਆ ਗਈ ਇੱਥੇ ਲੱਗ ਗਈ ਜੁਲਕਣ, ਇਹੋ ਜਿਹਾ ਇਹ ਇਹਨਾਂ ਦੇ ਮਗਰ ਲੱਗ ਲੈਂਦਾ, ਤੁਰ ਪਿਆ ਮੂੰਹ ਚੱਕ ਕੇ, ਮੈਂ ਲੈ ਕੇ ਆਉਣਾ ਪੈਸੇ। ਜੇ ਤੁਹਾਨੂੰ ਨਹੀਂ ਯਾਦ ਨਾ ਤਾਂ ਮੈਂ ਯਾਦ ਕਰਵਾਵਾਂ, ਇਹਨੇ ਤੇ ਇਹਦੇ ਘਰ ਨੇ ਆਪਣੇ ਨਾਲ ਘੱਟ ਕੀਤੀਆਂ ਨੇ, ਨਾਲੇ ਮੈਨੂੰ ਹਮੇਸ਼ਾ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰੀ ਆ, ਤੇ ਤੁਸੀਂ ਇਹਨਾਂ ਨੂੰ ਪੈਸੇ ਦੇ ਰਹੇ ਹੋ। ਤੂੰ ਤਾਂ ਇਹ ਉਹੀ ਬੋਲੀ ਜਾਂਦੀ ਹੈ, ਚੱਲ ਆਪਰੇ ਚੱਲੀ। ਮੇਰੀ ਗੱਲ ਸੁਣ ਲਓ, ਉਹੀ ਕੋ ਬੋਲੀ ਜਾਂਦੀ ਹੈ, ਕਿਤੇ ਜਾਣ ਦੀ ਲੋੜ ਨਹੀਂ, ਮੈਂ ਨਹੀਂ ਜਾਣ ਦਿੰਦੀ ਕਿਤੇ, ਬਹਿ ਜਾ ਰੁਕੇ ਘਰੇ। ਤੂੰ ਕੌਣ ਹੁੰਦੀ ਹੈ ਮੈਨੂੰ ਰੋਕਣ ਵਾਲੀ? ਭਰਾ ਆ ਉਹ ਮੇਰਾ, ਜੇ ਤੇਰਾ ਭਰਾ ਹਸਪਤਾਲ ਮਰਦਾ ਹੋਵੇ ਨਾ, ਤੂੰ ਦੇਖ ਲਈ ਕੱਲਾ ਕੁੱਡੀਆਂ ਚਲਾਨੀਆਂ ਕਰਕੇ ਅਸੀਂ ਅੱਡ ਹੋ ਗਏ। ਤੂੰ ਚੱਲ ਬਾਈ, ਇਹ ਤਾਂ ਉਹੀ ਬੋਲੀ ਜਾਂਦੀ ਆ। ਮੈਨੂੰ ਲੱਗਦਾ ਮੇਰੀ ਆਖਰੀ ਘੜੀ ਆ ਗਈ ਦੀਪੇ ਦੇ ਬਾਪੂ, ਮੈਨੂੰ ਲੱਗਦਾ ਮੇਰਾ ਤੇਰੇ ਕੋਲ ਆਉਣ ਦਾ ਟਾਈਮ ਆ ਗਿਆ। ਮੈਨੂੰ ਤਾਂ ਜਵਾਕਾਂ ਦਾ ਫਿਕਰ ਖਾਈ ਜਾਂਦਾ, ਇਹ ਰਲ ਕੇ ਰਹਿਣ ਮੇਰੇ ਮਗਰੋਂ, ਇਕੱਠੇ ਹੋ ਜਾਣ ਸੱਚੇ ਪਾਤਸ਼ਾਹ। ਪਹਿਲਾਂ ਨਾ ਕਾਊਂਟਰ 'ਤੇ ਪੈਸੇ ਜਮ੍ਹਾਂ ਕਰਾਓ, ਫਿਰ ਕਰਦੇ ਇਲਾਜ ਸ਼ੁਰੂ। ਪੈਸੇ ਜਿੰਨੇ ਮਰਜ਼ੀ ਲੱਗ ਜਾਣ ਜੀ, ਮੇਰੇ ਭਾਈ ਨੂੰ ਕੁਛ ਨਹੀਂ ਹੋਣਾ ਚਾਹੀਦਾ। ਤੁਸੀਂ ਖੂਨ ਦਾ ਇੰਤਜ਼ਾਮ ਕਰੋ। ਕੋਈ ਨਹੀਂ ਜੀ, ਉਹ ਨੈਗੇਟਿਵ ਤਾਂ ਮੇਰੀ ਹੈ ਜੀ, ਤੁਸੀਂ ਮੇਰਾ ਲੈ ਲਓ ਜੀ। ਆ ਜਾਓ ਆ ਜਾਓ। ਅੱਜ ਪਤਾ ਲੱਗਿਆ ਬਾਈ ਦਾ ਕਿੰਨਾ ਪਿਆਰ ਸੀ ਇਹਨਾਂ ਨਾਲ, ਅਤੇ ਮੈਂ ਕੋਈ ਕਸਰ ਵੀ ਨਹੀਂ ਛੱਡੀ ਇਹਨਾਂ ਨੂੰ ਅੱਡ ਕਰਨ ਵਾਸਤੇ। ਪਰ ਜੇ ਮੈਂ ਇਹਨਾਂ ਨੂੰ ਅੱਡ ਕਰਨ ਵਾਸਤੇ ਕਸਰ ਨਹੀਂ ਨਾ ਛੱਡੀ ਤਾਂ ਹੁਣ ਮੈਂ ਇਹਨਾਂ ਨੂੰ ਇੱਕ ਹੋਣ ਤੋਂ ਵੀ ਨਹੀਂ ਰੋਕਦੀ। ਮੈਂ ਆਪਣੀ ਮਾਂ ਨੂੰ ਕਿੰਨੇ ਫੋਨ ਕੀਤੇ, ਮੇਰੀ ਮਾਂ ਨੇ ਮੇਰਾ ਫੋਨ ਤੱਕ ਨਹੀਂ ਚੱਕਿਆ।
ਤੇ ਬਾਈ ਮੇਰੇ ਪਹਿਲੇ ਬੋਲ ਦੀ ਭੱਜਿਆ ਆ। ਅੱਜ ਪਤਾ ਲੱਗਿਆ ਵੀ ਆਪਣੇ ਤਾਂ ਆਪਣੇ ਹੁੰਦੇ ਨੇ। ਜਾਗੀ ਦੇ ਕੋਲ ਫਰੋਲਾ ਮਾਏ ਫਿਕਰ ਮਨਾ ਦੇ ਪਾਰਿਆਂ ਨੂੰ ਠੀਕ ਨਹੀਂ ਪਰ ਦੱਸਦੀ ਨਹੀਂ ਮੈਂ ਹੱਸਦੀ ਦਿਖਦੀ ਸਾਰਿਆਂ ਨੂੰ ਇਹ ਸ਼ਹਿਰ ਭਾਵੇਂ ਵੱਡੇ ਅੰਮੀਏ ਤੇਰੀ ਲਾਡਲੀ ਨੂੰ ਵੱਡ ਵੱਡ ਖਾਂਦੇ ਮਾਏ ਨੀ ਮੇਰੇ ਹੰਝੂ ਪੂੰਝਦੇ ਮੇਰੇ ਹੱਥ ਨੀ ਨੈਣਾ ਤੱਕ ਜਾਂਦੇ ਮਾਏ ਨੀ ਮੇਰੇ ਹੰਝੂ ਪੂੰਝਦੇ ਮੇਰੇ ਹੱਥ ਨੀ ਨੈਣਾ ਤੱਕ ਜਾਂਦੇ ਪ੍ਰੀਤ ਫਿਕਰ ਨਾ ਕਰ ਤੂੰ ਮੈਂ ਖੂਨ ਦੇਤਾ ਛੋਟਾ ਜਲਦੀ ਠੀਕ ਹੋ ਜੂਗਾ ਬਈ ਮੈਨੂੰ ਮਾਫ ਕਰ ਦਿਓ ਮੈਂ ਤੁਹਾਨੂੰ ਦੋਹਾਂ ਭਰਾਵਾਂ ਨੂੰ ਅੱਡ ਕਰਨ ਵਾਸਤੇ ਬਹੁਤ ਕੁਝ ਕੀਤਾ ਕਿਹੋ ਜਿਹੇ ਗੱਲਾਂ ਕਰਦੇ ਆ ਪ੍ਰੀਤ ਤੂੰ ਮੈਨੂੰ ਮਾਫੀ ਮੰਗਦੀ ਥੋੜੀ ਚੰਗੀ ਲੱਗਦੀ ਆ ਕਾਨੂੰ ਮੈਨੂੰ ਸ਼ਰਮਿੰਦਾ ਕਰ ਰਹੀ ਆ ਮਾਫੀ ਤਾਂ ਮੈਨੂੰ ਵੀ ਮੰਗਣੀ ਚਾਹੀਦੀ ਆ ਦੇਖੋ ਮੈਂ ਤੇਰੇ ਤੇ ਹੱਥ ਚੱਕਿਆ ਨਹੀਂ ਬਈ ਤੁਸੀਂ ਮਾਫੀ ਨਾ ਮੰਗੋ ਤੁਸੀਂ ਮੇਰੇ ਤੋਂ ਵੱਡੇ ਹੋ ਪਰ ਮੈਂ ਤੁਹਾਡੇ ਨਾਲ ਵਾਅਦਾ ਕਰਦੀ ਆ ਮੇਰੇ ਕਰਕੇ ਘਰ ਉੱਜੜੇ ਸੀ ਨਾ ਆਪਾਂ ਨਵੇਂ ਸਿਰੇ ਤੋਂ ਆਪਣਾ ਘਰ ਦੁਬਾਰੇ ਵਸਾਵਾਂਗੇ ਤੂੰ ਬਹੁਤਾ ਨਾ ਸੋਚ ਬਸ ਤੂੰ ਪਰਮਾਤਮਾ ਅੱਗੇ ਅਰਦਾਸ ਕਰ ਛੋਟਾ ਜਲਦੀ ਠੀਕ ਹੋ ਜੇ ਉਹ ਤੂੰ ਕੀ ਕਰਨੀ ਇੱਥੇ ਮੈਂ ਤਾਂ ਰੋਟੀ ਲੈ ਕੇ ਆਈ ਸੀ ਜੀ ਉਹ ਤੂੰ ਦਫਾ ਹੋ ਜਾ ਦੀਦੀ ਆ ਜਾਓ ਭੈਣੇ ਮੈਨੂੰ ਮਾਫ ਕਰ ਦੇ ਮੈਨੂੰ ਆਪਣੀਆਂ ਸਾਰੀਆਂ ਗਲਤੀਆਂ ਦਾ ਅਹਿਸਾਸ ਹੋ ਗਿਆ ਵੈਸੇ ਮੈਂ ਮਾਫ਼ ਕਰਨ ਦੇ ਲਾਇਕ ਤਾਂ ਹੈ ਨਹੀਂ ਪਰ ਮੇਰੀ ਹੱਥ ਬੰਨ ਕੇ ਬੇਨਤੀ ਆ ਮੈਨੂੰ ਮਾਫ਼ ਕਰ ਦੇ ਦੀਦੀ ਤੁਸੀਂ ਮੇਰੇ ਤੋਂ ਵੱਡੇ ਹੋ ਤੁਸੀਂ ਮਾਫ਼ੀ ਨਾ ਮੰਗੋ ਸ਼ੁਰੂਆਤ ਤਾਂ ਮੈਂ ਕੀਤੀ ਸੀ ਸਾਰੀ ਕੰਜਰ ਕਲੇਸ਼ ਦੀ ਜੜ੍ਹ ਤਾਂ ਮੈਂ ਹਾਂ ਗਲਤੀ ਤਾਂ ਆਪਣੀ ਦੋਵਾਂ ਦੀ ਆ ਆਪਣੇ ਦੋਵਾਂ ਕਰਕੇ ਆਪਣਾ ਘਰ ਉੱਜੜ ਗਿਆ ਪਰ ਇਸ ਘਰ ਨੂੰ ਦੁਬਾਰੇ ਜੋੜਨ ਦੀ ਜ਼ਿੰਮੇਵਾਰੀ ਹੁਣ ਆਪਣੀ ਦੋਵਾਂ ਦੀ ਆ ਇਸ ਵੇਲੇ ਮੇਰੀਆਂ ਨਿਗਾਹ 'ਚ ਤੁਹਾਡੇ ਤੋਂ ਵੱਡਾ ਕੋਈ ਵੀ ਨਹੀਂ ਜਿਹੜਾ ਮੁਸੀਬਤ ਵੇਲੇ ਮੇਰੇ ਕੰਮ ਆਇਆ ਮੇਰੀ ਤਾਂ ਮਾਂ ਨੇ ਵੀ ਮੇਰਾ ਫੋਨ ਨਹੀਂ ਚੱਕਿਆ ਮਰੀਜ਼ ਹੁਣ ਠੀਕ ਆ ਆਪਰੇਸ਼ਨ ਹੋ ਗਿਆ ਤੁਸੀਂ ਘੰਟੇ ਤੱਕ ਮਿਲਿਓ ਬੇਹੋਸ਼ ਨੇ ਹਾਲੇ
ਭਾਈ ਮਾਂ ਨਾ ਆਪਾਂ ਨੂੰ ਇਕੱਠਿਆਂ ਨੂੰ ਦੇਖ ਕੇ ਖੁਸ਼ ਹੋ ਗਈ ਅੱਜ। ਹੁਣ ਤੂੰ ਫਿਕਰ ਨਾ ਕਰ, ਤਾਂ ਇਕੱਠੀ ਰਹਾਂਗੇ। ਘਰ ਵੀ ਆ ਗਿਆ ਭਾਈ। ਇੱਥੇ ਹੱਥ ਲਾ ਬਾਬਾ, ਸੁੱਖ ਰੱਖੇ, ਮੈਂ ਤਾਂ ਇਕੱਠੀ ਰਹਾਂਗੇ ਸਾਰੀ ਜ਼ਿੰਦਗੀ। ਲਵਪ੍ਰੀਤ, 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 ਖੋਲਦੇ ਲਵਪ੍ਰੀਤ ਯਾਰ। ਹੁਣ ਕੋਈ ਨੀ, ਸਬਰ ਕਰੋ, ਕਿਸੇ ਕੰਮ ਤੇ ਲੱਗੀ ਹੋਣੀ ਹੈ। ਉੱਪਰ ਜਾਈ ਸਬਰ ਕੀ ਕਰੀਏ, ਮਸਾਂ ਇੰਨੇ ਟਾਈਮ ਬਾਅਦ ਦੋ ਭਰਾ ਇਕੱਠੇ ਘਰੇ ਆਏ ਨੇ, ਮਾਤਾ ਖੁਸ਼ ਹੋਊਗੀ ਦੇਖ ਕੇ। ਉਹ ਕੋਈ ਨੀ, ਕੀ ਖੋਲਦੇ ਯਾਰ, ਕੀ ਪਤਾ ਲਵਪ੍ਰੀਤ ਸਵਾਗਤ ਵਾਸਤੇ ਤਿਆਰੀ ਕਰਦੀ ਹੋਵੇ ਕੋਈ ਨਾ ਕੋਈ। ਲਵਪ੍ਰੀਤ ਉਹ ਖੋਲਦੇ, ਕਿਸੇ ਰਹਿ ਗਈ। ਆ ਗਈ, ਆ ਗਈ। ਕੀ ਗੱਲ ਯਾਰ, ਇੰਨਾ ਟਾਈਮ ਕਾਹਤੋਂ ਲਾਤਾ ਗੇਟ ਖੋਲਣ ਨੂੰ? ਮਾਤਾ ਕਿੱਥੇ ਆ? ਉਹ ਬੋਲਦੀ ਕਿਉਂ ਨੀ ਲਵਪ੍ਰੀਤ, ਮਾਤਾ ਕਿੱਥੇ ਆ? ਦੱਸ ਵੀ ਦੇ ਹੁਣ, ਚੱਲ ਬਾਈ ਆਪਾਂ ਅੰਦਰ ਚੱਲ। ਮੈਨੂੰ ਲੱਗਦਾ ਮਾਤਾ ਲਵਪ੍ਰੀਤ ਨੇ ਲੁਕੋਤੀ। ਮਾਂ ਹੁਣ ਤੁਹਾਨੂੰ ਕਦੇ ਵੀ ਨਹੀਂ ਲੱਭਣੀ। ਐਂ ਕਿਵੇਂ ਨਹੀਂ ਲੱਭਣੀ, ਅਸੀਂ ਤੁਹਾਨੂੰ ਲੱਭ ਕੇ ਦਿਖਾਉਂਦੇ ਹਾਂ, ਲੁਕੋਈ ਹੋਊਗੀ ਬਾਈ। ਚੱਲ ਚੱਲੀਏ ਬਾਈ, ਚੱਲਦੇ ਹਾਂ, ਲੱਭਦੇ ਹਾਂ ਆਪਾਂ ਮਾਤਾ। ਉਹ ਮਾਤਾ ਕਿੱਥੇ ਆ? ਇੱਧਰ ਦੇਖ ਮੁੰਡਿਆ, ਉਰੇ ਤਾਂ ਨਿਕਲੀ ਬਾਈ। ਉਹ ਮਾਤਾ ਦੇਖ ਤਾਂ ਸਹੀ ਮੇਰੇ ਨਾਲ ਕੌਣ ਆਇਆ? ਤੇਰਾ ਵੱਡਾ ਪੁੱਤ, ਮੇਰਾ ਵੱਡਾ ਭਰਾ ਦੀਪਾ ਆਇਆ, ਆਪਾਂ ਨੂੰ ਲੈ ਕੇ ਜਾਊਗਾ ਨਾਲ, ਹੁਣ ਆਪਾਂ ਇਕੱਠੇ ਰਿਹਾ ਕਰਾਂਗੇ। ਮਾਂ ਸਾਨੂੰ ਬਹੁਤ ਪਛਤਾਵਾ, ਅਸੀਂ ਜੋ ਤੇਰੇ ਨਾਲ ਕੀਤਾ ਨਾ ਬਹੁਤ ਗਲਤ ਕੀਤਾ, ਪਰ ਹੁਣ ਤੂੰ ਫਿਕਰ ਨਾ ਕਰ, ਹੁਣ ਆਪਾਂ ਸਾਰੇ ਜਣੇ ਇਕੱਠੇ ਰਹਾਂਗੇ। ਆ ਬਾਈ ਤੂੰ ਐਂ ਕਰ, ਤੂੰ ਰਸੋਈ 'ਚ ਦੇਖ ਦੇਖ ਕੇ ਨਾ ਇੱਥੇ ਬੈਠ ਤੂੰ। ਮਾਂ, ਉਹ ਮਾਤਾ ਸੁਣਦੀ ਨਹੀਂ, ਕਿੱਧਰ ਗਈ ਮਾਂ, ਕਿੱਥੇ ਹੈ? ਆ ਪਈਆ ਮਾਤਾ, ਉਹ ਦੀਪੇ ਬਾਈ, ਆ ਪਈਆ ਮਾਤਾ ਦਾ ਇੱਥੇ। ਉਹ ਮਾਤਾ ਖੜੀ ਹੋ, ਦੇਖ ਤਾਂ ਸਹੀ ਕੌਣ ਆਇਆ, ਉਹ ਖੜੀ ਹੋ ਜਾ ਮਾਤਾ, ਬਹੁਤ ਸੋਲੀ ਹੁਣ। ਮਾਸਟਰਾ, ਮਾਤਾ ਆਪਣੇ ਨਾਲ ਨਾਰਾਜ਼ ਹੋ ਗਈ। ਦੀਪੇ ਬਾਈ ਮਾਂ ਬੋਲਦੀ ਕਿਉਂ ਨੀ, ਮਾਂ ਖੜੀ ਤਾਂ ਹੋ ਜਾ, ਉਹ ਦੇਖ ਤਾਂ ਸਹੀ, ਅੱਜ ਸਾਰਾ ਟੱਬਰ ਤੇਰੇ ਸਾਹਮਣੇ ਇਕੱਠਾ ਹੋ ਕੇ ਖੜਾ, ਦੀਪਾ ਬਾਈ ਆਪਾਂ ਨੂੰ ਲੈਣ ਆਇਆ, ਆਪਾਂ ਇੱਕੋ ਘਰ ਚ ਰਹਾਂਗੇ ਇਕੱਠੇ, ਚੱਲ ਉਹ ਖੜੀ। ਕੋਈ ਫਾਇਦਾ ਨਹੀਂ ਹੈਗਾ ਮਾਂ ਨੂੰ ਬੁਲਾਉਣ ਦਾ, ਮਾਂ ਆਪਣੇ ਚ ਨਹੀਂ ਰਹੀ। ਹਾਏ ਮੇਰੇ ਰੱਬਾ, ਆ ਕੀ ਕਰਤਾ ਤੂੰ, ਸਾਰੀ ਉਮਰ ਪਾਪ ਨਹੀਂ ਲੱਥਣੇ ਸਾਡੇ ਸਿਰੋਂ, ਸੋਚਿਆ ਸੀ ਜਿੰਨੇ ਮਾਂ ਨੂੰ ਦੁੱਖ ਦਿੱਤੇ ਆ ਨਾ, ਸੇਵਾ ਕਰਕੇ ਸਾਰੇ ਲੱਥ ਜਾਣਗੇ। ਮਾਂ ਸਭ ਤੋਂ ਬੜਾ ਤੇਰਾ ਗੁਨਾਹਗਾਰ ਮੈਂ ਆ, ਮੈਂ ਬੱਚਾ ਹੋਣ ਦੇ ਬਾਵਜੂਦ ਵੀ ਤੈਨੂੰ ਕਦੇ ਸੁਣ ਦੇ ਦਿੱਤਾ। ਬਾਈ ਯਾਰ ਮਾਂ ਬੋਲਦੀ ਕਿਉਂ ਨੀ ਯਾਰ, ਬਾਈ ਮਾਂ ਨੂੰ ਬੁਲਾ ਦੇ ਦੀਪੇ। ਮੈਂ ਤਾਂ ਖੜੀ ਤਾਂ ਹੋ ਜਾ ਦੀਪੇ ਬਾਈ, ਯਾਰ ਮਾਂ ਬੋਲਦੀ ਕਿਉਂ ਨੀ? ਮਾਤਾ, ਮਾਤਾ ਖੜੀ ਹੋ, ਦੇਖੀ ਦੀਪਾ ਬਾਈ ਨਾ ਆਪਾਂ ਨੂੰ ਘਰੇ ਲੈ ਕੇ ਜਾਊਗਾ। ਦੀਪੇ ਬਾਈ ਯਾਰ ਮਾਂ ਬੋਲਦੀ ਕਿਉਂ ਨੀ? ਦੀਪੇ ਛੋਟੇ, ਮਾਂ ਨੇ ਨਹੀਂ ਉੱਠਣਾ ਕਦੇ ਵੀ। ਮਾਂ ਖੜੀ ਹੋ ਨਾ, ਆਪਾਂ ਘਰੇ ਚੱਲਾਂਗੇ, ਇਕੱਠੇ ਰਹਾਂਗੇ ਸਾਰਾ ਪਰਿਵਾਰ। ਉੱਠ ਬਾਈ,
ਉੱਠ ਉੱਠ ਛੋਟੇ। ਪਰਦੇਸ ਦਾ ਮੈਂ ਤਾਂ ਪਿੰਡ ਪਿੰਡ ਛਾਣ ਦਿੱਤਾ ਦੇਸ਼ ਦਾ, ਜਿਹੜੇ ਕਮਰੇ ਚ ਫੋਟੋ ਤੇਰੀ ਲੱਗੀ ਉਹ ਕੁੰਡੀ ਸਾਥੋਂ ਨਹੀਂ ਖੁੱਲਦੀ, ਤੇਰੇ ਚੌਂਕੇ ਵਿੱਚ ਪੈਂਦੇ ਆ ਭੁਲੇਖੇ ਮਾਂ ਤੂੰ ਤਾਂ ਜਮਾਨੀ ਬੋਲਦੀ ਉਹ ਤੇਰੇ ਚੌਂਕੇ ਵਿੱਚ ਪੈਂਦੇ ਆ ਭੁਲੇਖੇ ਮਾਂ ਤੂੰ ਤਾਂ ਜਮਾਨੀ ਬੋਲਦੀ ਉਹ ਮਾਏ ਪਤਾ ਨਾ ਤੂੰ ਤੇਰੇ ਪਰਦੇਸ ਦਾ ਮੈਂ ਤਾਂ ਪਿੰਡ ਪਿੰਡ ਛਾਣ ਦਿੱਤਾ ਦੇਸ਼ ਦਾ ਚੋਈ ਤਾਰਿਆਂ ਤੋਂ ਪਾਰ ਤੈਨੂੰ ਲੈ ਲੂੰ ਮੈਂ ਸਜ਼ਾ ਰੱਬ ਤੋਂ ਦਵਾਉਣੀ ਮੌਤ ਡੈ ਲੂੰ ਮੈਨੂੰ ਖਾ ਗਈ, ਹੁਣ ਤੂੰ ਮੈਨੂੰ ਖਾਣਾ ਜਾਂ ਦੂਰ ਹੋ ਜਾ ਮੇਰੇ ਨਜ਼ਰਾਂ ਤੋਂ। ਵੇੜਾ ਸੱਖਣਾ ਏ ਕੰਧਾਂ ਤੇ ਕੰਦੋਲੀਆਂ ਤੂੰ ਹੱਥੀ ਤੋਰੀਆਂ ਨਾ ਧੀਆਂ ਦੀਆਂ ਡੋਲੀਆਂ ਨਦੀਆਂ ਦੀਆਂ ਡੋਲੀਆਂ ਜੜ ਤੱਤੜੀ ਬਹਾਰਾਂ ਵਿੱਚ ਸੁੱਕ ਗਈ ਨੀ ਸਾਡੇ ਵਿਹੜੇ ਵਾਲੇ ਫੁੱਲ ਦੀ ਉਹ ਤੇਰੇ ਚੌਂਕੇ ਵਿੱਚ ਪੈਂਦੇ ਆ ਭੁਲੇਖੇ ਮਾਂ ਤੂੰ ਤਾਂ ਜਵਾਨੀ ਭੁੱਲਦੀ ਉਹ ਤੇਰੇ ਚੌਂਕੇ ਵਿੱਚ ਪੈਂਦੇ ਆ ਭੁਲੇਖੇ ਮਾਂ ਤੂੰ ਤਾਂ ਜਵਾਨੀ ਭੁੱਲਦੀ ਪੁੱਤ ਤੇਰੀ ਦਾਦੀ ਆਪਣੇ ਨਾਲ ਗੁੱਸੇ ਹੋ ਗਈ, ਗੁੱਸੇ ਹੋ ਕੇ ਨਾ ਉਹ ਰੱਬ ਕੋਲ ਚਲੀ ਗਈ ਹਮੇਸ਼ਾ ਹਮੇਸ਼ਾ ਲਈ। ਸਾਨੂੰ ਮਾਫ ਕਰ ਦੇ ਪੁੱਤ, ਤੇਰੀ ਦਾਦੀ ਤੋਂ ਦੂਰ ਅਸੀਂ ਕੀਤਾ ਤੈਨੂੰ,
ਤੂੰ ਸਾਨੂੰ ਜੋ ਮਰਜ਼ੀ ਸਜ਼ਾ ਦੇ ਦੇ, ਸਾਨੂੰ ਮਨਜ਼ੂਰ ਆ। ਬਾਈ ਮਾਂ ਨੇ ਆਪਣੇ ਕਰਕੇ ਨਾ ਬਹੁਤ ਦੁੱਖ ਝੱਲੇ ਨੇ ਤੇ ਆਪਾਂ ਸਾਰੀ ਉਮਰ ਉਹਨੂੰ ਇੱਕ ਵੀ ਸੁੱਖ ਨਹੀਂ ਦੇ ਸਕੇ ਹੈਗੇ। ਸਭ ਤੋਂ ਵੱਡੀ ਕਸੂਰਵਾਰ ਤਾਂ ਮੈਂ ਆ, ਮਾਂ ਨੂੰ ਕਦੇ ਸਿੱਧੇ ਮੂੰਹ ਨਹੀਂ ਬੋਲੇ ਸੀ ਸੱਚੀ। ਦੋ ਰੋਟੀਆਂ ਖਾਂਦੀ ਸੀ ਬੇਬੇ, ਹੋ ਵੀ ਆਪਾਂ ਉਹਨੂੰ ਕੁੱਤਿਆਂ ਵਾਂਗੂ ਦਿੰਦੇ ਸੀ। ਰੱਬ ਨੇ ਆਪਾਂ ਸਾਰਿਆਂ ਨੂੰ ਕਦੇ ਮਾਫ਼ ਨਹੀਂ ਕਰਨਾ। ਬਾਈ ਜੂਦੇ ਜੀ ਤਾਂ ਆਪਾਂ ਮਾਂ ਨੂੰ ਕੋਈ ਸੁੱਖ ਦਿੱਤਾ ਨਹੀਂ, ਹੁਣ ਮਰਨ ਤੋਂ ਬਾਅਦ ਘੱਟੋ ਘੱਟ ਇਕੱਠੇ ਰਹਿ ਕੇ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਦਈਏ। ਸਹੀ ਗੱਲ ਆ ਬਾਈ, ਪਹਿਲਾਂ ਤੁਸੀਂ ਮੈਨੂੰ ਬਾਪ ਬਣ ਕੇ ਪਾਲਿਆ ਅਤੇ ਹੁਣ ਮਾਂ ਬਣ ਕੇ ਮੈਨੂੰ ਕਦੇ ਕਮਜ਼ੋਰ ਨਾ ਹੋਣ ਦੀ ਬਾਈ, ਅਤੇ ਮੈਂ ਨਾ ਸਾਰੀ ਉਮਰ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਕਰੂੰਗਾ। ਕਦੇ ਵੀ ਤੁਹਾਡਾ ਸਿਰ ਮੈਂ ਨੀਵਾਂ ਨਹੀਂ ਹੋਣ ਦਿੰਦਾ। ਇਹ ਰਿਸ਼ਤੇ ਨੂੰ ਬਚਾਉਣ ਵਾਸਤੇ ਨਾ ਮਾਂ ਨੇ ਆਪਣਾ ਬਲੀਦਾਨ ਦਿਆ ਬਾਈ। ਹਾਂਜੀ ਦੇਖ ਲਈ ਵੀਡੀਓ, ਜੇ ਦੇਖ ਲਈ ਤਾਂ ਕਿਵੇਂ ਲੱਗੀ ਵੀ ਤੁਹਾਨੂੰ ਦੱਸਿਓ ਕਮੈਂਟ ਕਰਕੇ। ਇਹ ਸਾਰੇ ਪਾਰਟ ਬਣਾਉਣ 'ਤੇ ਸਾਡੀ ਟੀਮ ਦੀ ਸਾਰਿਆਂ ਦੀ ਬਹੁਤ ਮਿਹਨਤ ਲੱਗੀ ਆ ਅਤੇ ਹੋਪਫੁਲੀ ਕਿ ਸਾਰਿਆਂ ਨੂੰ ਵਧੀਆ ਹੀ ਲੱਗਿਆ ਹੋਊਗਾ ਹੈ ਨਾ। ਤਾਂ ਸਾਰੇ ਜਣੇ ਇੱਕ ਇੱਕ ਪਿਆਰਾ ਪਿਆਰਾ ਕਮੈਂਟ ਕਰ ਦਿਓ ਅਤੇ ਨਾਲ ਲਾਈਕ ਵੀ ਕਰ ਦਿਓ। ਹਾਂਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤਕਰੀਬਨ ਸਾਨੂੰ 8-9 ਮਹੀਨੇ ਹੋ ਗਏ ਸੀਰੀਜ਼ ਸਟੋਰੀ ਨੂੰ, ਆਖਰੀ ਪਾਰਟ ਇਸ ਤੋਂ ਬਾਅਦ ਹੋਣੇ ਦਾ ਕੋਈ ਪਾਰਟ ਨਹੀਂ ਆਊਗਾ ਕਿਉਂਕਿ ਅਸੀਂ ਵੀ ਆਖਰੀ ਐਕਟ ਕਰ ਕਰਕੇ। ਉਮੀਦ ਆ ਤੁਹਾਨੂੰ ਵਧੀਆ ਲੱਗ ਰਹੀ ਹੈ, ਜੇ ਵਧੀਆ ਲੱਗ ਰਿਹਾ ਤਾਂ ਵੀ ਅਸੀਂ ਇਹ ਹੋਰ ਨਹੀਂ ਬਣਾਉਂਦੇ, ਜੇ ਨਹੀਂ ਵਧੀਆ ਲੱਗ ਰਹੀ ਤਾਂ ਵੀ ਹੋਰ ਨਹੀਂ ਬਣਾਉਂਦੇ। ਤਾਂ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਵੀਡੀਓ, ਕਮੈਂਟਸ 'ਚ ਦੱਸਿਓ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਅਤੇ ਮਾਂ ਨਾ ਮਾਂ ਸਾਡੇ ਵਿਚਕਾਰ ਨਹੀਂ ਹੈਗੀ ਤਾਂ ਮਾਂ ਨੂੰ ਅਸੀਂ ਗੋਡੇ 'ਚ ਬਿਠਾ ਲੈਂਦੇ ਹਾਂ। ਮਾਂ ਦੀ ਕਮੀ ਤੁਹਾਨੂੰ ਕਦੇ ਸਾਰੀ ਪੂਰੀ ਮਿਲ ਜਾਏ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ। ਮੰਗੂ ਫਿਲਮ ਤੁਹਾਨੂੰ ਕਿਹੜਾ ਚੈਨਲ ਆਪਣਾ, ਮੰਗੂ ਟੀਵੀ, ਸੋਰੀ ਮੰਗੂ ਟੀਵੀ ਨੂੰ ਕਰ ਲਓ ਸਬਸਕ੍ਰਾਈਬ, ਫਿਲਮ ਨੂੰ ਸਬਸਕ੍ਰਾਈਬ ਕਰ ਲਓ ਸਾਰੇ ਜਣੇ। ਬਾਏ ਬਾਏ, ਟਾਟਾ, ਸਤਿ ਸ਼੍ਰੀ ਅਕਾਲ। ਬੋਲਦਾ ਰਹਾ ਮੈਂ, ਕਿੰਨੀ ਦੇਰ ਭਕਾਈ ਮਾਰ ਗਿਆ, ਹੁਣ ਚੈੱਕ ਕਰ ਲਓ ਕੱਢ ਕੇ, ਚੈੱਕ ਕਰ ਲਓ। ਕੋਈ ਨੀ, ਕਲੋਜ਼ ਲਵਾਂਗੇ, ਕਲੋਜ਼ ਲਵਾਂਗੇ, ਕਲੋਜ਼ ਲਵਾਂਗੇ ਆਪਾਂ।
ਐਕਸ਼ਨ। ਕੋਈ ਫਾਇਦਾ ਨਹੀਂ ਮਾਂ ਨੂੰ ਬੁਲਾਉਣ ਦਾ। ਉਹ ਮਾਤਾ ਖੜੀ ਹੋ ਜਾ ਹੁਣ, ਆ ਦੇਖੀ ਸਾਰਾ ਟੱਬਰ ਤੇਰੇ ਲੈਣ ਵਾਸਤੇ ਆਇਆ, ਆਪਾਂ ਹੁਣ ਇਕੱਠੇ ਰਹਾਂਗੇ ਇੱਕੋ ਘਰ ਚ, ਖੜੀ ਹੋ ਚੱਲ। ਲੈ ਮਾਂ ਸਭ ਤੋਂ ਵੱਡਾ ਤੇਰਾ ਗੁਨਾਹਗਾਰ ਮੈਂ ਆ, ਮੈਂ ਵੱਡਾ ਹੋਣ ਦੇ ਬਾਵਜੂਦ ਵੀ ਹੱਸ ਉੱਪਰ ਨਾ ਗੰਦ ਕੱਢਦੀ। ਬਈ ਆਪਾਂ ਬਹੁਤ ਦੁੱਖ ਦਿੱਤੇ ਨੇ ਮਾਂ ਨੂੰ, ਮਾਂ ਆਪਣੇ ਨਾਲ ਹਮੇਸ਼ਾ ਹਮੇਸ਼ਾ ਲਈ ਨਾਰਾਜ਼ ਹੋ ਗਈ। ਬੋਲਦੀ ਤਾਂ ਸੀਗੀ ਯਾਰ, ਕਿਉਂ ਮੈਂ ਕੋਈ ਗੋਲੀ ਨੀ ਪਈ ਅੰਦਰ, ਮੇਰਾ ਸਿਰ ਬਹੁਤ ਦੁਖ ਰਿਹਾ, ਘਬਰਾਹਟ ਹੋ ਗਈ, ਘਬਰਾਹਟ ਕਰਨਾ ਕੀ ਕਰੀ। ਘਰ ਦੇ ਪੁੱਤ ਤੇਰੀ ਦਾਦੀ ਤੋਂ ਦੂਰ ਅਸੀਂ ਨੇ ਕੀਤਾ ਤੈਨੂੰ, ਤੂੰ ਸਾਨੂੰ ਚਾਹੇ ਜੋ ਮਰਜ਼ੀ ਸਜ਼ਾ ਦੇ ਦੇ, ਸਾਨੂੰ ਮਨਜ਼ੂਰ ਆ। ਬਾਈ ਮਾਂ ਨੇ ਨਾ ਆਪਣੇ ਕਰਕੇ ਬਹੁਤ ਦੁੱਖ ਸਹੇ ਨੇ, ਅਤੇ ਆਪਾਂ ਨੂੰ ਖੜ ਜਾ ਦੁਬਾਰੇ ਕਰਾਂ, ਅਤੇ ਆਪਾਂ ਉਹਨੂੰ ਸਾਰੀ ਉਮਰ 'ਚ ਇੱਕ ਵੀ ਸੁੱਖ ਨਹੀਂ ਦੇ ਸਕੇ। ਜਸਮੀਤ ਜੀ ਉਹ ਕੀ ਕਰਦੇ ਹੋ, ਦੋ ਰੋਟੀਆਂ ਖਾਂਦੀ ਸੀ। ਦੋ ਰੋਟੀਆਂ ਖਾਂਦੀ ਸੀ ਆਪਣੀ ਮਾਂ, ਬਈ ਯਾਰ ਗਲਤ ਗੱਲ ਖੜੀ ਲੈ ਲਾ ਬਈ, ਪਲੀਜ਼ ਖੜੀ ਤਾਂ ਕਰ ਲੈ ਫਿਰ ਤੂੰ ਦੇਖ ਲੈ, ਮੈਂ ਏਡੀ ਦੂਰ ਜਾਣਾ। ਦੋ ਰੋਟੀਆਂ ਖਾਂਦੀ ਸੀ ਬੇਬੇ, ਉਹ ਵੀ ਆਪਾਂ ਉਹਨੂੰ ਕੁੱਤਿਆਂ ਵਾਂਗੂ, ਬਈ ਯਾਰ ਉਹ ਬੱਚੇ ਨੂੰ ਹਟਾਓ ਯਾਰ। ਦੋ ਰੋਟੀਆਂ ਖਾਂਦੀ ਸੀ ਬੇਬੇ, ਉਹ ਵੀ ਆਪਾਂ ਦੋ ਰੋਟੀਆਂ ਖਾਂਦੀ ਸੀ ਬੇਬੇ, ਉਹ ਵੀ ਆਪਾਂ ਉਹਨੂੰ ਕੁੱਤਿਆਂ ਵਾਂਗੂ ਦਿੰਦੇ ਸੀ। ਬਈ ਜੱਗੀ ਤੂੰ ਐਂ ਨਾ ਕਰ, ਹੋ ਸਕਿਆ ਤਾਂ ਪੁੱਤ ਸਾਨੂੰ ਮਾਫ ਕਰ ਦੀ। ਬਈ ਸਾਈਲੈਂਟ।